ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਹਕੂਕਾਂ ਦੀ ਵਾਇਲੇਸ਼ਨ ਹੋਊਗੀ ਲੰਘਣਾ ਹੋਊਗੀ ਉਹਦੇ ਉੱਤੇ ਅਸੀਂ ਬੋਲਾਂਗੇ ਚਾਹੇ ਸਾਡਾ ਕਤਲ ਕਰ ਦਿੱਤਾ ਜਾਵੇ ਤਾਂ ਖਾਲੜਾ ਸਾਹਿਬ ਉਹ ਸੀ ਪਰ ਖਾਲੜਾ ਸਾਹਿਬ ਬਣੇ ਕਿਵੇਂ ਕਿ ਵਿੱਚ ਜਸਵੰਤ ਸਿੰਘ ਦੀ ਜਿਹੜੀ ਖਾਸੀਅਤ ਹੈ ਹੋਰ ਐਵੇਂ ਨਹੀਂ ਮਤਲਬ ਪੱਕੀ ਹੈ ਨਾ 25 ਹਜ਼ਾਰ ਲਾਸ਼ਾਂ ਦਾ ਮੁੱਦਾ ਚੁੱਕ ਲਿਆ ਜਿਦੋਂ ਐਨ ਮੌਤ ਸਾਹਮਣੇ ਦਿਸ ਰਹੀ ਆ ਤੁਹਾਨੂੰ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਰੋਜ਼ ਧਮਕੀਆਂ ਕਦੇ ਕੇਪੀਐਸ ਗੱਲ ਬਣੋ ਕਦੇ ਜੀਸੂ ਸੰਦੂ ਬਣ ਉਹ ਸਪੀਚ ਵੀ ਜਿਹੜੀ ਉਹਦੀ ਉਹ ਇਨੀ ਇਨਸਪਾਇਰਡ 10 ਅਪ੍ਰੈਲ ਨੂੰ ਦਿੱਤੀ ਡਿਕਸ਼ੀ ਦੇ ਗੁਰੂ ਘਰ ਵਿੱਚ ਜਿੱਥੇ ਉਹਨੇ ਉਹ ਕਿਹਾ ਸੀ ਕਿ ਗੁਰੂ ਤੋਂ ਜੀਵਤਾ ਮੰਗਦੇ ਹਾਂ ਕਦੇ ਪੁੱਤ ਮੰਗਦੇ ਹਾਂ ਕਦੇ ਕੁਝ ਮੰਗਦੇ ਹਾਂ ਜੋ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਸਾਨੂੰ ਦੇ ਸਕਦਾ ਉਹ ਤਾਂ ਹੈ ਸ਼ਹਾਦਤ ਉਹ ਮੰਗੂ ਕੀ ਮਾਤਾ ਜਦ ਬੰਦੰਦਰੇ ਸਮਝਦਾ ਉਹਨੂੰ ਪਤਾ ਸੀ ਕਿ ਸੀਸ ਦੇਣਾ ਹੀ ਪੈਣਾ ਐਨੀ ਡੇਢ ਤਾਂ ਐਨੀ ਡੋਲ ਟਾਈਮ ਨਹੀਂ ਕਿ ਜਦੋਂ ਮੌਤ ਦਾ ਮੌਤ ਦਾ ਪੈ ਚੱਕਦਾ ਬੰਦੰਦਰ ਪੈ ਹੋ ਗਿਆ ਵਾ ਸਭ ਤੋਂ ਵੱਡਾ ਪੈ ਮੌਤ ਦਾ ਹੀ ਹੈ ਨਾ ਉਹ ਚੱਕ ਕੀ ਆ ਅਜੀਤ ਸਿੰਘ ਸੰਦੂ ਦੇ ਬਾਰੇ ਬਹੁਤ ਸਾਰੀਆਂ ਆਫਾਹਾਂ ਚਰਚਾਵਾਂ ਨੇ ਲਗਦਾ ਹੈ ਕਿ ਅਜੀਤ ਸਿੰਘ ਸੰਧੂ ਨੇ ਖੁਦਕੁਸ਼ੀ ਕਰ ਲਈ ਤੁਹਾਨੂੰ ਕੀ ਤੁਹਾਡੀ ਇਨਫੋਰਮੇਸ਼ਨ ਕੀ ਹੈ ਅਜੀਤ ਸਿੰਘ ਸੰਧੂ ਮੇਰੀ ਇਨਫੋਰਮੇਸ਼ਨ ਹੈ ਵੀ ਉਹਨੇ ਆਤਮ ਹੱਤਿਆ ਕੀਤੀ ਹੈ ਤੇ ਜਿਸ ਵੰਤ ਨੂੰ ਚੁੱਕਿਆ ਉਹਦੇ ਉਹਨੇ ਆਪਣੇ ਘਰੇ ਚੰਡੀਗੜ੍ਹ ਅਖੰਡ ਪਾਠ ਖੁਲਾਇਆ ਸੀ ਇਹ ਨਹੀਂ ਉਹਨੂੰ ਕੋਈ ਧਰਮ ਦਾ ਜਾਗ ਉੱਠਿਆ ਸੀ ਆਹ ਆ ਉਹਨੂੰ ਪਾਪ ਹੀ ਸਤਾ ਰਹੇ ਸੀ ਕਿਤੇ ਕਿਤੇ ਨਾ ਕਿਤੇ ਜਮੀਰ ਤੇ ਆਤਮਾ ਤੇ ਇੰਨੇ ਪਾਪਾਂ ਦਾ ਭਾਰ ਚੰਦਨਾ ਸੌਖਾ ਮਾਪਿਆਂ ਨਾਲ ਆਖਰੀ ਮਿਲਣੀ ਤੁਸੀਂ ਲਿਖਿਆ ਇਹਦੇ ਵਿੱਚ ਇਹ ਤੇ ਇੱਕ ਸਤਨਾਮ ਸਿੰਘ ਦਾ دوست ਸੀਗਾ ਉਹ ਖਾਲੜੇ ਦੇ ਨਾਲ ਹੀ ਪਿੰਡਾਂ ਤੇ ਇਹ ਇਥੋਂ ਅੰਮ੍ਰਿਤਸਰੋਂ ਗਏ ਤੇ ਘਰ ਦੇ ਵਿੱਚ ਉਸ ਦਿਨ ਕੋਈ ਨੇੜੇ ਦੇ ਪਰਿਵਾਰ ਚ ਕਿਸੇ ਨੇ ਪਾਠ ਰੱਖਿਆ ਹੋਇਆ ਸੀ ਸੁਖਮਨ ਸਾਹਿਬ ਉੱਥੇ ਪੁਲਿਸ ਵਾਲੇ ਆਏ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਕਿਹਾ ਵੀ ਤੁਹਾਨੂੰ ਨਾ ਥਾਣੇਦਾਰ ਸਾਹਿਬ ਬੁਲਾਉਂਦੇ ਉਹਦੋਂ ਫਿਰ ਮੈਂ ਦੇਖਿਆ ਵੀ ਉਹ ਜਿਹੜਾ ਥਾਣੇਦਾਰ ਸੀ ਬੈਠਾ ਸੀ ਤੇ ਅੱਖਾਂ ਲਾਲ ਹੋਣ ਜਿਵੇਂ ਦੇਖਿਆ ਨਾ ਇਹਦੇ ਵੱਲ ਨੂੰ ਜਿਵੇਂ ਦਗਦੀਆਂ ਹੁੰਦੀਆਂ ਲਾਲ ਸੇ 6 ਸਤੰਬਰ ਦਾ ਮਨਹੂਸ ਦਿਨ 6 ਸਤੰਬਰ ਕੀ ਹੋਇਆ ਉਸ ਦਿਨ ਜੀ ਬਾਹਰ ਕਾਰ ਖੜੀ ਸੀ ਉਹ ਧੋਣੀ ਸ਼ੁਰੂ ਕਰਤੀ ਪਾਈਪ ਲਾ ਕੇ ਗੱਡੀ ਆਈ ਪੁਲਿਸ ਦੀ ਸਿਵਲ ਕੱਪੜਿਆਂ ਦੇ ਵਿੱਚ ਤੇ ਉਹਨਾਂ ਨੇ ਇੱਕਦਮ ਚਪਟ ਮਾਰੀ ਤੇ ਉਹਨੂੰ ਚੁੱਕ ਕੇ ਲੈ ਇੱਕ ਗਵਾਂਡੀ ਨੇ ਕੰਦ ਤੋਂ ਦੀ ਦੇਖ ਚੁੱਕ ਕੇ ਉਹਨੂੰ ਗੱਡੀ 'ਚ ਸੁੱਟ ਦੇ ਲੈ ਜਾਂਦੇ ਬਸ ਫਿਰ ਉਹਨੇ ਖਬਰ ਬ੍ਰੇਕ ਕਰਤੀ जब जसवंत सिंह ने कहा कि आपने पच्चीस हजार लोगों की अनप्रशाता तक कर जला दिया है तो एस एस पी का बयान था कि तुम पच्ची हजार एक एड हो जाओ बाद पता लग गया कि मारे तो दो महीने से ज्यादा टॉर्चर किया जे यत्न कराया कि वो रिट्रैक्ट कर दे अपनी बयान वापस ले, ले पर वो अपनी बात से पीछे नहीं हटा जिसका अंतिम परिणाम ये हुआ कि उसको मार दिया गया एक बोरी में डाल के गड्डी में रखा पीछे डिक्की में और उसके बाद वहाँ दरिया है हरी के पत्तन जहाँ सतलोज और ब्यास इकट्ठे होते हैं वो कितने भी चला तो बोलते थे कि ये मच्छियों की खुराक है वहाँ पर उसकी लाश उन्होंने कर खुरद ਜਿਹੜੇ ਦੇ ਨਾਲ ਕੰਮ ਕਰਦੇ ਸੀ ਜਿਹੜੀ ਦੀ ਟੀਮ ਸੀ ਉਹਨਾਂ ਨੇ ਜਿੰਨੀ ਕਮਿਟਮੈਂਟ ਦਿਖਾਈ ਉਹ ਗਵਾਹੀਆਂ ਖਾਸ ਕਰਕੇ ਜਿਹੜੀ ਮੌਕੇ ਦੀ ਗਵਾਹੀ ਸੀ ਰਜੀਵ ਰੰਧਾਵਾ ਦੀ ਉਹ ਬਹੁਤ ਕ੍ਰੂਸ਼ੀਅਲ ਸੀ ਜੇ ਉਹ ਗਵਾਹੀ ਨਾ ਹੁੰਦੀ ਕੋਈ ਸਜ਼ਾ ਨਹੀਂ ਸੀ ਉਹ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਇਸ ਤਰ੍ਹਾਂ ਦੀ ਫਿਲਮ ਬਣਦੀ ਹੈ ਹਾਲਾਂਕਿ ਚਲੋ ਫਿਲਮ ਦਾ ਕੰਟੈਂਟ ਦੇਖ ਕੇ ਤੁਸੀਂ ਜ਼ਿਆਦਾ ਟਿੱਪਣੀ ਕਰ ਸਕੋਗੇ ਤੁਸੀਂ ਕਿਵੇਂ ਦੇਖਦੇ ਹੋ ਬਣਨੀਆ ਚਾਹੀਦੀਆਂ ਨੇ ਕਿ ਜਿਹੜੇ ਬੰਦੇ ਇਹ ਕੰਮ ਕਰਦੇ ਉਹਨਾਂ ਕੋਲ ਕਪੈਸਿਟੀ ਹੈ ਜੁਨਿਆਕੋਂਤਾ ਕਟੈਂਪਟਸ ਹੋਈਆਂ ਮੈਂ ਪਰਸਨਲੀ ਸੈਟਸ ਫਾਇਲ ਤਰਕੀ ਦੀਆਂ ਫਿਲਮਾਂ ਚਲੋ ਈਰਾਨ ਦੀਆਂ ਦੇਖੋ ਜਾਂ ਹੋਰ ਮੁਲਕਾਂ ਦੀਆਂ ਦੇਖੋ ਉਹਨਾਂ ਨੇ ਆਪਦੇ ਟਰੋਮਾ ਜਿਹਨੂੰ ਜਿੰਨੇ ਪੇਟ ਕੀਤਾ ਹੈ ਉਹ ਸਾਡੇ ਨਾਲ ਤਾਂ ਇੰਨਾ ਬਜਟ ਹੁੰਦਾ ਇੱਕ ਚੀਪ ਪਬਲਿਸਿਟੀ ਦਾ ਬਹੁਤ ਆਏਗਾ ਖਾਲਦੇ ਤੇ ਫਿਲਮ ਬਣਾਉਣੀ ਹੈ ਨਾ ਉਹ ਖਾਲਦੇ ਵਾਲੀ ਸਪੈਸ਼ਟ ਨਾਲ ਨਹੀਂ ਫਿਲਮ ਇੱਕ ਬੰਦਾ ਸਿਰ ਦੇ ਰਿਹਾ ਹੈ ਤੇ ਜੇ ਤਾਂ ਉਹ ਤਿਆਰ ਹੋ ਕਿ ਕੋਈ ਨਹੀਂ ਕੁਝ ਵੀ ਹੋ ਜਾ ਇਸ ਕਰਕੇ ਮੈਂ ਤੈ ਇਹ ਵੀ ਇੱਥੇ ਉਹ ਨਹੀਂ ਬਣ ਸਕਦਾ ਮੰਨੇ ਪਰਮੰਨੇ ਲੇਖਕ ਮਿਲਾਨ ਕੁੰਦੀਰਾ ਨੇ ਕਿਹਾ ਸੀ ਬੰਦਾ ਆਪਣੀਆਂ ਯਾਦਾਂ ਦਾ ਪੁਤਲਾ ਹੁੰਦਾ ਹੈ ਬੰਦਾ ਹੀ ਕਿਉਂ ਕੌਮਾਂ ਵੀ ਆਪਣੀਆਂ ਯਾਦਾਂ ਦੇ ਪੁਤਲੇ ਹੁੰਦੀਆਂ ਨੇ ਕੌਮਾਂ ਚ ਖੁਸ਼ੀ ਵੀ ਆਉਂਦੀ ਹੈ ਗਮੀ ਵੀ ਆਉਂਦੀ ਹੈ ਪੰਜਾਬੀ ਕੌਮ ਤੇ ਸਿੱਖਾਂ ਨੂੰ ਬਹੁਤ ਸਾਰੇ ਟਰੋਮੇ ਮਿਲੇ ਪਿਛਲੀ ਇੱਕ ਸਦੀ ਦੇ ਅੰਦਰ ਤੇ ਉਹਨਾਂ ਟਰੋਮਿਆਂ ਚੋਂ ਗੁਜ਼ਰਦੀ ਹੋਈ ਕੌਮ ਨੇ ਜਿਹੜੇ ਇੱਕ ਸਿੱਧਕ ਗੁਰੂ ਸਾਹਿਬ ਸਿਖਾ ਕੇ ਗਏ ਸੀਗੇ ਕਿ ਹਮੇਸ਼ਾ ਗਰੀਬ ਦੀ ਮਜ਼ਲੂਮ ਦੀ ਗੱਲ ਕਰਨੀ ਆ ਉਹ ਕਰਦੀ ਰਹੀ ਇਸੇ ਚੋਂ ਹੀ ਨਿਕਲੇ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ ਫਿਲਮ ਆ ਰਹੀ ਹੈ ਦਲਜੀਤ ਦੀ ਪੰਜਾਬ 95 ਫਿਲਮ ਦੇ ਬਾਰੇ ਬੜੀ ਚਰਚਾ ਹੋ ਰਹੀ ਹੈਗੀ Netflix ਤੇ ਵੀ ਆਏਗੀ ਹੋਰ ਪਲੇਟਫਾਰਮਾਂ ਦੇ ਉੱਤੇ ਵੀ ਟ੍ਰਾਂਟੋ ਫਿਲਮ ਫੈਸਟੀਵਲ 'ਚ ਵੀ ਰਿਲੀਜ਼ ਹੋ ਰਹੀ ਹੈ ਕੌਣ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ ਔਰ ਜਸਵੰਤ ਸਿੰਘ ਖਾਲੜਾ ਕਿਵੇਂ ਖਾਲੜਾ ਬਣੇ ਔਰ ਕਿਵੇਂ 25000 ਅਨ ਆਈਡੈਂਟੀਫਾਈ ਬਾਡੀਜ਼ 25000 ਲਾਸ਼ਾਂ ਪੰਜਾਬ 'ਚ ਇਹ ਕਹਿ ਕੇ ਸਾੜ ਦਿੱਤੀਆਂ ਗਈਆਂ ਕਿ ਇਹ ਗੁੰਮਸ਼ੁਦਾ ਨੇ ਇਹਨਾਂ ਦੇ ਬਾਰੇ ਕੋਈ ਪਤਾ ਨਹੀਂ ਕੌਣ ਨੇ ਇਹ ਉਹ ਵੀ ਇੱਕ ਦੌਰ ਦੇ ਅੰਦਰ 95 ਵਾਲਾ ਦੌਰ ਆ ਜਿਹੜਾ ਕਹੀਏ 80 ਤੋਂ ਸ਼ੁਰੂ ਹੁੰਦਾ 80 ਤੋਂ 95 ਉਹ 15 ਸਾਲਾਂ ਦੇ ਅੰਦਰ ਇਸ ਤੋਂ ਬਾਅਦ ਲੜਾਈ ਸ਼ੁਰੂ ਹੁੰਦੀ ਹੈ ਜਵਨ ਸਿੰਘ ਖਾਲੜਾ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦੇ ਨੇ ਪਰ ਲੜਾਈ ਸੁਪਰੀਮ ਕੋਰਟ ਤੱਕ ਪਹੁੰਚਦੀ ਹੈ ਇਸ ਦੇਸ਼ ਦੀ ਉੱਚ ਅਦਾਲਤ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਬੱਚੇ ਚਲੇ ਗਏ ਜਿਨ੍ਹਾਂ ਦੀਆਂ ਮਾਤਾਵਾਂ ਚਲੇ ਗਏਆਂ ਭੈਣਾਂ ਚਲੀਆਂ ਗਈਆਂ ਵੀਰ ਚਲੇ ਗਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਕੰਪਨਸੇਸ਼ਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਕੰਪਨਸੇਸ਼ਨ ਦਿਓ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਹੋਇਆ ਤੇ ਮੁਆਵਜ਼ਾ ਉਹਨਾਂ ਪਰਿਵਾਰਾਂ ਚੋਂ ਬਹੁਤ ਸਾਰਿਆਂ ਨੂੰ ਦਿੱਤਾ ਗਿਆ ਯਾਨੀ ਇਹ ਸਾਬਤ ਹੋਇਆ ਜੋ ਖਾਲੜਾ ਕਹਿ ਰਹੇ ਸੀਗੇ ਇਹ ਨਹੀਂ ਸੀਗਾ ਕਿ ਇੱਕ ਵਨ ਸਾਈਡਡ ਨੈਰੇਟਿਵ ਸੀਗਾ ਕਿ ਠੀਕ ਹੈ ਜੀ ਇਹ ਸਿੱਖਾਂ ਦਾ ਮਸਲਾ ਜਾਂ ਪੰਜਾਬੀਆਂ ਦਾ ਮਸਲਾ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਗਲਤ ਸੀ ਗਲਤ ਬੰਦੇ ਮਾਰੇ ਗਏ ਗਲਤ ਬੰਦਿਆਂ ਦੇ ਮਾਰ ਕੇ ਉਹਨਾਂ ਨੂੰ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਸਾੜਿਆ ਗਿਆ ਅਨ ਆਈਡੈਂਟੀਫਾਈ ਕਹਿ ਕੇ ਤਾਂ ਉਹ ਜਿਹੜੀ ਗੱਲ ਮੈਂ ਕਰ ਰਿਹਾਗਾ ਕਿ ਇਹ ਗੱਲ ਕਿੱਥੋਂ ਪੈਦਾ ਹੁੰਦੀ ਆ ਖਾਲੜਾ ਸਾਹਿਬ ਦੇ ਜਿਹੜਾ ਸਿੱਖੀ ਦੇ ਅੰਦਰ ਸੇਵਾ ਦਾ ਸਦਭਾਵ ਦਾ ਸਾਂਝੀ ਵਾਲਤਾ ਦਾ ਭਾਈਚਾਰੇ ਦਾ ਜਿਹਦੇ ਲਈ ਸਭ ਇੱਕਾ ਸੱਜੇ ਸਭੇ ਸਾਂਝੀ ਵਾਲ ਸਿਦਾਂ ਕੋਈ ਨਾ ਦਿਸੇ ਬਾਹਰ ਆ ਜੀਓ ਉਹ ਸਟਿੰਕਟ ਜੋ ਕੌਮ ਦੇ ਅੰਦਰ ਹੈ ਜੋ ਦੁਨੀਆ ਦੇ ਅੰਦਰ ਇਹ ਸੰਦੇਸ਼ ਲੈ ਕੇ ਜਾਂਦੀ ਹੈ ਕਿ ਹਾਂ ਅਸੀਂ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਹਕੂਕਾਂ ਦੀ ਵਾਇਲੇਸ਼ਨ ਹੋਊਗੀ ਲੰਘਣਾ ਹੋਊਗੀ ਉਹਦੇ ਉੱਤੇ ਅਸੀਂ ਬੋਲਾਂਗੇ ਚਾਹੇ ਸਾਡਾ ਕਤਲ ਕਰ ਦਿੱਤਾ ਜਾਵੇ ਤਾਂ ਖਾਲੜਾ ਸਾਹਿਬ ਉਹ ਸੀ ਪਰ ਖਾਲੜਾ ਸਾਹਿਬ ਬਣੇ ਕਿਵੇਂ ਉਹਨਾਂ ਦੇ ਉੱਤੇ ਕਿਤਾਬ ਲਿਖੀ ਸਰਦਾਰ ਜਮੀਰ ਸਿੰਘ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਇਹ ਕਿਤਾਬ ਤੁਹਾਡੇ ਸਾਹਮਣੇ ਆ ਇਸ ਕਿਤਾਬ ਦੇ ਅੰਦਰ ਉਹਨਾਂ ਦੇ ਬਚਪਨ ਤੋਂ ਲੈ ਕੇ ਆਖਰੀ ਦਿਨਾਂ ਤੱਕ ਦੀਆਂ ਯਾਦਾਂ ਨੇ ਫੋਟਮਾ ਨੇ ਬਹੁਤ ਸਾਰੀਆਂ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਔਰ ਸੋਚ ਸੰਘਰਸ਼ ਤੇ ਸ਼ਹਾਦਤ ਜਸਵੰਤ ਸਿੰਘ ਖਾਲੜਾ ਨੂੰ ਏ ਧਰਤੀ ਦਾ ਜਿਹੜਾ ਪਾਣੀ ਹੈਗਾ ਜਿਹੜਾ ਧਰਤੀ ਦਾ ਪਾਣੀ ਪੀਂਦਾ ਹੈਗਾ ਉਹ ਪਾਣੀ ਤੇ ਮਿੱਟੀ ਇਹ ਕਹਿੰਦੀ ਹੈਗੀ ਕਿ ਹਾਂ ਤੁਸੀਂ ਇਸ ਧਰਤੀ ਦੇ ਲਈ ਗੱਲ ਕਰਨੀ ਹੈ ਤੇ ਗੱਲ ਕਰਨ ਲਈ ਵੀ ਜਿਸ ਨੂੰ ਕੋਈ ਮਾਰਦਾ ਤਾਂ ਖਾਲੜਾ ਸਾਹਿਬ ਦੀ ਹੀ ਪੋਜੀਸ਼ਨ ਸੀਗੀ ਮੈਂ ਗੱਲ ਕਰੂੰਗਾ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਕਿਹਾ ਕਿ ਨਾ ਜਾਓ ਵਾਪਸ ਬਾਹਰ ਜਦੋਂ ਵਿਦੇਸ਼ ਗਏ ਹੋਏ ਸੀ ਤੁਸੀਂ ਵਾਪਸ ਨਾ ਜਾਓ ਤੁਹਾਡਾ ਕਤਲ ਕਰ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਨਹੀਂ ਜੀ ਮੇਰਾ ਬੋਲਣ ਲਈ ਵੀ ਕਤਲ ਹੁੰਦਾਗਾ ਤਾਂ ਮੈਂ ਤਿਆਰ ਹਾਂ ਸਵਾਗਤ ਕਰਦੇ ਹਾਂ ਸਰਦਾਰ ਜਮੇਸ਼ ਸਿੰਘ ਦਾ ਸਵਾਗਤ ਸਦਾ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਦਾ ਸਭ ਸਭ ਤੋਂ ਪਹਿਲਾਂ ਮੈਂ ਇਹ ਗੱਲ ਸ਼ੁਰੂ ਕਰਾਂ ਕਿਤਾਬ ਵਾਲੀ ਮੈਂ ਤੁਹਾਡੀ ਕਿਤਾਬ ਪੜ੍ਹੀ ਵੀ ਹੈਗੀ ਤੇ ਫਿਲਮ ਦੇ ਬਾਰੇ ਚਰਚਾ ਹੋ ਰਹੀ ਸੀ ਮੈਨੂੰ ਲੱਗਿਆ ਕਿ ਇਹ ਟਾਈਮ ਆ ਜਿਹੜਾ ਜਦੋਂ ਜ਼ਰੂਰੀ ਹੈਗਾ ਕਿ ਇਹ ਤੇ ਗੱਲ ਕੀਤੀ ਜਾਵੇ ਕਿਤਾਬ ਤਾਂ ਬਹੁਤ ਤੁਸੀਂ ਹੁਣ ਹੁੰਦ ਚਾਹੀਏ ਤੁਹਾਡੇ ਦਿਮਾਗ 'ਚ ਵੀ ਨਹੀਂ ਹونی ਉਦੋਂ ਦਾ ਜਦੋਂ ਸ਼ਹਾਦਤ ਵੀ ਹੋਈ ਹੋਊਗੀ ਤੁਹਾਡਾ ਰਿਸ਼ਤਾ ਕੀ ਸੀ ਉਹਨਾਂ ਨਾਲ ਤੁਸੀਂ ਪਹਿਲੀ ਵਾਰ ਕਿਵੇਂ ਮਿਲੇ ਐਜ਼ ਐਕਟਿਵਿਸਟ ਮਿਲੇ ਸੀ ਐਜੇ ਰਾਈਟਰ ਮਿਲੇ ਐਜ਼ ਏ ਲੇਖਕ ਮਿਲੇ ਕਿ ਜਨਤਕ ਜਥੇਬੰਦੀ ਸੀ ਨੌਜਵਾਨ ਭਾਰਤ ਸਭਾ ਇੱਕ ਪੰਜਾਬ ਸਟੂਡੈਂਟ ਯੂਨੀਅਨ ਜਿਹੜੀਆਂ ਬੜੀਆਂ ਮਸ਼ਹੂਰ ਹੋਈਆਂ ਸੋ ਨੌਜਵਾਨ ਭਾਰਤ ਸਭਾ ਮੈਂ ਉਦੋਂ ਅੰਮ੍ਰਿਤਸਰ ਦੇ ਵਿੱਚ ਮੇਰੀ ਡਿਊਟੀ ਸੀ ਕਿ ਪਰਦੇ ਦੇ ਪਿੱਛੇ ਰਹਿ ਕੇ ਕੁਝ ਬੰਦਿਆਂ ਰਾਹੀਂ ਉਸ ਦੇ ਕੰਮ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਸੋ ਮੈਨੂੰ ਯਾਦ ਆ ਉਸ ਦਿਨ ਨੂੰ ਸਤੰਬਰ ਦਾ ਮਹੀਨਾ ਸੀ 1973 ਦੇ ਵਿੱਚ ਤੇ ਉਸ ਮੌਕੇ ਮਸਲਾ ਇਹ ਸੀ ਵੀ ਜਿਹੜਾ ਡੀਜ਼ਲ ਸੀ ਲੋਕਾਂ ਨੂੰ ਨਹੀਂ ਮਿਲ ਰਿਹਾ ਸੀ ਮਿਲਦਾ ਸੀ ਬਲੈਕ ਚ ਪੈਟਰੋਲ ਪੰਪਾਂ ਵਾਲੇ ਬਲੈਕ ਚ ਵੇਚਦੇ ਸੀਗੇ ਉਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਰਹੇ ਖਾਦ ਕੀੜੇ ਮਾਰ ਦਵਾਈਆਂ ਸਭ ਕੁਝ ਉਹ ਬਲੈਕ ਚ ਹੋਣ ਲੱਗ ਗਿਆ। ਤੋਂ ਫਿਰ ਇੱਕ ਮਹਿਮ ਚੱਲੀ ਕਿ ਉਹਨਾਂ ਦੇ ਗੋਦਾਮਾਂ ਨੂੰ ਘੇਰੋ। ਇਸ ਹਾਂ ਇਸ ਤਰ੍ਹਾਂ ਹੀ ਪੈਟਰੋਲ ਪੰਪਾਂ ਨੂੰ। ਸੋ ਸਤੰਬਰ ਦਾ ਮਹੀਨਾ ਸੀ ਸਾਡੇ ਉੱਥੇ ਅੰਮ੍ਰਿਤਸਰ ਦੇ ਵਿੱਚ ਨੌਜਵਾਨ ਭਾਰ ਸਮਾ ਬਣ ਚੁੱਕੀਆਂ ਸੀਗੀਆਂ ਤੇ ਜਿੰਨਾ ਵਿੱਚੋਂ ਬ੍ਰਿ얌 ਸੰਤੂ ਦਾ ਮੁੱਢਲੇ ਦੌਰ ਦੇ ਵਿੱਚ ਬਹੁਤ ਵੱਡਾ ਰੋਲ ਸੀ ਗਏ ਕੰਮ ਸ਼ੁਰੂ ਕਰਨ ਵਿੱਚ ਤੇ ਉਹਦਾ ਹੀ ਇੱਕ ਦੋਸਤ ਸੀ ਰਗਵੀਰ ਸਿੰਘ ਪੂਲੇ ਪਿੰਡ ਦਾ। ਮੁਰਕੇ ਤਾਂ ਉਹ ਟੀਚਰ ਲੱਗ ਗਿਆ। ਤੇ ਉਹ ਸਾਡਾ ਮੇਨ ਐਕਟਿਵਿਸਟ ਸੀਗਾ ਜਿਹਦੇ ਰਾਹੀਂ ਮੈਂ ਸਾਰਾ ਆਪਰੇਟ ਕਰਦਾ ਸੀ ਸੋ ਉਸ ਦਿਨ ਉਹਨਾਂ ਨੇ ਉੱਥੇ ਇੱਕ ਰੈਲੀ ਰੱਖੀ ਪਟ્રોલ ਪੰਪ ਤੇ ਪਿੱਖੀ ਪੰਡ ਤੋਂ ਜਿਹੜੀ ਅੰਮ੍ਰਿਤਸਰ ਨੂੰ ਜਾਂਦੀ ਸੜਕ ਹੈ ਪਿੱਖੀ ਪੰਡ ਵੱਲੋਂ ਜਦੋਂ ਆਉਨੇ ਆ ਤਾਂ ਕੱਬੇ ਹੱਥ ਪਟ્રોલ ਪੰਪ ਸੀ ਉਸ ਮੈਂ ਉਸ ਨੂੰ ਚਲਾ ਗਿਆ ਦੇਖੀਏ ਉੱਥੇ ਜਸਵੰਤ ਸਿੰਘ ਖਾਲੜਾ ਪਹਿਲੇ ਦਿਨ ਬੋਲਿਆ ਮੈਨੂੰ ਨਹੀਂ ਸੀ ਪਤਾ ਬੰਦਾ ਕੌਣ ਹੈ ਉਹ ਜਦੋਂ ਮੈਂ ਉਹਦੀਆਂ ਗੱਲਾਂ ਸੁਣੀਆਂ ਉਹ ਬੋਲਦੇ ਨੂੰ ਸੁਣਿਆ ਕਈ ਵਾਰ ਤੁਹਾਨੂੰ ਬੰਦਾ ਦੇਖ ਕੇ ਹੀ ਕੋਈ ਉਹ ਤੇ ਲੱਗਦਾ ਵੀ ਕੋਈ ਇਹ ਚ ਕੋਈ ਖਾਸ ਚੀਜ਼ ਹੈ। ਸੋ ਮੈਂ ਰਗਵੀਰ ਨੂੰ ਕਿਹਾ ਮੈਂ ਕਿਹਾ ਜਾਰੇ ਬੰਦਾ ਕੌਣ ਹੈ ਉਹ ਕਹਿੰਦਾ ਇਹ ਖਾਲਵੇ ਪਿੰਡ ਦਾ ਜਸਵੰਤ ਤੇ ਬਹੁਤ ਸਰਗਰਮ ਹੈ ਆਪਣੇ ਨਾਲ ਆਪਣੀ ਵਿਚਾਰਾਂ ਵਾਲਾ ਬੰਦਾ ਹੈ। ਮੈਨੂੰ ਕਿਹਾ ਫਿਰ ਮੇਰੇ ਨਾਲ ਇਹਦੀ ਮੁਲਾਕਾਤ ਕਰਵਾ। ਸੋ ਰੈਲੀ ਖਤਮ ਹੋਣ ਤੋਂ ਬਾਅਦ ਨੇੜੇ ਪਿੰਡਾ ਉਥੋਂ ਪੂਲਾ ਪਿੱਕੀ ਪਿੰਡ ਤੋਂ 3 ਕਿਲੋਮੀਟਰ ਤੇ ਉਹ ਨੂੰ ਉੱਥੇ ਲਿਆਇਆ ਤੇ ਮੈਂ ਉੱਥੇ ਸੀ ਸੋ ਉਹ ਪਹਿਲਾ ਮੌਕਾ ਸੀ ਜਦੋਂ ਮੈਂ ਉਹਦੇ ਨਾਲ ਬਹਿ ਕੇ ਤਕਰੀਬਨ 2 ਘੰਟੇ ਬੜੀ ਡਿਟੇਲ ਚ ਗੱਲਬਾਤ ਹੋਈ ਸੋ ਮੇਰਾ ਫਰਸਟ ਇੰਪ੍ਰੈਸ਼ਨ ਜੋ ਉਹਦੇ ਬਾਰੇ ਬਣਿਆ ਕਿ ਕਾਫੀ ਇੰਟੈਲੀਜੈਂਟ ਜਿਹੜਾ ਗੱਲ ਨੂੰ ਸਮਝਦਾ ਬੜਾ ਕਈ ਵਾਰ ਕਈ ਬੰਦਿਆਂ ਨਾਲ ਤੁਸੀਂ 2 ਘੰਟੇ ਗੱਲ ਕਰਕੇ ਤੁਹਾਨੂੰ ਐ ਲੱਗਦਾ ਮੈਂ ਕਨਵੇ ਨਹੀਂ ਕਰ ਸਕਿਆ ਆਪ ਨੂੰ تسلی ਨਹੀਂ ਹੁੰਦੀ ਮੈਨੂੰ ਬੜਾ ਚੰਗਾ ਲੱਗਿਆ ਜਿਵੇਂ ਚੰਗੀ ਫੀਲਿੰਗ ਹੁੰਦੀ ਹੈ ਨਾ ਬਹੁਤ ਗੱਲਬਾਤ ਬੜੀ ਸਾਰਥਕ ਹੋਈ ਮੈਨੂੰ ਸਾਰੀ ਵੀ ਸਾਡੀ ਆ ਸੋਚ ਹੈ ਇਸ ਤਰ੍ਹਾਂ ਅਸੀਂ ਕੰਮ ਕਰਦੇ ਆ ਤੇ ਆ ਸਾਡਾ ਅਜੰਡਾ ਹੈ ਤੇ ਇਹ ਸਬੰਧ ਚ ਵੀ ਮੈਂ ਤੈਨੂੰ ਅੱਜ ਸੁਣਿਆ ਤੇ ਮੈਨੂੰ ਤੇਰੇ ਚ ਬੜੀਆਂ ਸੁਭਾਵਨਾਵਾਂ ਲੱਗੀਆਂ ਤੇ ਤੂੰ ਆਪਦਾ ਸੋਚ ਕੇ ਮਨ ਦੱਸੀ ਕੀ ਫੈਸਲਾ ਤੇਰਾ ਜ਼ਿੰਦਗੀ ਚ ਕੀ ਕਰਨਾ ਚਾਹਣਾ ਹੈ ਖਰ ਉਹਨੇ ਸੋਚਣਾ ਕਿਸੇ ਪਹਿਲਾਂ ਹੀ ਸੋਚ ਚੁੱਕਿਆ ਸੀ ਉਹੇ ਕੰਮ ਕਰਨੀ ਤਾਂ ਲੱਗਿਆ ਸੀ ਆਪਦੀ ਲੈਵਲਤੀ ਉਹਨੇ ਇਹ ਫੈਸਲਾ ਕਰ ਲਿਆ ਸੀਗਾ ਉਹ ਚਲੋ ਮੈਨੂੰ ਫਿਰ ਬਾਅਦ ਚ ਪਤਾ ਜੇ ਤੇ ਆਪਾਂ ਅੱਗੇ ਚੱਲਦੇ ਆਂਗੇ ਕਿ ਉਹ ਕਿਵੇਂ ਅਕਾਲੀ ਦਲ ਤੱਕ ਲਾਸਟ ਟਾਈਮ ਚ ਉਹ ਅਕਾਲੀ ਦਲ ਦੇ ਅਕਾਲੀ ਦਲ ਦੇ ਮੈਂਬਰ ਸੀਗੇ ਹਾਂਜੀ ਸ਼ੁਰੂ ਲੈਫਟ ਤੋਂ ਹੁੰਦੇ ਨੇ ਉਹ ਹਾਂ ਲਾਸਟ ਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਤੌਰ ਦੇ ਉੱਤੇ ਮਨੁੱਖੀ ਅਧਿਕਾਰ ਵਿੰਗ ਦੇ ਮਨਲਾ ਮੁਖੀ ਸੀਗੇ ਹਾਂਜੀ ਉਦੋਂ ਅਕਾਲੀ ਦਲ ਦੇ ਅੰਦਰ ਸਪੇਸ ਸੀਗਾ ਕਿ ਉਹ ਸਾਰੀਆਂ ਗੱਲਾਂ ਦੇ ਉੱਤੇ ਅਕਾਲੀ ਦਲ ਕੱਲ ਕਰ ਰਿਹਾ ਜਿਨ੍ਹਾਂ ਤੇ ਗੱਲ ਅਕਾਲੀ ਦਲ ਬਾਅਦ ਚ ਕਈ ਵਾਰ ਚੋਪੀ ਵੀ ਕੀਤਾ ਉਹਨਾਂ ਗੱਲਾਂ ਤੇ ਜਦੋਂ ਖਾਸ ਤੌਰ ਤੇ ਸੁਪਰੀਮ ਕੋਰਟ ਹੀ ਕੇਸ ਗਿਆਗਾ ਸਲਿਸ਼ ਸਿੰਘ ਸੈਣੀ ਨੇ ਡਿਫੈਂਡ ਕੀਤਾ ਗਿਆ ਤੁਹਾਡੇ ਯਾਦ ਆ ਮੈਂ ਹੁਣ ਕਿਤਾਬ ਦੇ ਉੱਤੇ ਆਉਣਾਗਾ ਮੈਂ ਜ਼ਰੂਰ ਕਿਉਂਕਿ ਖਾਲੜਾ ਸਾਹਿਬ ਬਾਰੇ ਮੋਟੀ ਗੱਲ ਲੋਕਾਂ ਨੂੰ ਇਹ ਪਤਾ ਕਿ ਉਹ 25000 ਲਾਸ਼ਾਂ ਦੇ ਲਈ ਲੜੇ ਕੀ ਐਂਡ ਅਨ ਆਈਡੈਂਟੀਫਾਈ ਕਰਕੇ ਸਾੜ ਦਿੱਤੀਆਂ ਸਾਨੂੰ ਇਹਦਾ ਦੱਸੋ ਕੌਣ ਸੀ ਇਹ ਜਾਂ ਉਹਨਾਂ ਦੇ ਸੁਪਰੀਮ ਕੋਰਟ ਤੱਕ ਗਏ ਕੇ ਸੁਪਰੀਮ ਕੋਰਟ ਤੱਕ ਗਿਆ ਉਹਨਾਂ ਤੋਂ ਬਾਅਦ ਤੇ ਸੁਪਰੀਮ ਕੋਰਟ ਚੋਂ ਇੱਕ ਮਦਦ ਮਿਲੀ ਉਹਨਾਂ ਲੋਕਾਂ ਨੂੰ ਵਿਚਾਰਿਆ ਨੂੰ ਜਿਨ੍ਹਾਂ ਦੇ ਉਹਨਾਂ ਦਾ ਕਦੇ ਉਹਨਾਂ ਦਾ ਘਾਟਾ ਦਾ ਵਿਚਾਰਿਆ ਦਾ ਕਦੇ ਹੀ ਪੂਰਾ ਨਹੀਂ ਹੋ ਸਕਦਾ ਪਰ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦਿੱਤੀ ਗਈ ਮੁਆਵਜ਼ਾ ਦਿੱਤਾ ਗਿਆ ਮੈਂ ਹੁਣ ਸ਼ੁਰੂਆਤ ਕਰ ਦਾਂਗਾ ਕਿ ਜਿਹੜਾ ਖਾਲੜੇ ਦੇ ਅੰਦਰ ਇਹ ਗੱਲ ਸੀਗੇ ਜਿੱਥੋਂ ਉਹ ਬਣਦੇ ਨੇਗੇ ਇਹ ਸ਼ੁਰੂਆਤ ਜਿਵੇਂ ਤੁਹਾਡਾ ਪਹਿਲੀ ਹੈ ਪਰਿਵਾਰਕ ਪਿਸ਼ੋਕੜ ਹਾਂਜੀ ਪਰਿਵਾਰ ਚ ਹੀ ਕਿਤੇ ਪਈ ਸੀਗੀ ਉਹ ਸਾਰੀ ਗੱਲ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਜਿਵੇਂ ਹਨਾ ਯਾਦਾਂ ਦੇ ਪੁੱਤਲੇ ਕਿਵੇਂ ਹੁੰਨੇ ਹੋ ਕਿ ਸਾਡੇ ਦਾਦੇ ਬਰਦਾਦੇ ਆ ਪੁਰਖਿਆਂ ਦੀਆਂ ਸਾਡੇ ਸਾਡੀਆਂ ਨਫਜ਼ਾਂ ਦੇ ਅੰਦਰ ਖੂਨ ਚੱਲਣ ਤੋਂ ਲੈ ਕੇ ਹਰ ਗੱਲ ਚੱਲੀ ਆ ਰਹੀ ਹੈ ਹਾਂ ਜਤਵਿੰਦਰ ਸਿੰਘ ਜਿਵੇਂ ਆਪਾਂ ਬੰਦੇ ਨੇ ਕਹਣਾ ਉਹਦੇ ਖੂਨ ਚ ਇਹ ਗੱਲ ਪਈ ਸੀ ਹੈਨਾ ਤੇ ਜੀਨ ਜਿਵੇਂ ਕਹੋ ਜੇ ਅੰਗਰੇਜ਼ੀ ਦਾ ਸ਼ਬਦ ਵਰਤਣਾ ਉਹਦੇ ਚ ਕਈ ਗੱਲਾਂ ਦਾ ਰੋਲ ਹੁੰਦਾ ਹੈ ਕੌਮ ਦਾ ਵਿਰਸਾ ਵੀ ਬਹੁਤ ਵੱਡਾ ਰੋਲ ਪਲੇ ਕਰਦਾ ਜਿਸ ਕੌਮ ਦਾ ਜਿਸ ਭਾਈਚਾਰੇ ਦਾ ਤੁਸੀਂ ਅੰਗ ਹੋ ਪਰ ਸਭ ਤੋਂ ਮੁੱਢਲੀ ਇਕਾਈ ਤਾਂ ਪਰਿਵਾਰ ਹੈ ਨਾ ਸੋ ਹਰ ਇੱਕ ਨੂੰ ਪਰਿਵਾਰ ਚ ਜ਼ਰੂਰੀ ਨਹੀਂ ਉਹ ਹੈ ਜਾਂ ਵਿਰਸਾ ਮਿਲ ਜੇ ਇਹ ਕਿਸੇ ਪਹਾਗਾ ਵਾਲੇ ਨੂੰ ਹੀ ਉਬਰ ਸਮਿਲਦਾ ਹੈ ਸੋ ਜਸਵੰਤ ਉਹਨਾਂ ਭਾਗ ਭਾਗਾ ਵਾਲੇ ਬੰਦਿਆਂ ਚੋਂ ਸੀ ਉਹ ਅਕਸਰ ਬੜੇ ਫਖਰ ਨਾਲ ਇਹ ਗੱਲ ਕਰਦਾ ਹੁੰਦਾ ਸੀ ਆਪਣੇ ਦਾਦਾ ਜੀ ਬਾਰੇ ਤੇ ਦਾਦਾ ਜੀ ਤੋਂ ਵੱਧ ਕੇ ਜਿਹੜੇ ਉਹਦੇ ਪੜਦਾਦਾ ਸੀਗਾ ਸੂਰਾ ਸਿੰਘ ਸੂਰਾ ਸਿੰਘ ਸੂਰਾ ਸਿੰਘ ਸੋ ਉਸ ਮੌਕੇ 1700 26 27 ਚ ਜਦੋਂ ਜ਼ਕਰੀਆ ਖਾਨ ਦਾ ਰਾਜ ਸੀ ਤੇ ਜ਼ੁਲਮ ਜ਼ੋਰਾਂ ਤੇ ਸੀ ਤੇ ਸਿੰਘ ਘਰਾਂ ਚੋਂ ਭੱਜੇ ਹੋਏ ਸੀ ਤੇ ਗਰੀਲਾ ਲੜਾਈ ਲੜ ਰਹੇ ਸੀ ਇੱਕ ਠਾਰ ਸੀ ਬਾਹ ਪਿੰਡ ਚ ਤਾਰਾ ਸਿੰਘ ਸਿੰਘ ਸੀਗਾ ਉਹਨੇ ਆਪਦਾ ਬਾਹ ਖੇਤਾਂ ਚ ਬਾੜਾ ਬਣਾਇਆ ਹੋਇਆ ਸੀ ਜਿੱਥੇ ਆ ਕੇ ਸਿੰਘ ਜਦੋਂ ਮਰਜ਼ੀ ਠਹਿਰ ਸਕਦੇ ਸੀ ਲੰਗਰ 24 ਘੰਟੇ ਉੱਥੇ ਤਿਆਰ ਹੁੰਦਾ ਸੀ ਮਤਲਬ ਉਹਨਾਂ ਦੀ ਇੱਕ ਛੋਪਣਗਾਹ ਕਹਿ ਲੋ ਜਾਂ ਇਕੱਠਾ ਹਰ ਉਹ ਬਣਾਈ ਹੋਈ ਸੀ ਤਉ ਬੜਾ ਉੱਚੀਆਂ ਵੱਟਾਂ ਕਰਕੇ ਉੱਤੇ ਉਹਦੇ ਝਾਫੇ ਰੱਖ ਕੇ ਅੱਜ ਮੇ ਇੱਕ ਵੀ ਬਾਹਰੋਂ ਦਿ세 ਨਾ ਕੋਈ ਓਲਾ ਵੀ ਸੀ ਉਹ ਉਹਦੇ ਵਿੱਚ ਉਹ ਬੰਦਿਆਂ ਚ ਜਿਹੜੇ ਇੱਥੇ ਉਹਨਾਂ ਦੇ ਖਾਸ ਬੰਦੇ ਸੀ ਜਿਹੜੇ ਜੂਝ ਰਹੇ ਸੀ ਉਹਨਾਂ ਵਿੱਚ ਸਰਦਾਰ ਸੂਰਾ ਸਿੰਘ ਵੀ ਸੀ ਤੇ ਜਿਹੜੀ ਫਿਰ ਉੱਥੇ ਇੱਕ ਜੰਗ ਹੋਈ ਸੀ ਚਲੋ ਆਪਾਂ ਉਹ ਡਿਟੇਲ ਚ ਨਹੀਂ ਜਾਂਦੇ ਉਹ ਕਿਤਾਬ ਚ ਪੜ੍ਹੀ ਜਾ ਸਕਦੀ ਹੈ ਕਹਾਣੀ ਉਹ ਜੰਗ ਕਿਵੇਂ ਹੋਈ ਉਹ ਗੁਜਰਾ ਸਾਹਿਬ ਰਾਏ ਚੌਧਰੀ ਸੀ ਨਸ਼ਰੇ ਦਾ ਪਹਿਲਾਂ ਉਹਦੇ ਨਾਲ ਟੱਕਰ ਹੋਈ ਉਹਦੇ ਉਹਨਾਂ ਨੇ ਬੰਦੇ ਬਹੁਤ ਮਾਰਤੇ ਉਹ ਲਾਸ਼ਾਂ ਦਾ ਭਰ ਕੇ ਗੱਡਾ ਉਹ ਪਿੱਟਿਆ ਜਾ ਕੇ ਪੱਟੀ ਦੇ জাফর ਵੇਗ ਨਾਲ ਫੌਜਦਾਰ ਕੋਲੇ ਫੌਜਦਾਰ ਨੇ 200 ਬੰਦਾ ਭੇਜਿਆ ਉਹਦੇ ਚ ਉਹਨਾਂ ਨੇ ਬਹੁਤ ਬੰਦੇ ਸਿੰਘਾਂ ਨੇ ਮਾਰਤੇ ਉਹਦਾ ਭਰਾ ਵੀ ਮਾਰਿਆ ਉਹਦਾ ਭਤੀਜਾ ਵੀ ਫਿਰ ਉਹ ਗੱਡੇ ਤੇ ਰੱਖ ਕੇ ਉਹਨਾਂ ਦੀਆਂ ਲਾਸ਼ਾਂ ਉਹ ਲਾਹੌਰ ਪਹੁੰਚਿਆ জাফর ਵੇਗ জাকਰੀਆ ਖਾਨ ਨੂੰ ਪਿੱਟਿਆ ਜਾ ਕੇ ਫਿਰ জাকਰੀਆ ਖਾਨ ਨੇ ਬਹੁਤ ਵੱਡੀ ਫੋਰਸ ਭੇਜਿਆ ਕੁੱਲ ਮਿਲਾ ਕੇ ਹਜ਼ਾਰ ਬੰਦਾ ਹੋਊ ਜਿੰਨੇ ਜਿੱਚ ਛੋਟੀਆਂ ਤੋਪਾਂ ਵੀ ਦੇ ਕੇ ਭੇਜਿਆ ਜਿਹਨੂੰ ਜੰਬੂਰੇ ਕਹਿ ਦਿੰਨੇ ਆਪਾਂ ਹਾਥੀ ਵੀ ਭੇਜੇ ਉਹਦੇ ਚੋਂ ਉਹ ਸ਼ਹੀਦ ਕੀਤਾ ਗਿਆ ਉਹਦੇ ਚੋਂ ਇਹ ਸਾਰੇ ਇੱਥੇ 40 ਕ ਬੰਦੇ ਸੀ ਇਹਨਾਂ ਦੇ ਪਰਦਾਦਾ ਜੀ ਸ਼ਹੀਦ ਹੋਏ ਹਾਂ ਉੱਥੇ ਫਿਰ 22 ਸਿੰਘ ਸ਼ਹੀਦ ਹੋਏ ਤੇ ਉਹਨਾਂ ਚੋਂ ਸੂਰਾ ਸਿੰਘ ਸੀ ਤੇ ਉਹ ਸੂਰਾ ਸਿੰਘ ਦੇ ਨਾਂ ਤੇ ਫਿਰ ਇੱਕ ਪੱਤੀ ਬਣ ਗਈ ਕਿਉਂਕਿ ਉਹਦੀ ਅੰਸ਼ਵਾਸ ਵਾਧਦੀ ਗਈ ਫਿਰ ਇੱਕ ਪੱਤੀ ਸੂਰਾ ਪੱਤੀ ਆ ਸੂਰਾ ਪੱਤੀ ਆ ਖਾਲੜਾ ਪਿੰਡ ਚਾਜ ਖਾਲੜਾ ਪਿੰਡ ਚ ਤੇ ਜਸਵੰਤ ਸਿੰਘ ਉਹ ਵੀ ਅਸੀਂ ਸੂਰਾ ਪੱਤੀ ਵਾਲੇ ਆ ਹੂੰ ਤੇ ਦਾਦਾ ਹਰਨਾਮ ਸਿੰਘ ਦਾਦਾ ਹਰਨਾਮ ਸਿੰਘ ਫਿਰ ਉਹਨਾਂ ਦਾ ਗਾਂ ਸੀਗਾ ਤੇ ਉਹ ਚੜਦੀ ਉਮਰ ਚ ਹੀ ਫੌਜ ਚ ਚਲਾ ਗਿਆ ਸੀ ਸਾਨੂੰ ਪਤਾ ਜਦੋਂ ਪੰਜਾਬ ਗੁਲਾਮ ਹੋਇਆ ਤਾਂ ਜਦੋਂ ਉਹਨਾਂ ਨੇ ਭਰਤੀ ਕਰਨੇ ਸ਼ੁਰੂ ਕੀਤੇ ਸਿੱਖ ਤਾ ਮਾਜੇ ਚੋਂ ਬਹੁਤ ਗਏ ਸੀਗੇ ਇਹ ਜਿਹੜੇ ਸਾਰੇ ਪਿੰਡਾਂ ਨਾਲ ਮਾਜੇ ਦੇ ਸੁਰ ਸਿੰਘ ਦੀ ਬਹੁਤ ਜਾਦੇ ਰਸਾਲੇ ਚ ਬੰਦੇ ਇਹ ਸਾਰੇ ਰਸਾਲੇ ਚ ਜਾਂਦੇ ਸੀ ਸਰੀਰ ਬੜੇ ਤਕੜੇ ਸੀ ਤੇ ਘੋੜ ਸਵਾਰੀ ਨੂੰ ਬਹੁਤ ਤਕੜੇ ਸੀ ਘੋੜਿਆਂ ਦੇ ਸ਼ਕੀਨ ਵੀ ਸੀਗੇ ਤੇ ਇੱਕ ਜੰਗਾਂ ਦਾ ਵਿਰਸਾ ਵੀ ਸੀ ਉਹ ਫਿਰ ਫੌਜ ਚ ਚਲਾ ਗਿਆ ਸੀ ਪਰ ਫੌਜ ਚ ਉਸੇ ਅਣਖੀ ਤੇ ਕਿਸੇ ਗੱਲੋਂ ਕੋਈ ਅਣਬਣ ਹੋ ਗਈ ਵਾਪਸ ਉੱਥੋਂ ਬਕਾਬਤ ਕਰਕੇ ਵਾਪਸ ਘਰ ਨਹੀਂ ਆਇਆ ਕਿਉਂਕਿ ਘਰ ਤਾਂ ਉਹਨਾਂ ਨੇ ਬੈਠਣ ਨਹੀਂ ਸੀ ਦੇਣਾ ਉਹ ਬਾਹਰ ਨਿਕਲ ਗਿਆ ਮਲਾਇਆ ਸਿੰਗਾਪੁਰ ਅਟਾਪੂਆ ਤੇ ਮਨੀਲਾ ਵਗੈਰਾ ਫਿਰ ਉੱਥੇ ਰਿਹਾ ਫਿਰ ਜਦੋਂ ਬਾਬਾ ਗੁਰਦੇਵ ਸਿੰਘ ਨੇ ਜਿਹੜਾ ਜਹਾਜ਼ ਸੀਗਾ ਜਿਹਨੂੰ ਕਾਮਾਗਾਟਾ ਮਾਰੂ ਜਹਾਜ਼ ਕਹਿੰਦੇ ਨੇ ਤੇ ਐਕਚੁਅਲੀ ਉਹ ਤਾਂ ਨਾਮ ਗੁਰਨਾਨਕ ਜਹਾਜ਼ ਉਹ ਕੰਪਨੀ ਦਾ ਨਾਮ ਗੁਰਨਾਨਕ ਦੇਵ ਜੀ ਦੇ ਨਾਮ ਤੇ ਉਹਨੇ ਰਜਿਸਟਰ ਕੀਤੀ ਸੀ ਉਹ ਤੋਰਨਾ ਸੀ ਵੀ ਕਿਉਂਕਿ ਅੰਗਰੇਜ਼ਾਂ ਦੀ ਸ਼ਰਤ ਸੀ ਨਾ ਵੀ ਜਿਹੜਾ ਜਹਾਜ਼ ਕਲਕੱਤੇ ਤੋਂ ਚੱਲ ਕੇ ਸਿੱਧਾ ਬੈਂਕੂਬਰਾਉ ਉਹਨੂੰ ਹੀ ਅਸੀਂ ਉੱਥੇ ਐਡਮਿਟ ਕਰਾਂਗੇ ਰਾਹ ਦੀ ਸਵਾਰੀ ਨਹੀਂ ਤੇ ਉਹ ਹੁਣ ਸ਼ਰਤ ਪੂਰੀ ਕਰਨੀ ਬੜੀ ਔਖੀ ਸੀ ਇੰਨੇ ਮੁਸਾਫਰ ਲੈਣੇ ਉਹ ਫਿਰ ਇੰਨਾ ਨੇ ਉੱਥੇ ਤੁਰ ਫਿਰ ਕੇ ਸਾਰੇ ਟਾਪੂਆਂ ਤੇ ਉਹ ਬੰਦੇ ਤਿਆਰ ਕੀਤੇ ਉਹ ਜਹਾਜ਼ ਦੇ ਮੁਸਾਫਰ ਬਣਾਏ ਆਪ ਵੀ ਉਹਦੇ ਚ ਗਏ ਫਿਰ ਉੱਥੇ ਇੱਕ ਕਮੇਟੀ ਬਣੀ ਸਿੱਖ ਪਰੰਪਰਾ ਮੁਤਾਬਕ ਵੀ ਕੋਈ ਵੀ ਮਸਲਾ ਆਉ ਪੰਜ ਮੈਂਬਰੀ ਕਮੇਟੀ ਪੰਜ ਪ੍ਰਧਾਨੀ ਉਸ ਕਮੇਟੀ ਦੇ ਸਰਗਰਦਾ ਮੈਂਬਰ ਸੀਗੇ ਸਰਦਾਰ ਹਰਨਾਮ ਸਿੰਘ ਉਹ ਬਨਕੂਬਰ ਤੱਕ ਪਹੁੰਚੇ ਬਨਕੂਬਰ ਤੱਕ ਪਹੁੰਚੇ ਜਦੋਂ ਬਨਕੂਬਰ ਉਹਨਾਂ ਨੇ ਉਤਰਨਾ ਦਿੱਤੇ ਕਾਫੀ ਦਿਨ ਉਹ ਸਾਰੀ ਲੰਮੀ ਕਹਾਣੀਆਂ ਸਾਰੇ ਜਾਣਦੇ ਨੇ ਆਪਾਂ ਨੂੰ ਉਹ ਕਿੱਸਾ ਉਹਦੇ ਚ ਇਹ ਸੀ ਵੀ ਜਿੱਦਣ ਫਿਰ ਉਹਨਾਂ ਦਾ ਇਹ ਲੱਗਿਆ ਕਿ ਨੇੜੇ țeੜੇ ਉਹਨਾਂ ਨੇ ਆਪਦੀਆਂ ਹੌਲਿਆਂ ਦੀਆਂ ਬੋਟਸ ਵੀ ਹੁਣ ਹਮਲਾ ਕਰਨਗੇ ਉਹ ਤੋ ਗੋਲਿਆਂ ਨਾਲ ਜਾਂ ਬੰਦੂਕਾਂ ਨਾਲ ਸੋ ਇਹ ਸਰਦਾਰ ਹਰਨਾਮ ਸਿੰਘ ਨੇ ਆਪਦੇ ਰਵਾਲਬਰ ਚੋਂ ਤਿੰਨ ਫਾਇਰ ਕਰਕੇ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਮੁਕਾਬਲੇ ਲਈ ਤਿਆਰ ਆਂ ਇਹ ਸੰਦੇਸ਼ ਹੀ ਸੀ ਤਿੰਨ ਸੰਘਤ ਨੇ ਜਕਾਰੇ ਛੱਡੇ ਤੇ ਸੋ ਉਹਨਾਂ ਦਾ ਜਜ਼ਬਾ ਤੇ ਹੌਸਲਾ ਦੇਖ ਕੇ ਉਹਨਾਂ ਨੇ ਫਿਰ ਉਹ ਹਮਲਾ ਤਾਂ ਨਾ ਕੀਤਾ ਚਲੋ ਫਿਰ ਉਹ ਗੱਲਬਾਤ ਚੱਲੀ ਉਹਨਾਂ ਨਾਲ ਕਿ ਉਹ ਜਹਾਜ਼ ਮੁੜਿਆ ਆ ਮਤਲਬ ਮੁੜਿਆ ਆ ਤੇ ਆਪਾਂ ਨੂੰ ਪਤਾ ਹੈ ਫਿਰ ਇੱਥੇ ਜਦੋਂ ਕਲਕੱਤੇ ਪਹੁੰਚੇ ਬੰਦਰਗਾਹ ਦੇ ਉੱਤੇ ਉੱਥੇ ਉਹਨਾਂ ਨੇ ਫੇਰ ਸਾਰੇ ਗ੍ਰਿਫਤਾਰ ਕੀਤੇ ਤੇ ਇਹ ਬਾਬਾ ਗੁਰਦੇਵਤ ਸਿੰਘ ਦੇ ਨਾਲ ਉੱਥੋਂ ਇੱਕ ਵਾਰ ਤਾਂ ਬਚ ਕੇ ਨਿਕਲ ਗਏ ਫੁਰਤੀ ਨਾਲ ਬੰਦਰਗਾਹ ਤੋਂ ਪਰ ਥੋੜੀ ਦੂਰ ਜਾ ਕੇ ਫਿਰ ਫੜੇ ਗਏ ਬਾਬਾ ਗੁਰਦੇਵਤ ਸਿੰਘ ਵੀ ਤੇ ਸਰਦਾਰ ਹਰਨਾਮ ਸਿੰਘ ਵੀ ਫਿਰ ਇਹਨਾਂ ਦੇ ਮੁਕਦਮੇ ਚਲਾਏ ਤੇ ਇਹਨਾਂ ਨੂੰ ਸਜ਼ਾ ਦਿੱਤੀ ਕੋਸਟਰ ਜੇਲ੍ਹ ਚ ਰੱਖਿਆ ਅਲਟੀਮੇਟਲੀ ਪਿੰਡ ਚ ਨજર ਬੰਦ ਕਰਤਾ ਕਰੇ ਵੀ ਘਰੋਂ ਕਿਤੇ ਨਹੀਂ ਜਾਣਾ ਸੋ ਜਸਵੰਤ ਸਿੰਘ ਖਾਲੜੇ ਦੇ ਬਾਪ ਦਾ ਜਨਮ ਉਦੋਂ ਬਾਅਦ ਹੋਇਆ ਉਦੇ ਘਰ ਮੁੜਨ ਤੋਂ ਬਾਅਦ ਤੇ ਉਹ ਅਜੇ 7 ਸਾਲਾਂ ਦੀ ਸੀ ਇਹਦਾ ਬਾਪ ਜਸਵੰਤ ਦਾ ਤੇ ਜਦੋਂ ਹਰਨਾਮ ਸਿੰਘ ਨੇ ਫੈਸਲਾ ਫੇਰ ਕਰ ਲਿਆ ਵੀ ਫੇਰ ਭਜਦੇ ਆ ਨਜ਼ਰਬੰਦੀ ਤੋਂ ਉਹਨੇ ਫਿਰ ਆਪਦੇ ਵੱਡੇ ਪੁੱਤਰ ਪ੍ਰੀਤਮ ਸਿੰਘ ਸੀ ਉਹਨੂੰ ਨਾਲ ਲਿਆ ਤੇ ਦੋਹੇ ਉੱਥੋਂ ਨਿਕਲ ਗਏ ਚੋਰੀ ਤੇ ਜਸਵੰਤ ਖਾਲਸੇ ਦੇ ਪਿਤਾ ਜੀ ਸੁਣਾਉਂਦੇ ਹੁੰਦੇ ਆ ਵੀ ਅਸੀਂ ਦੂਰ ਤੱਕ ਉਹਨਾਂ ਨੂੰ ਤਾਂਗੇ ਤੇ ਛੱਡਣ ਗਏ ਸੀਗੇ ਇਸੀ ਵੀ ਵਿਦਾ ਕਰਤੇ ਬਸ ਉਹ ਆਖਰੀ ਮੁਲਾਕਾਤ ਸੀਗੀ ਸਰਦਾਰ ਹਰਨਾਮ ਸਿੰਘ ਨਾਲ ਉਹਨਾਂ ਦੀ ਉਦੋਂ ਮੁੜ ਕੇ ਕਦੇ ਪਤਾ ਨਹੀਂ ਉਹ ਪਤਾ ਤਾਂ ਲੱਗਿਆ ਫਿਰ ਮੁੜ ਕੇ ਉਹ ਚੀਨ ਰਹਿਣ ਲੱਗ ਗਏ ਸੀ ਤੇ ਚੀਨ ਤੋਂ ਚਿੱਠੀ ਪੱਤਰ ਆਉਂਦਾ ਰਹਿੰਦਾ ਸੀ ਸੰਪਰਕ ਸੀ ਪਰ ਮੁਲਾਕਾਤ ਨਹੀਂ ਹੋਈ ਉੱਥੇ ਹੀ ਫਿਰ ਕਰਤਾਰ ਸਿੰਘ ਜੀ ਦਾ ਜਸਵੰਤ ਸਿੰਘ ਖਾਲੜੇ ਦੇ ਪਿਤਾ ਜੀ ਦਾ ਨਾਂ ਉੱਥੇ ਇੱਕ ਬਸੰਤ ਸਿੰਘ ਇਹਨਾਂ ਦੇ ਗਵਾਂਢੀ ਪਿੰਡ ਦੀ ਐ ਸੁਰ ਸਿੰਘ ਉੱਥੋਂ ਦਾ ਬਸੰਤ ਸਿੰਘ ਦੇ ਦਾ ਦੋਸਤ ਬਣ ਗਿਆ ਬਾਬਾ ਹਰਨਾਮ ਸਿੰਘ ਦਾ ਫਿਰ ਉਹ ਕੋਡਮ ਬਣ ਗਈ ਉੱਥੇ ਬੈਠੀ ਬਸੰਤ ਸਿੰਘ ਦੀ ਲੜਕੀ ਸੀ ਮੁਖਤਿਆਰ ਕੌਰ ਤੇ ਕਰਤਾ ਆਪਣਾ ਇਹਨਾਂ ਦਾ ਲੜਕਾ ਸੀਗਾ ਕਰਤਾਰ ਸਿੰਘ ਜਦੋਂ ਜਵਾਨ ਹੋਇਆ ਫਿਰ ਬਸੰਤ ਸਿੰਘ ਨੇ ਆ ਕੇ ਕਿਉਂਕਿ ਹਰਨਾਮ ਸਿੰਘ ਤਾਂ ਨਹੀਂ ਸਕਦਾ ਸੀ ਉਹ ਤਾਂ ਭੱਜ ਕੇ ਗਿਆ ਹੋਇਆ ਸੀ ਬਸੰਤ ਸਿੰਘ ਨੇ ਆ ਕੇ ਉਹ ਰਿਸ਼ਤਾ ਕੀਤਾ ਜਿੱਥੋਂ ਫਿਰ ਇਹ ਕਹਿ ਲੋ ਵੀ ਜਸਵੰਤ ਦਾ ਜਨਮ ਹੋਇਆ 1952 ਚ ਉਸੇ ਸੂਰਾ ਪੱਤੀ ਚ ਉਸੇ ਖਾਨਦਾਨ ਚ ਪਹਿਲੀ ਵਾਰ ਐਕਟਿਵ ਫਿਰ ਕਦੋਂ ਜਦੋਂ ਪਹਿਲੀ ਵਾਰ ਜਿਹੜੀ ਇਹ ਜਾਗ ਲੱਗੀ ਇੱਧਰ ਨੂੰ ਤਰਨ ਦੀ ਪਹਿਲੀ ਵਾਰ ਐਕਟਿਵ ਕਦੋਂ ਹੁੰਦੇ ਨੇ ਐਕਟਿਵ ਹੁੰਦੇ ਨੂੰ 1968 ਚ ਉਹਨੇ ਪਿੰਡ ਦੇ ਸਕੂਲ ਤੋਂ ਹੀ میٹرਕ ਕੀਤੀ ਇਹ 1968 ਚ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਚ ਜਾ ਲੱਗਿਆ ਪ੍ਰੈਪ ਉਹ ਪ੍ਰੈਪ ਕਹਿੰਦੇ ਹੁੰਦੇ ਸੀ ਪਰੀ ਯੂਨੀਵਰਸਿਟੀ 12ਵੀਂ ਨੂੰ ਹਾਂ ਹੀ ਰੱਖਦੀ ਪੜਾਈ ਨੂੰ ਹਾਂ ਮਨ ਲਓ 11ਵੀਂ ਕਲਾਸ ਸੀ ਤੇ ਹੁਣ ਤਾਂ ਫਿਰ 12ਵੀਂ ਨੂੰ ਪ੍ਰੈਪ ਕਹਿੰਦੇ ਸੀਗੇ ਨਾ ਕੱਲੀ 11ਵੀਂ ਸੀ ਕੱਲੀ 11ਵੀਂ ਹਾਂ ਫਿਰ 3 3 ਇਅਰ ਕੋਰਸ ਹੁੰਦਾ ਸੀ ਫਸਟ ਇਅਰ ਸੈਕੰਡ ਇਅਰ ਜਾਂ ਜੇ ਤੁਸੀਂ ਇੰਜੀਨੀਅਰਿੰਗ ਕਾਲ ਇੰਜੀਨੀਅਰਿੰਗ ਤੇ ਜਾਣਾ ਪ੍ਰੀ ਇੰਜੀਨੀਅਰਿੰਗ ਜੇ ਮੈਡੀਕਲ ਤੇ ਜਾਣਾ ਪ੍ਰੀ ਮੈਡੀਕਲ ਸੋ ਇਹ ਸਿਸਟਮ ਇਸ ਤਰ੍ਹਾਂ ਦਾ ਸੀ ਸੋ ਇਹ ਪ੍ਰੈਪ ਚ ਸੀ ਤੇ ਇਹਨੇ ਲੈ ਲਿਆ ਸੀਗਾ ਨਾਨ ਮੈਡੀਕਲ ਇੰਜੀਨੀਅਰ ਬਣਨਾ ਚਾਹੁੰਦਾ ਸੀ ਤੇ ਪਰ ਉੱਥੇ ਫਿਰ ਇਹ ਉਹ ਉਹ ਮੌਕਾ ਸੀ 68 ਤੇ ਜਦੋਂ ਬਹੁਤ ਵਿਦਿਆਰਥੀ ਉਭਾਰ ਆਇਆ ਸੁਧਾਰ ਤੁਹਾਨੂੰ ਯਾਦ ਹੋਣਾ ਇੱਕ ਗੋਲੀ ਚੱਲੀ ਬਿਲਕੁਲ ਹਾਂ ਉੱਥੇ ਨੌਜਵਾਨ ਮੁੰਡਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਜਗਤਾਰ ਸਿੰਘ ਜੀਤੇ ਫਿਰ ਉਹ ਕੱਪੜਾ ਜਿਹੜੀ ਅੱਜ ਕੱਲ ਬਹੁਤ ਚਲਦੀ ਆ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਪੱਟੜ ਮੱਤਾਂ ਨਹੀਂ ਚੁੱਕਦਾ ਬੰਨ ਲਾਇਆ ਹਰ ਛੱਲ ਨਹੀਂ ਰੋਹ ਸੁਹੀ ਸਾਹਿਬ ਨੇ ਕੱਪੜਾ ਉਦੋਂ ਲਿਖੀ ਉਦੋਂ ਸੋ ਮੈਂ ਤਾਂ ਦੱਸ ਉਹ ਮਾਹੌਲ ਸੀ ਇੱਕ ਪੀੜ ਸੀ ਇਹ ਜਾਂ ਜਿਹਦੇ ਚੋਂ ਜਸਵੰਤ ਹੁਣ ਜਿਹਦੇ ਅੰਦਰ ਉਹ ਪਈਆ ਵਿਰਸੇ ਦੀ ਜਾਗ ਕਿਸ ਪਰਿਵਾਰ ਚੋਂ ਕਿਸ ਖਾਨਦਾਨ ਚੋਂ ਆਇਆ ਤੇ ਚਲੋ ਸਿੱਖੀ ਵਾਲਾ ਤਾਂ ਸੀ ਗਈ ਕਿ ਉਹ ਖਾਨਦਾਨ ਹੀ ਸਿੱਖੀ ਕਰਕੇ ਮਤਲਬ ਉਹਦਾ ਹੋਰ ਸੂਰਾ ਸਿੰਘ ਨੂੰ ਸ਼ਹੀਦ ਹੋਣ ਦਾ ਹੋਰ ਚਾਹ ਕਿ ਸੀ ਸੋ ਜੋ ਕੁਝ ਵੀ ਹੋਇਆ ਹਰਨਾਮ ਸਿੰਘ ਨੇ ਜੋ ਕੀਤਾ ਸੂਰਾ ਸਿੰਘ ਨੇ ਜੋ ਕੀਤਾ ਤੇ ਉਹ ਉਸੇ ਕਰਕੇ ਸੀ ਇੱਥੇ ਫਿਰ ਉਹ ਆ ਕੇ ਸਰਗਰਮ ਹੋ ਗਿਆ ਤੇ ਹੜਤਾਲਾਂ ਚ ਹਿੱਸਾ ਲੈਣ ਕਰਕੇ ਉਹਨੂੰ ਫਿਰ ਪੇਪਰ ਨਾ ਦੇਣ ਦਿੱਤੇ ਅਥਾਰਟिटीज ਨੇ ਪ੍ਰਿੰਸੀਪਲ ਕਾਲਜ ਵਾਲਿਆਂ ਫਿਰ ਉਹਨੂੰ ਇੱਕ ਸਾਲ ਖਰਾਬ ਕਰਕੇ ਉੱਪਰ ਪ੍ਰਾਈਵੇਟ ਕਰਨੀ ਪਈ ਪ੍ਰੈਪ ਫਿਰ ਉਹਨੇ ਕਾਲਜ ਛੱਡਤਾ ਫਿਰ ਬਾਬਾ ਬੁੱਢਾ ਕਾਲਜ ਇਹ ਉਦੋਂ ਚੱਲ ਚੁੱਕਿਆ ਸੀਗਾ ਪਿੰਡ ਦੇ ਵੀ ਨੇੜੇ ਪੈਂਦਾ ਸੀ ਰੋਜ਼ ਆ ਜਾ ਸਕਦਾ ਸੀ ਤੇ ਬੜਾ ਖੁੱਲਾ ਡੋਲਾ ਪੈਂਡੂ ਮਾਹੌਲ ਸੀ ਇਹ ਫਿਰ ਉੱਥੇ ਬਾਬਾ ਬੁੱਢਾ ਕਾਲਜ ਆ ਗਿਆ ਇੱਥੇ ਆ ਕੇ ਜਿਹੜੀ ਉਹਦੀ ਪਹਿਲੀ ਗ੍ਰਿਫਤਾਰੀ ਜਿੱਥੋਂ ਫਿਰ ਉਹਦਾ ਇੱਕ ਵੱਡਾ ਮੋੜ ਘਟਦੀ ਹੈ ਜ਼ਿੰਦਗੀ ਉਹ ਸੀ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਮੋਗਾ ਘੋੜ ਅਕਤੂਬਰ 1972 ਚ ਮੋਗੇ ਮੋਗੇ ਗੋਲੀ ਚੱਲੀ ਗੋਲੀ ਚੱਲੀ ਮੁੰਡੇ ਮਾਰੇ ਗਏ ਉਹ ਤੇ ਫਿਰ ਸਾਰੇ ਪੰਜਾਬ ਵਿੱਚ ਕੱਲੇ ਵਿਦਿਆਰਥੀ ਨਹੀਂ ਲੋਕ ਹੀ ਉੱਠ ਖੜੇ ਹੋਏ ਸੀ ਇੱਕ ਬੰਦਾ ਸਾਰੇ ਮੋਗੇ ਪਹੁੰਚੇ ਫਿਰ ਹਾਂ ਮੋਗੇ ਵੀ ਹੋਏ ਸੀ ਉਹਦੇ ਜੇ ਬਾਅਦ ਚੁ ਗਏ ਨਹੀਂ ਨਹੀਂ ਮੋਗੇ ਨਹੀਂ ਜਿੱਥੇ ਜਿੱਥੇ ਸੀ ਸਾਰੇ ਪੰਜਾਬ ਚ ਪ੍ਰੋਟੈਸਟ ਹਾਂ ਹੜਤਾਲਾਂ ਮੁਜਾਰੇ ਹੜਤਾਲਾਂ ਮੁਜਾਰੇ ਤੇ ਉਦੋਂ ਮੈਂ ਇੱਥੇ ਹੀ ਮਤਲਬ ਮੇਰੀ ਡਿਊਟੀ ਸੀਗੀ ਅੰਮ੍ਰਿਤਸਰ ਚ ਤੇ ਮੈਨੂੰ ਪਤਾ ਹੈ ਮੈਂ ਉਦੋਂ ਢੁੱਡੀ ਕੇ ਤੋਂ ਚੱਲਿਆ ਸੀ ਤੇ ਬੱਸਾਂ ਬੁੱਸਾਂ ਸਭ ਬੰਦ ਸੀਗੀਆਂ ਟਰੱਕਾਂ ਤੇ ਉੱਥੋਂ ਤੱਕ ਗਏ ਉੱਥੋਂ ਤੱਕ ਗਏ ਰਾਹਾਂ ਚ ਰਾਤ ਰਾਤ ਕੱਟਦੇ ਤੁਸੀਂ ਜੀ ਇਹ ਨਹੀਂ ਪੜਦੇ ਸੀ ਉਦੋਂ ਨਾ ਨਾ ਮੈਂ ਤਾਂ ਅੰਡਰਗਰਾਉਂਡ ਹੋ ਚੁੱਕਿਆ ਸੀ ਅੱਛਾ 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 ਮੈਂ ਗਏ ਉਹਨਾਂ ਕੋਲ ਹਾਂ ਮੈਨੂੰ ਏਸੀ ਵੀ ਉੱਥੇ ਮੈਨੂੰ ਸਾਡੇ ਮੁੰਡੇ ਚਵਾਲ ਸੀ ਕਿ ਜਿਹੜੇ ਬਾਬਾ ਬੁੱਢਾ ਕਾਲਜ ਚ ਪੜਦੇ ਸੀ ਜਸ਼ਪਾਲ ਸੰਭਾਲ ਤੁਸੀਂ ਜਾਣਦੇ ਹੋਗੇ ਹੋਮ ਜਮੂਰੀਦ ਘਰ ਸਵਾ ਦਾ ਬਹੁਤ ਵੱਡਾ ਮਸ਼ਹੂਰ ਹਾਂ ਨਾ ਆਉਂ ਸੁਣਿਆ ਉਹ ਸੀ ਸਾਡਾ ਉੱਥੇ ਮੇਨ ਬੰਦਾ ਉਹ ਪੜਦਾ ਹੀ ਸੀ ਅਜੇ ਫਸਟ ਇਅਰ ਚ ਮੈਂ ਉਹਨੂੰ ਮਿਲ ਕੇ ਸੀ ਵੀ ਮੁਝਾਰਾ ਕਰੋ ਇਹੀ ਕੰਮ ਹੁੰਦਾ ਸੀ ਸਾਡਾ ਮੈਂ ਉਹਨੂੰ ਜੀ ਜਾ ਕੇ ਲੱਭਿਆ ਮਤਲਬ ਉੱਥੇ ਨੇੜੇ ਪਿੰਡ ਹੈ ਕੋਟ ਧਰਮਚੰਦ ਉੱਥੇ ਉਹ ਕਿਸੇ ਦੀ ਮੋਟਰ ਤੇ ਲੁਕਿਆ ਹੋਇਆ ਸੀ ਕਿਉਂਕਿ ਪੁਲਿਸ ਦਾ ਭਾਲ ਕਰ ਹੀ ਰਹੀ ਸੀ ਸਾਰਿਆਂ ਦੀ ਮੈਂ ਉਹਨੂੰ ਜਗਤਵਿੰਦਰ ਸਿੰਘ ਪੋਸਟਰ ਲਿਖ ਕੇ ਦਿੱਤਾ ਉਹ ਪੋਸਟਰ ਸੀ ਬਹੁਤ ਹੀ ਗਰਮ ਜਿਵੇਂ ਕਹਿੰਦਾ ਚੰਗਿਆੜੇ ਛੜਦਾ ਤੇ ਮੈਨੂੰ ਸੀ ਵੀ ਇਹ ਛਪਵਾ ਕੇ ਨਾ ਇਹ ਲਾਓ ਤੇ ਮੁਜਾਰਾ ਕਰੋ ਉਹਨਾਂ ਨੇ ਉਸ ਤਰ੍ਹਾਂ ਕੀਤਾ ਉਹ ਫਿਰ ਤੋਂ ਮੁਜਾਰਾ ਕੀਤਾ ਚਵਾਲ ਉਹਨਾਂ ਨੇ ਉੱਥੇ ਉਹ ਗ੍ਰਿਫਤਾਰ ਹੋ ਗਏ ਜਿਹਦੇ ਜਸਵੰਤ ਵੀ ਗ੍ਰਿਫਤਾਰ ਹੋ ਗਿਆ ਤੇ ਉਹਨਾਂ ਨੂੰ ਜਦੋਂ ਜੇਲ੍ਹ ਭੇਜਿਆ ਉਦੋਂ ਪਹਿਲਾਂ ਹੀ ਇਹ ਮੋਗਾ ਕੋਲ ਕਰਕੇ ਬ੍ਰਿਆਮ ਸੰਧੂ ਨੂੰ ਫੜ ਕੇ ਜੇਲ੍ਹ ਅਮਰਸਾਦੀ ਚ ਭੇਜਦਾ ਸੀ ਸੋ ਬ੍ਰਿਆਮ ਸੰਧੂ ਨਾਲੇ ਦੀ ਮੁਲਾਕਾਤ ਹੁੰਦੀ ਹੈ ਸੋ ਫਿਰ ਜਦੋਂ ਬੀਏ ਕਰਨ ਤੋਂ ਬਾਅਦ ਭਾਵੇਂ ਇਹ ਸੈਕਟਰੀ ਲੱਗ ਗਿਆ ਪੰਚਾਇਤ ਸੈਕਟਰੀ ਕਿਛੂ ਵੀ ਸੀ ਪਰ ਇਹ ਫਿਰ ਲਗਾਤਾਰ ਸਰਗਰਮੀ ਜਿਹੜੀ ਯੂਨੀਅਨ ਐਕਟ ਨੇ ਉਦੋਂ ਜਿਹੜੀ ਜਦੋਂ ਪੰਚਾਇਤ ਸੈਕਟਰੀ ਲੱਗੇ ਜਾਂ ਵੈਸੇ ਇੰਡੀਪੈਂਡੈਂਟਲੀ ਮਸਲੇ ਉਠਾਉਂਦੇ ਰਹੇ ਲੋਕਾਂ ਉਦੋਂ ਇੰਡੀਪੈਂਡੈਂਟਲੀ ਯੂਨੀਅਨ ਤਾਂ ਜਾ ਕੇ ਬਣੀ ਨਾ ਜਦੋਂ ਐਮਰਜੈਂਸੀ ਖਤਮ ਹੋਈ 77 ਚ ਹੂੰ ਉਹ ਯੂਨੀਅਨ ਚ ਐਕਟਿਵ ਨਹੀਂ 댓 ਵੇ ਸੁਸਾਇਟੀ ਚ ਐਕਟਿਵ ਜਿਹੜੀ ਸੁਸਾਇਟੀ ਚ ਸਰਗਰਮੀ ਹੁੰਦੀ ਹੈ ਈਵਨ ਪਿੰਡ ਦੇ ਵਿੱਚ ਵੀ ਜਾਂ ਭਿੱਕੀ ਪਿੰਡ ਚ ਵੀ ਜਿੱਥੇ ਇਹ ਲੱਗਣਾ 77 ਚ ਹਾਂਜੀ ਕੋਈ ਗਲਤ ਗੱਲ ਹੋ ਰਹੀ ਹੈ ਕੋਈ ਜ਼ਿਕੀਰੇਬਾਜੀ ਕਰ ਰਿਹਾ ਹੈ ਕੋਈ ਹੋਰ ਇਸ ਤਰ੍ਹਾਂ ਦੀ ਗਲਤ ਗੱਲ ਹੋ ਰਹੀ ਹੈ ਥਾਣੇਦਾਰਾਂ ਦੇ ਖਿਲਾਫ ਥਾਣੇ ਥਾਣੇਦਾਰ ਤਾਂ ਪੁਰਸਤਾਂ ਜ਼ੁਲਮ ਕਰਦੀ ਕਰਦੀ ਹੁੰਦੀ ਮਤਲਬ ਦੋ ਥਾਣੇਦਾਰ ਬਤਲਵਾਏ ਇਹਨਾਂ ਨੇ ਇਹ ਤੋਂ ਪਹਿਲਾਂ ਹੀ ਇੱਕ ਖਾਲੜੇ ਦਾ ਤੇ ਇੱਕ ਹੋਰ ਸ਼ਾਇਦ ਪਿੱਕੀ ਪਿੰਡ ਦਾ ਮਤਲਬ ਐ ਇਸ ਤਰ੍ਹਾਂ ਨਾ ਇਹ ਸਰਗਰਮੀ ਦੇ ਵਿੱਚ ਲਗਾਤਾਰ ਹੋ ਤੋਂ ਲੱਗ ਗਿਆ ਸੋ ਇੱਥੋਂ ਆ ਕੇ ਫਿਰ ਆਪਾਂ ਕਹੇ ਲਈ ਵੀ ਖੱਬੀ ਪੱਕੀ ਲਹਿਰ ਚ ਸ਼ਾਮਲ ਹੋ ਗਿਆ ਫਿਰ ਸਾਡੇ ਨਾਲ ਲਗਾਤਾਰ ਨੇ ਰਲ ਕੇ ਕੰਮ ਕੀਤਾ ਐਮਰਜੈਂਸੀ ਲੱਗੀ ਉਦੋਂ ਫਿਰ ਅੰਡਰਗਰਾਉਂਡ ਹੀ ਹੋਣਾ ਪੈਣਾ ਸੀ ਨਹੀਂ ਫੜਿਆ ਜਾਣਾ ਸੀ ਤੇ ਉਦੋਂ ਜਿਵੇਂ ਕਿਹੜੇ ਕਿਹੜੇ ਅਹਿਮ ਮਸਲੇ ਸੀ ਮੈਂ ਕਹਾਂ ਵੀ ਮੈਂ ਤੁਸੀਂ ਕਹਿੰਦੇ ਕਿ ਤਾਂ ਪੰਚਾਇਤਾਂ ਦੇ ਜਾਂ ਥਾਣੇਦਾਰ ਕਰਦੇ ਸੀ ਪੁਲਿਸ ਕਰਦੀ ਸੀ ਉਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਾਰੇ ਇਸ਼ੂ ਠਾਉਂਦੇ ਸੀ ਜੋ ਜਿਹੜਾ ਬੰਦਾ ਆ ਜਾਂਦਾ ਸੀ ਕੋਈ ਦੁਖੀ ਦੀਨ ਉਹਦੇ ਲਈ ਤਕਰੀਬਨ ਜਿਹੜੇ ਲੋਕਾਂ ਨੂੰ ਮਤਲਬ ਅਫੈਕਟ ਕਰਦੇ ਸੀ ਸਮਝ ਲਓ ਮਸਲੇ ਹੁਣ ਜੇ ਮੈਂ ਪਹਿਲਾਂ ਦੱਸਿਆ ਨਾ ਵੀ ਜੇ ਖਾਦ ਦੀ ਤਕ ਕਿੱਲਤਾ ਆ ਗਈ ਤੇ ਉਹ ਖਾਦ ਪਈ ਆ ਪਰ ਉਹ ਬਲੈਕ ਤੇ ਵੇਚ ਦੇਣ ਜਖੀਰੇਬਾਜੀ ਕਰੀ ਬੈਠੇ ਨਾ ਉਹ ਜਖੀਰੇ ਕਢਾਏ ਗੋਦਾਮਾਂ ਚ ਪੈਟਰੋਲ ਪੰਪਾਂ ਵਾਲਿਆਂ ਨੂੰ ਮਤਲਬ ਘੇਰ ਘੇਰ ਕੇ ਉਹਨਾਂ ਤੋਂ ਤੇਲ ਪਵਾਇਆ ਲੰਬੀਆਂ ਲਾਈਨਾਂ ਹੁੰਦੀਆਂ ਸੀ ਇਸ ਤੋਸੀਨ ਦੇਖ ਕੇ ਨਾ ਕੈਨ ਹਾਥਾਂ ਝੁੰਦੇ ਸੀ ਤੇ ਲੰਬੀਆਂ ਲਾਈਨਾਂ ਮੀਲ ਮੀਲ ਲੋਕਾਂ ਦੀਆਂ ਲੱਗੀਆਂ ਰਾਤਾਂ ਰੋਟੀ ਉੱਤੇ ਪਹੁੰਚਦੀ ਸੀ ਅੱਜ ਨਹੀਂ ਕਨਸੀਵ ਕਰ ਸਕਦੇ ਹਾਲਤ ਕੀ ਸੀ ਫਾਸਲਾ ਸੁੱਕ ਰਹੀਆਂ ਐ ਬਜਲੀ ਅਜੇ ਨਹੀਂ ਹੈ ਨਹੀਂ ਸੀ ਆਮ ਵੀ ਮੋਟਰਾਂ ਲੱਗੀਆਂ ਹੋਣ ਤੇ ਬਹੁਤ ਨਿਰਪਰ ਸੀ ਤੇ ਫਿਰ ਉੱਥੇ ਨੌਜਨ ਭਾਰਤ ਸਭਾ ਨੇ ਇੱਕ ਬਹੁਤ ਵੱਡੀ ਲਹਿਰ ਚਲਾਈ ਸਮਾਜ ਸੁਧਾਰ ਦੀ ਸਮਾਜ ਸੁਧਾਰ ਮੀਨਜ਼ ਵਿਆਹ ਦੇ ਵਿੱਚ 11 ਬੰਦਿਆਂ ਤੋਂ ਵੱਧ ਬਰਾਤ ਨਹੀਂ ਜਾਊ ਮਕਾਨ ਜਿਹੜੇ ਜਾਂਦੇ ਮੋੜਵੇਂ ਮਕਾਨ ਨੂੰ ਟੋਟਲੀ ਬੰਦ ਕਰਦੇ ਬਾਕੀ ਜਿੰਨੀਆਂ ਵੀ ਉਹ ਰਿਚੁਅਲਸ ਹੁੰਦੀਆਂ ਰਸਮਾਂ ਅਮੇ ਆਪਣਾ ਕੈ ਲਈ ਸ਼ਾਗਨ ਪਾਉਣ ਦੀ ਜਾਂ ਹੋਰ ਚੁੰਨੀ ਚੜਾਉਣ ਜੇ ਉਹ ਉਹ ਸਾਰੀਆਂ ਖਤਮ ਕਰਕੇ ਵੀ ਉਹਨਾਂ ਨੂੰ ਸਿੰਪਲੀ ਸਾਦਾ ਕਰਤਾ ਸਾਦਾ ਕਰਤਾ ਤੇ ਖਰਚੇ ਤੋਂ ਰਹਿਤ ਅੰਮ੍ਰਿਤਸਰ 'ਚ ਇਹ ਗੱਲ ਲਾਗੂ ਕਰਨੀ ਬਹੁਤ ਔਖੀ ਸੀ ਅਜੇ ਮਾਲਵੇ ਆ ਲੱਗ ਜਾਂਦੇ ਪਿੱਛੇ ਉਹਨਾਂ ਚ ਰੁਝਾਨ ਹੈ ਵੀ ਚੱਲ ਮੁੰਡਿਆਂ ਨੇ ਕਿਹਾ ਮੰਨ ਲਈ ਪਰ ਉਹ ਤਾਕਤ ਇੰਨੀ ਬਣ ਗਈ ਸੀ ਸਰਪੰਚਾਂ ਨੇ ਆਪਦੇ ਮੁੰਡਿਆਂ ਨੂੰ ਕਹਿਤਾ ਸੀ ਹੁਣ ਵੜਜੋ ਨੌਜਨ ਪਾਰ ਸਵਾਜ ਕਿਉਂਕਿ ਮੱਝ ਜਾਣਾਂ ਚ ਇਹ ਇਨਸਟਿੰਕਟ ਹੈ ਵੀ ਹੁਣ ਕੀ ਦੀ ਤਾਕਤ ਵੱਧ ਰਹੀ ਹੈ ਉਹਦਣਾ ਹੋ ਜੋ ਉਹਦਣਾ ਹੋ ਜੋ ਸਿੱਖੇ ਹੋਏ ਨੇ ਜੰਗਾਂ 'ਚ ਇਹ ਇਹ ਇੱਕ ਖਾਸ ਗੱਲ ਆ ਮੱਝ ਦੀ ਜਿਹੜੀ ਹੋਰ ਹੋਰ ਥਾਵਾਂ ਤੇ ਨਹੀਂ ਸੋ ਉਹ ਉਹ ਮਤਲਬ ਉੱਥੇ ਉਹ ਉਹ ਚੱਲਿਆ ਇਸ ਤਰ੍ਹਾਂ ਦਾ ਤੇ ਚਲੋ ਫਿਰ ਐਮਰਜੈਂਸੀ ਦੀ ਗੱਲ ਆ ਗਈ ਉੱਥੇ ਤਾਂ ਫਿਰ ਉਹਦਾ ਵਿਰੋਧ ਕਰਨੇ ਹੀ ਕਰਨਾ ਸੀ ਸੋ ਅਸੀਂ ਇੱਕ ਹੈਂਡਬੈਲ ਲੈ ਕੇ ਪਾਰਟੀ ਵੱਲੋਂ ਉਹ ਗੋਪਤ ਬੰਦਿਆ ਇਹਨੇ ਖਾਲੜੇ ਨੇ ਉਹ ਬੰਦਿਆਂ ਨੂੰ ਅੱਗੇ ਦਿੱਤਾ ਇੱਕ ਬੰਦਾ ਉੱਥੇ ਫੜਿਆ ਗਿਆ ਜਿਹਦੇ ਚ ਖਾਲੜੇ ਦਾ ਫਿਰ ਉਹਨੇ ਦੱਸਦਾ ਮੈਨੂੰ ਤਾਂ ਖਾਲੜੇ ਨੇ ਦਿੱਤਾ ਸੀ ਜਿਹਦੇ ਕਰਕੇ ਇਹਨੂੰ ਅੰਡਰਗਰਾਉਂਡ ਹੋਣਾ ਪਿਆ ਜੀ ਉਸ ਮੌਕੇ ਦੇ ਉੱਤੇ ਪਰ ਅੰਡਰਗਰਾਉਂਡ ਹੁੰਦੇ ਹੋਏ ਇਹਨੇ 75 ਦੇ ਵਿੱਚ ਜਦੋਂ ਨੌਵੇਂ ਪਾਤਸ਼ਾਹੀ 300 ਸਾਲਾ ਸ਼ਹੀਦੀ ਦਾ ਦਿਹਾੜਾ ਆਇਆ ਤਾਂ ਆਪਦੇ ਪਿੰਡ 'ਚ ਉਹ ਸ਼ਹੀਦੀ ਦਿਹਾੜਾ ਮਨਾਇਆ ਖੰਡ ਪਾਠ ਆਪ ਨੌਜਵਾਨ ਸਭਾ ਦੇ ਮੁੰਡਿਆਂ ਨੇ ਸਾਰਾ ਪਾਠ ਆਪ ਕੀਤਾ ਸਾਰਾ ਇੰਤਜ਼ਾਮ ਆਪ ਕੀਤਾ ਤੇ ਜਿੱਦਨ ਭੋਗ ਪਿਆ ਉਸ ਤੋਂ ਬਾਅਦ ਪਿੰਡ ਚ ਮਾਰਚ ਕੀਤਾ ਬੰਦੂਕਾਂ ਚੁੱਕ ਕੇ ਤੇ ਹੋਰ ਰਬੈਤੀ ਹਥਿਆਰ ਚੁੱਕ ਕੇ ਤੇ ਉਹ ਇਸ ਤਰ੍ਹਾਂ ਦਾ ਉਹਨਾਂ ਨੇ ਕਿਉਂਕਿ ਉਦੋਂ ਮਿਲਿਟੈਂਸੀ ਆ ਚੁੱਕੀ ਸੀ ਸਰਗਲ ਦੇ ਵਿੱਚ ਆਪਣੀ ਉਹ ਤਾਕਤ ਦਿਖਾਉਣੀ ਜਾਂ ਖਾਰਕੂ ਤੱਤ ਪ੍ਰਗਟ ਕਰਨਾ ਫਿਰ ਇਹ ਕੋਈ ਵਿਚਾਰਕ ਮਤਭੇਦ ਆਏ ਮਤਲਬ ਜਿਹੜਾ ਲੈਫਟ ਤੋਂ ਦੂਰੀ ਕਿਵੇਂ ਬਣੀ ਖੱਬੇ ਪੱਖੀਆਂ ਦੇ ਨਾਲ ਸੀ ਹੌਲੀ ਹੌਲੀ ਖੱਬੇ ਪੱਖੀਆਂ ਤੋਂ ਦੂਰ ਹੁੰਦੇ ਜਾਂ ਜਾਂ ਇਹ ਨੇਚਰਲ ਪ੍ਰੋਸੈਸ ਸੀ ਉਹਨਾਂ ਨੂੰ ਖੱਬੇ ਜਾਂ ਜਾਂ ਖੱਬੇ ਜਾਂ ਸੱਜੇ ਜਾਂ ਸੈਂਟਰ ਦਾ ਮਸਲਾ ਹੀ ਨਹੀਂ ਗਾ ਗੱਲ ਹੈ ਕਿ ਜਿੱਥੇ ਦੇਖੋ ਜਯਤਵਿੰਦਰ ਸਿੰਘ ਕੁਝ ਬੰਦੇ ਤਾਂ ਹੁੰਦੇ ਨੇ ਵੀ ਜਿਹੜੇ ਜਿੱਦ ਤੱਕ ਇੱਕ ਵਾਰ ਚੱਲ ਪਿਆ ਉਹਨਾਂ ਨੇ ਜ਼ਿੰਦਗੀ ਭਰ ਆਖਰੀ ਸਾਹ ਤੱਕ ਉੱਥੇ ਹੀ ਚੱਲਣਾ ਹੁੰਦਾ ਹੈ ਉਹ ਕਹਿ ਲੋ ਕਿ ਉਹਨਾਂ ਦੀ ਕੋਈ ਗ੍ਰੋਥ ਨਹੀਂ ਹੁੰਦੀ ਜਸਵੰਤ ਹੋਰ ਤਰ੍ਹਾਂ ਦਾ ਸੀ ਇਵਾਲਵ ਹੁੰਦੇ ਸੀ ਹਾਂ ਉਹ ਇਵਾਲਵ ਹੁੰਦਾ ਸੀ ਅਲਾਈਵ ਟੂ ਦੀ ਸਿਚੁਏਸ਼ਨ ਸੋ ਅਮਰਜੈਂਸੀ ਦੇ ਖਾਤਮੇ ਤੋਂ ਬਾਅਦ ਜਿਹੜੀ ਨਕਸਲੀ ਲਹਿਰ ਸੀ ਤੁਹਾਨੂੰ ਪਤਾ ਹੀ ਆ ਉਹ ਤਾਂ ਉਹਦੇ ਵਿੱਚ ਕਿੱਡਾ ਖੰਡਾ ਆਇਆ ਕੁਝ ਬੰਦੇ ਇਲੈਕਸ਼ਨਾਂ ਚ ਪਾਰਟਿਸਪੇਟ ਕਰਨ ਲੱਗ ਗਏ ਕੁਝ ਦਾ ਡਿਸਿਲੂਜਨਮੈਂਟ ਹੋ ਗਈ ਕੋਈ ਗੈਰ ਸਰਗਰਮ ਹੋ ਗਏ दैट वे ਲਹਿਰ ਇੱਕ ਵਾਰ ਖੰਡ ਗਈ ਉਹ ਫਿਰ ਇਹਦਾ ਵੀ ਇਹ ਵੀ ਡਿਸਿਲੂਜਨ ਹੋ ਗਿਆ ਹੁਣ ਡਿਸਿਲੂਜਨ ਹੋ ਕੇ ਘਰੇ ਨਹੀਂ ਬੈਠਾ ਉਦੋਂ ਮਸਲਾ ਉੱਠਿਆ ਜਗਤਵਿੰਦਰ ਸਿੰਘ 77 ਦੇ ਵਿੱਚ ਅਮਰਜੈਂਸੀ ਦੇ ਖਤਮ ਹੋਣ ਤੋਂ ਬਾਅਦ ਹਿਊਮਨ ਰਾਈਟਸ ਦਾ ਕਿਉਂਕਿ 100 ਦੇ ਲਗਭਗ ਨਕਸਲੀ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਜਾ ਚੁੱਕੇ ਸੀ ਜਿਨ੍ਹਾਂ ਚੋਂ ਕੁਝ ਸਪੀਡ ਪ੍ਰਕਾਸ਼ ਤੋਂ ਬਾਦਲ ਦੀ ਸਰਕਾਰ ਦਾ ਸੀ ਬਾਕੀ ਰਾਸ਼ਟਰਪਤੀ ਰਾਜ ਬਾਬਾ ਪੂਜਾ ਸਿੰਘ ਵਰਗੇ ਜਿਹੜੇ ਏਡੇ ਬਜ਼ੁਰਗ ਸੀ ਹਾਂ ਬਾਬਾ ਪੂਜਾ ਸਿੰਘ ਵਰਗੇ ਹਰੀਸ ਉਮਰਗਿੰਦ ਵਰਗੇ ਜਿਹੜੇ ਮਤਲਬ ਵੱਡੀ ਉਮਰ ਦੇ ਵੀ ਸੀ ਤੇ ਬਾਕੀ ਬੜੀ ਭੈਣ 17-17 ਸਾਲ ਦੇ 18-18 ਸਾਲ ਦੇ ਵੀ ਤਾਂ ਉਹ ਇਸ਼ੂ ਖੜਾ ਸੀ ਫਿਰ ਐਮਰਜੈਂਸੀ ਚ ਕਿਉਂਕਿ ਇਸ਼ੂ ਹਿਊਮਨ ਰਾਈਟਸ ਦਾ ਬਣ ਗਿਆ ਸਾਰੇ ਦੇਸ਼ ਚ ਉਸ ਤੋਂ ਇਨਸਪਾਇਰ ਹੋ ਕੇ ਇੱਕ ਕਮਿਸ਼ਨ ਬਣਿਆ ਵੀ ਜੋ ਪੰਜਾਬ ਚ ਝੂਠੇ ਮੁਕਾਬਲੇ ਹੋਏ ਨੇ ਤੇ ਉਸ ਕਮਿਸ਼ਨ ਨੂੰ ਹੈਡ ਕੀਤਾ ਬੀ ਐਮ ਤਾਰਕ ਹੁੰਦੇ ਨੇ ਤੇ ਨਾਲ ਰਲਿਆ ਅਰਨ ਸ਼ੌਰੀ ਉਸ ਮੌਕੇ ਕਿਉਂਕਿ ਇਹ ਵੀ ਉਸ ਦੇ ਖਿਲਾਫ ਐਮਰਜੈਂਸੀ ਦੇ ਖਿਲਾਫ ਸੰਘਰਸ਼ ਦੇ ਮੋਰੀ ਸੀ ਔਰ ਇੰਡੀਅਨ ਐਕਸਪ੍ਰੈਸ ਚ ਹੁੰਦਾ ਸੀ ਤੇ ਪੰਜਾਬ ਦੇ ਵਿੱਚੋਂ ਦਾਰਾ ਸਿੰਘ ਐਡਵੋਕੇਟ ਕੈਪਟਨ ਕਮਲਜੀਤ ਸਿੰਘ ਦੇ ਫਾਦਰ ਹਾਈ ਕੋਰਟ ਦੇ ਐਡਵੋਕੇਟ ਸੀ ਇੱਕ ਰੋਸ਼ਨ ਲਾਲ ਬੱਤਾ ਇਸ ਤਰ੍ਹਾਂ ਦੇ ਬੰਦੇ ਜੁੜੇ ਤੇ ਇੱਕ ਸੈਟਿੰਗ ਉਹਨਾਂ ਨੇ ਕੀਤੀ ਬਰਨਾਲੇ ਕਿਉਂਕਿ ਉਹ ਇਲਾਕਾ ਸੀ ਜਿੱਥੇ ਸਭ ਤੋਂ ਵੱਧ ਬੰਦੇ ਮਾਰੇ ਗਏ ਜਾਂ ਜ਼ੁਲਮ ਹੋਈ ਉਹ ਫਿਰ ਜਿਹੜੀ ਉਹਨਾਂ ਨੇ ਹੀアリング ਵਾਸਤੇ ਲੋਕਾਂ ਨੂੰ ਇਕੱਠੇ ਕੀਤਾ ਉਹਦੇ ਚ ਜਸਵੰਤ ਸਿੰਘ ਖਾਲੜਾ ਦਾ ਬਹੁਤ ਉਗੜ ਮਾਹੌਲ ਸੀ ਵੀ ਬੰਦਿਆਂ ਨੂੰ ਲਿਆ ਪਬਲਿਕ ਕਮਿਸ਼ਨ ਬਣਿਆ ਇੱਕ ਤਰ੍ਹਾਂ ਦਾ ਹਾਂ ਪਬਲਿਕ ਕਮਿਸ਼ਨ ਬਣਿਆ ਉਹ ਗੈਰ ਸਰਕਾਰੀ ਤੇ ਉੱਥੇ ਫਿਰ ਗਵਾਹੀਆਂ ਦਵਾਈਆਂ ਇੱਥੋਂ ਇਹਨੇ ਸ਼ੁਰੂਆਤ ਹੋਈ ਹੁਣ ਇਹਦੇ 'ਚ ਰੁਚੀ ਹਿਊਮਨ ਰਾਈਟਸ ਵਾਲੀ ਕਿਵੇਂ ਜਨਮ ਜਾਤੀ ਸੀ ਇਹਦੂ ਵੀ ਪਹਿਲਾ ਆਉਣੇ ਅਜੇ ਐਮਰਜੈਂਸੀ ਦਾ ਦਹਿਸ਼ਤ ਖਾਤੋਂ ਬਣੀ ਸੀ ਹੋਈ 9 ਫਰਵਰੀ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਉਹ ਗਾਂਧੀ ਗਰਾਊਂਡ ਉੱਥੇ ਨਹੀਂ ਮੀਟਿੰਗ ਸੱਦੀ ਸੀ ਬੰਦਿਆਂ ਦੀ ਇਸੇ ਮਸਲੇ ਤੇ ਵੀ ਹਿਊਮਨ ਰਾਈਟਸ ਦਾ ਮਸਲਾ ਚੁੱਕਣਾ ਸਿਵਲ ਲਿਬਰਟੀ ਕਾਨਫਰੰਸ ਇਹਨੂੰ ਕਿਸ ਨੇ ਕਿਹਾ ਨਹੀਂ ਸੀ ਐਂ ਕਰ ਇਹ ਅੰਦਰੋਂ ਉੱਠੀ ਗੱਲ ਉਹੀ ਹੁੰਦੀ ਹੈ ਜਿਹੜੀ ਤੁਹਾਡੇ ਅੰਦਰੋਂ ਉੱਠੇ ਉਹ ਫਿਰ ਅੱਗੇ ਪਰਫੁੱਲਟ ਵੀ ਹੁੰਦੀ ਹੈ ਜਿਉਂਦੀ ਵੀ ਰਹਿੰਦੀ ਹੈ ਤੇ ਇਹ ਇਹਦੇ ਵਿੱਚ ਜਸਵੰਤ ਸਿੰਘ ਦੀ ਜਿਹੜੀ ਖਾਸੀਅਤ ਹੈ ਹੋਰ ਐਵੇਂ ਨਹੀਂ ਮਤਲਬ ਪਾ ਕੇ ਹੀ ਹੈ ਨਾ 25 ਹਜ਼ਾਰ ਲਾਸ਼ਾਂ ਦਾ ਮੁੱਦਾ ਚੁੱਕ ਲਿਆ ਜਦੋਂ ਐਨ ਮੌਤ ਸਾਹਮਣੇ ਦਿਸ ਰਹੀ ਹੈ ਤੁਹਾਨੂੰ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਰੋਜ਼ ਧਮਕੀਆਂ ਕਦੇ ਕੇਪੀਐਸ ਗੱਲ ਬਣੋ ਕਦੇ ਜੀਸੂ ਸੰਦੂ ਭੱਲੋ ਜਾਂ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕੈਨੇਡਾ ਚਲਿਆ ਗਿਆ ਸੀ ਪਰ 95 ਚ ਹੀ ਕਿਹਾ ਸ਼ਹਾਦਤ ਤੋਂ ਥੋੜਾ ਮਹੀਨੇ ਪਹਿਲਾਂ ਹੀ ਮਈ ਚ ਹੀ ਗਿਆ ਅਪ੍ਰੈਲ ਮਈ ਕਿਹਾ ਉਹਨਾਂ ਨੂੰ ਵੀ ਰੁਕ ਜਾ ਇੱਥੇ ਉਪਜੋ ਹਾਂ ਵੀ ਤੁਸੀਂ ਇੱਥੇ ਰੁਕ ਜਾਓ ਬੰਦੇ ਰੋ ਰੋ ਕੇ ਗੋਰੇ ਵੀ ਮਤਲਬ ਰੋ ਰੋ ਕੇ ਨੂੰ ਕਹਿ ਰਹੇ ਸੀ ਕਿਉਂਕਿ ਜਿਹੜਾ ਉਹਨੇ ਇੱਥੇ ਜਾ ਕੇ ਨੇ ਤਸਵੀਰ ਪੇਸ਼ ਕੀਤੀ ਪੰਜਾਬ ਦੀ ਵੈਲ ਡਾਕੂਮੈਂਟਡ ਤੱਥਾਂ ਨਾਲ ਉਹਨੂੰ ਐਸੀ ਤੂੰ ਬਿਲਕੁਲ ਫਿਰ ਤਾਂ ਮੱਚਦੀ ਅੱਗ 'ਚ ਜਾ ਕੇ ਛਾਲ ਮਾਰਨ ਵਾਲੀ ਗੱਲ ਹੈ ਤਾਂ ਪਰ ਉਹਦਾ ਸੀ ਵੀ ਨਹੀਂ ਹੁਣ ਮੇਰੀ ਕਮਿਟਮੈਂਟ ਕਮਿਟਮੈਂਟ ਕੀ ਮਤਾ ਯਾਦ ਬੰਦਰੇ ਸਮਝਦਾ ਉਹਨੂੰ ਪਤਾ ਸੀ ਵੀ ਸੀਸ ਦੇਣਾ ਹੀ ਪੈਣਾ ਐ ਇੰਨੀ ਡਿਡਤਾ ਇੰਨੀ ਡੋਲਤਾ ਐ ਮੇ ਨਹੀਂ ਹੁੰਦੀ ਨਹੀਂ ਕਦਮ ਡੋਲ ਜਾਂਦੇ ਆ ਵੱਡੇ ਵੱਡੇ ਕਹਿੰਦੇ ਕਹੁੰਦਿਆਂ ਦੇ ਡੋਲ ਜਾਂਦੇ ਆ ਉਹ ਸਪੀਚ ਵੀ ਜਿਹੜੀ ਉਹਦੀ ਉਹ ਇੰਨੀ ਇਨਸਪਾਇਰਡ ਜਿਹੜੀ ਉੱਤੇ 10 ਅਪ੍ਰੈਲ ਨੂੰ ਦਿੱਤੀ ਡਿਕਸ਼ੀ ਦੇ ਗੁਰੂ ਘਰ ਵਿੱਚ ਜਿੱਥੇ ਉਹਨੇ ਉਹ ਕਿਹਾ ਸੀ ਕਿ ਗੁਰੂ ਤੋਂ ਤੁਸੀਂ ਦਾਤਾਂ ਮੰਗਦੇ ਹੋ ਕਦੇ ਪੁੱਤ ਮੰਗਦੇ ਹੋ ਕਦੇ ਕੁਝ ਮੰਗਦੇ ਹੋ ਜੋ ਸਭ ਤੋਂ ਵੱਡੀ ਦਾਤ ਐ ਜੋ ਗੁਰੂ ਸਾਨੂੰ ਦੇ ਸਕਦਾ ਐ ਉਤਾਹਰ ਸ਼ਹਾਦਤ ਉਹ ਮੰਗੋ ਇਹ ਐਸਟਰਾ ਪਹਿਲੀ ਵਾਰ ਲਿਆਂਦੀ ਗੱਲ ਇਹ ਹੁਣ ਕਹਿਣ ਨੂੰ ਨਹੀਂ ਬੰਦੇ ਕਹਿਣ ਨੂੰ ਬਥੇਰੇ ਨੂੰ ਬੁਲਾ ਰਹੇ ਬੋਲਣ ਚ ਬੜਾ ਕੁਝ ਬੋਲ ਜਾਂਦੇ ਨੇ ਇਹ ਇਹਦੇ ਅੰਦਰੋਂ ਨਿਕਲੀ ਹੋਈ ਗੱਲ ਸੀ ਜ਼ਿਆਦਾਤਰ ਤਾਂ ਬੋਲਣ ਲਈ ਬੋਲਦੇ ਨੇ ਜ਼ਿਆਦਾਤਰ ਬੋਲਣ ਲਈ ਜਿਹੜੇ ਪੇਸ਼ਾਵਰ ਲੋਕ ਹੁੰਦੇ ਨੇ ਇਸ ਕਰਕੇ ਹਰ ਕਿਸਮ ਦੇ ਬੰਦੇ ਚੋਂ ਹੁੰਦੇ ਆਪਾਂ ਛੱਡিয়ে ਪਰ ਇਹ ਦੇ ਵਿੱਚ ਜਿਹਦਾ ਮਤਲਬ ਮੈਂ ਕਿਤਾਬ ਦੇ ਵਿੱਚ ਵੀ ਕੀਤਾ ਉਹ ਸਾਰਾ ਜਿਹੜਾ ਹੈਗਾ ਵੀ ਕਿਵੇਂ ਇਹ ਇੱਕ ਵਾਸਤੇ ਤਾਂ ਇਹ ਜਾ ਕੇ ਇੰਗਲੈਂਡ ਦੇ ਵਿੱਚ ਨੂੰ ਸਾਈਲਮ ਮਿਲ ਗਿਆ ਸ਼ਰਨ ਮਿਲ ਗਈ ਅਪਰੂਵ ਹੋ ਗਈ ਉਹ ਸਭ ਕੁਝ ਕਰ ਚੁੱਕਿਆ ਸੀ ਪਰ ਫਿਰ ਜਦੋਂ ਬਿਆਨਤ ਸੁਨਦੀ ਸਰਕਾਰ ਬਣੀ ਜਦੋਂ ਖਬਰਾਂ ਆਈਆਂ ਫਿਰ ਇਹਦਾ ਭਰਾ ਜੀ ਦੇ ਕੋਲੇ ਰਹਿ ਰਿਹਾ ਸੀ ਹਮਰਜੀਤ ਉਹਨੇ ਮੈਨੂੰ ਦੱਸਿਆ ਉਹ ਕਹਿੰਦਾ ਵੀ ਫਿਰ ਬਹੁਤ ਗੰਭੀਰ ਰਹਿਣ ਲੱਗ ਗਿਆ ਅੰਦਰ ਬੈਠਾ ਪਾਠ ਕਰਦਾ ਰਹਿੰਦਾ ਸੀ ਜਾਂ ਸੋਚਦਾ ਰਹਿੰਦਾ ਸੀ ਬਸ ਫਿਰ اچانک ਫੈਸਲਾ ਸੁਨਾਇਆ ਮੈਂ ਮਰਜੀਤ ਮੇਰਾ ਪਾਸਪੋਰਟ ਵਾਪਸ ਮੰਗਾ ਲਾ ਹோம் ਡਿਪਾਰਟਮੈਂਟ ਤੋਂ ਮੈਂ ਵਾਪਸ ਜਾਣਾ ਹੈ ਕਿੱਥੋਂ ਉਹ ਪਾਸਪੋਰਟ ਭੇ ਉਹਨਾਂ ਕੋਲ ਸੀ ਹோம் ਡਿਪਾਰਟਮੈਂਟ ਕੋਲ ਬ੍ਰਿਟਿਸ਼ ਗਵਰਨਮੈਂਟ ਇੰਗਲੈਂਡ ਤੋਂ ਜੁਗ ਇੰਗਲੈਂਡ ਤੋਂ ਕਿੰਨਾ ਚਿਰ ਰਹਾ ਇੰਗਲੈਂਡ ਡੇਢ ਸਾਲ ਰਹਾ ਬੜੀਆਂ ਉੱਥੇ ਸਰਗਰਮੀਆਂ ਕੀਤੀਆਂ ਬਹੁਤ ਕੁਸ਼ ਕੀਤਾ ਇੰਗਲੈਂਡ ਹੀ ਸੀ ਕਰਕੇ ਗਏ ਸੀ ਵੀ ਹਾਂ ਇਹ ਮੈਂ ਕਿਤਾਬ ਦੇ ਵਿੱਚ ਵੀ ਕੀਤਾ ਐਕਚੁਅਲੀ ਤਾਂ ਉਦੋਂ ਇਹ ਹੋਰ ਧਾਰ ਕੇ ਗਿਆ ਸੀ ਵੀ ਜਿਹੜੀ ਖੜਕੂ ਲਹਿਰ ਉਹਦੇ ਉਹਨੂੰ ਲੋੜ ਹੈ ਇੱਕ ਸੇਧ ਦੀ ਕਿਉਂਕਿ ਉਹ ਪੀੜ ਜਿਹੜਾ 9099 ਦਾ ਹੈ ਜਦੋਂ ਕੰਨਮੈ ਵਾਲੀ ਇਲੈਕਸ਼ਨ ਦਾ ਇਹਨਾਂ ਤਜਰਬਾ ਦੇਖਿਆ ਇਹਨੂੰ ਲੱਗਿਆ ਵੀ ਗੱਲ ਠੀਕ ਨਹੀਂ ਹੋ ਰਹੀ ਇਲੈਕਸ਼ਨਾਂ ਚ ਪਾਰਟਿਸਪੇਟ ਕਰ ਰਹੇ ਆ ਬੰਦੇ ਖਾੜਕੂ ਕਹਿੰਦੇ ਸਾਡੇ ਨਹੀਂ ਇਹ ਉਹ ਖਾੜਕੂਆਂ ਦੇ ਨਾਂ ਤੇ ਵੋਟਾਂ ਮੰਗਦੇ ਆ ਇਹਨੇ ਉਹ ਸਟੇਟਮੈਂਟ ਦਿੱਤੀ ਸੀ ਅਕਾਲੀ ਪੱਤਰਕਾ ਚ ਲੱਗੀ ਸੀ ਉਹ ਕਾਲ ਸਟੇਟਮੈਂਟ ਸੀ ਉਹ ਸਟੇਟਮੈਂਟ ਇਹ ਸੀ ਵੀ ਸਪਸ਼ਟ ਕਰੋ ਪੋਜੀਸ਼ਨ ਖੜਕੂ ਜਥੇਬੰਦੀਆਂ ਨੂੰ ਕਹਿਆ ਸੀ ਵੀ ਜਿਹੜੇ ਬੰਦੇ ਤੁਹਾਡੇ ਨਾਂ ਤੇ ਵੋਟਾਂ ਮੰਗ ਰਹੇ ਤੁਸੀਂ ਕਹੋ ਵੀ ਸਾਡੇ ਹੈ ਨਹੀਂ ਕਿਉਂ ਨਿਸ਼ਪਸ਼ਟ ਕਰ ਰਹੇ ਇਹਦਾ ਇਸ਼ਾਰਾ ਭਾਈ ਮਨਜੀਤ ਸੂਬਲ ਸੀ ਜਿਹੜਾ ਇਕੱਲਾ 65 ਸੀਟਾਂ ਮੰਗ ਰਿਹਾ ਸੀ ਵੀ ਮੁੱਖ ਮੰਤਰੀ ਬਣ ਦਾ ਸੁਪਨਾ ਜਿਹੜਾ ਲੈ ਕੇ ਉਹ ਇਲੈਕਸ਼ਨ ਚ ਪਾਰਟਿਸਪੇਟ ਕਰ ਰਿਹਾ ਸੀ ਇਹਨੇ ਕਿਹਾ ਸੀ ਵੀ ਜਿਹੜੇ ਬੰਦਿਆਂ ਦੇ ਕਰਜ਼ਾਰ ਨਹੀਂ ਉਹਦੇ ਤੇ ਤੁਹਾਡੇ ਨਾਂ ਤੇ ਵੋਟਾਂ ਮੰਗ ਰਹੇ ਨੇ ਇਹ ਗੜਬੜਾ ਇਹ ਗੱਲ ਸਾਫ਼ ਕਰੋ ਜਦੋਂ ਸਾਫ਼ ਨਾ ਕੀਤੀ ਫਿਰ ਇਹਨੂੰ ਲੱਗਿਆ ਵੀ ਨਹੀਂ ਹੁਣ ਇੱਥੇ ਨਹੀਂ ਵੀ ਇਸ ਲਹਿਰ ਨੂੰ ਹੁਣ ਉੱਥੇ ਬਹੁਤ ਕੁਸ਼ੇ ਦੇ ਤੇ ਲਿਖਣਾ ਪੈਣਾ ਹੈ ਲਗਾਤਾਰ ਵੰਡਣਾ ਪੈਣਾ ਲੋਕਾਂ 'ਚ ਜਿਹਨੂੰ ਕਮਿਊਨਿਸਟ ਆਪਾਂ ਕਹਿੰਦੇ ਲੋਕਾਂ ਨੂੰ ਹੁਣ ਅਵੇਅਰ ਕਰਨਾ ਪੈਣਾ ਸਭ ਕੁਝ ਤੋਂ ਹਾਂ ਹਾਂ ਇੰਗਲੈਂਡ ਤੋਂ ਫਿਰ ਤੁਸੀਂ ਦੱਸ ਰਹੇ ਸੀ ਗੱਲ ਵਿੱਚ ਆ ਫਿਰ ਇਹਨੂੰ ਲੱਗਿਆ ਸੀ ਵੀ ਪਾਸਪੋਰਟ ਵਾਪਸ ਲੈਣ ਨਾਲ ਹਾਂ ਨਹੀਂ ਇਹ ਫਿਰ ਤਾਂ ਇੰਗਲੈਂਡ ਗਿਆ ਗਿਆ ਪਹਿਲਾਂ ਠੀਕ ਹਾਂ ਵੀ ਇੱਥੋਂ ਬਹਿ ਕੇ ਨਹੀਂ ਕਰਨ ਦੇਣਾ ਕਿਸੇ ਨੇ ਨਹੀਂ ਫਿਰ ਵਾਪਸ ਆਉਣ ਵਾਲੀ ਤੁਸੀਂ ਕਹਿੰਦੇ ਵਾਪਸ ਆਉਣ ਵਾਲੀ ਜਦੋਂ ਜਦੋਂ ਪੰਜਾਬ ਤੋਂ ਨੂੰ ਖਬਰਾਂ ਮਿਲੀਆਂ ਸਾਰਾ ਕੁਝ ਮਿਲਿਆ ਨਾ ਉਹ ਫਿਰ ਇਹਦੇ ਅੰਦਰ ਕਿਤੇ ਉੱਠਿਆ ਵੀ ਹੁਣ ਮੈਂ ਮੈਂ ਤਾਂ ਉਹਦੀ ਇੰਟਰਪ੍ਰੀਟੇਸ਼ਨ ਇਹੀ ਕਰਦਾ ਇਹਨੂੰ ਐ ਵੀ ਹੁਣ ਜਸਵੰਤ ਸਿਆ ਤੈਨੂੰ ਸੀਸ ਦੇਣਾ ਪੈਣਾ ਹੁਣ ਸੀਸ ਦੇਣ ਦੀ ਲੋੜ ਹੈ ਉਹ ਉਹ ਇਹ ਧਾਰ ਕੀ ਆਇਆ ਸੀ ਬਸ ਹੋਰ ਨਹੀਂ ਇੰਨੀ ਡੋਲ ਤਾਂ ਸਕੂਟਰ ਚੱਕ ਕੇ ਕੱਲਾ ਜਿੱਥੇ ਮੰਨ ਲਓ ਫਿਰਦੇ ਨੇ ਦਰਿੰਦੇ ダगड़ダगड़ ਕਰਦੇ ਜਿਪਸੀਆਂ ਦੇ ਵਿੱਚ ਤੇ ਕੱਲਾ ਸਕੂਟਰ ਤੇ ਮਤਲਬ ਫਿਰ ਰਿਹਾ ਬੰਦਾ ਜਾਂ ਕਦੇ ਇੱਕ ਅੱਧਾ ਬੰਦਾ ਨਾਲ ਹੋਰ ਹੋਣਾ ਸਕੂਟਰ ਤੇ ਕੀ ਹੈ ਮਤਲਬ ਤੇ ਜਦੋਂ ਮੌਤ ਦਾ ਮੌਤ ਦਾ ਪੈ ਚੱਕਤਾ ਬੰਦਾ ਅੰਦਰ ਪੈ ਹੋ ਗਿਆ ਬਸ ਸਭ ਤੋਂ ਵੱਡਾ ਪੈ ਮੌਤ ਦਾ ਹੀ ਹੈ ਨਾ ਉਹ ਚੱਕ ਕੀ ਆਇਆ ਹੈ ਤੇ ਉਸੇ ਰਸਤੇ ਤੇ ਚੱਲ ਕੇ ਨੇ ਅਖੀਰ ਨੂੰ ਸ਼ਹਾਦਤ ਦੀ ਮੰਜ਼ਿਲ ਪ੍ਰਾਪਤ ਕਰ ਲਈ ਯੋਰਾ ਦੇ ਚੈਪਟਰ ਦਾ ਤੁਹਾਡਾ ਮੋੜ ਜੰਗ ਦੇ ਖੇਤਰ ਚ ਆਹ ਵੀ ਫਿਰ ਉਹੀ ਦੌਰ ਆ ਜਦੋਂ ਉਹੀ ਦੌਰ ਆ ਜਦੋਂ ਇਹ ਫਿਰ ਮੁੜ ਕੇ ਉੱਥੋਂ ਫੈਸਲਾ ਕਰਕੇ ਵੀ ਮੈਂ ਇਹ ਸਾਰੇ ਤੁਸੀਂ ਲਿਖ ਰਹੇ ਹੋ ਜਲੰਧਰ ਜਿਮਨੀ ਚੋਣ ਹਾਂ ਉਦੋਂ ਫਿਰ ਜਲੰਧਰ ਜਿਮਨੀ ਚੋਣ ਹੋਈ ਰੇਟ ਵਿੰਗ ਦੀ ਸਥਾਪਨਾ ਕੀਤੀ ਜਦੋਂ ਉਹ ਕਦੋਂ ਕੀਤੀ ਉਹ ਉੱਥੋਂ ਆ ਕੇ ਉਦੋਂ ਅਲੱਗ ਕੀਤੀ ਜਾ ਉਹ ਕਾਲੀ ਦਲ ਵਾਲੇ ਚ ਨਹੀਂ ਨਹੀਂ ਬਾਅਦ ਚ ਕੀਤੀ ਪਹਿਲਾਂ ਤਾਂ ਇਹ 73 ਦੇ ਵਿੱਚ ਜਿਹੜੀ ਜਿਮਨੀ ਚੋਣ ਹੋਈ ਜਸਟਿਸ ਅਜੀਤ ਸੁਬੈਂਸ ਖੜੇ ਹੋਏ ਮਾਂਡਲ ਵੱਲੋਂ ਮਾਂਡਲ ਵੱਲੋਂ ਨਾਕਲ ਸਾਂਝਾ ਪੰਥਕ ਕੈਂਡੀਡੇਟ ਸੀ ਬਾਦਲਾ ਨੇ ਆਪਦਾ ਕੀਤਾ ਸੀ ਕੁਲਦੀਪ ਸਿੰਘ ਬਡਾਲਾ ਬਾਕੀ ਜਿੰਨੀਆਂ ਵੀ ਕਹਿ ਲੋ ਪੰਥਕ 33 ਜਾਂ ਬੰਦੇ ਸੀ ਉਹਨਾਂ ਨੇ ਅਜੀ ਸੁਬੈਸ ਦੀ ਜਸਟਿਸ ਦੀ ਸਪੋਰਟ ਕੀਤੀ ਤੇ ਉੱਥੇ ਦਫਤਰ ਸੀਗਾ ਕੁਲਵੀਰ ਸਿੰਘ ਕੌੜਾ ਦੇ ਘਰ ਵਿੱਚ ਉੱਥੇ ਇਹ ਲਗਾਤਾਰ ਰਿਹਾ ਸਾਰੀ ਇਲੈਕਸ਼ਨ ਚ ਸੁਵੰਨ ਤੋਤੇ ਰਿਹਾ ਮੈਂ ਕੋਆਰਡੀਨੇਟ ਕਰਨੇ ਕਰਦਾ ਰਿਹਾ ਇੱਕ ਇਹ ਇੱਕ ਪ੍ਰੋਫੈਸਰ ਜਗਮਉਨ ਸਿੰਘ ਸੋ ਉੱਥੇ ਮੈਂ ਨੂੰ ਲਗਾਤਾਰ ਮਿਲਦਾ ਰਿਹਾ ਪ੍ਰੋਫੈਸਰ ਜਗਮਉਨ ਕਿਹੜੇ ਲੁਧਿਆਣੇ ਵਾਲੇ ਲੁਧਿਆਣੇ ਵਾਲੇ ਜਿਹੜੇ ਭਗਤ ਸਿੰਘ ਦੇ ਨਾ ਨਾ ਉਹਨਾਂ ਨੇ ਤਾਂ ਕੀ ਕਰਦਾ ਸੀ ਉਹ ਤਾਂ ਉਹ ਦੂਜੇ ਉਹ ਦੂਜੇ ਪਾਸੇ ਸੀ ਜਗਮਉਨ ਤੋਂ ਟੋਨੀ ਜਿਹੜੇ ਉਸ ਵੇਲੇ ਮਾਨਦਾਲ ਨਾਲ ਸੀਗੇ ਹਾਂ ਬੰਬੇ ਵਾਲੇ ਪ੍ਰੋਫੈਸਰ ਉਹ ਵੀ ਪ੍ਰੋਫੈਸਰ ਸੀ ਨਾ ਬੰਬੇ ਤੋਂ ਆਏ ਹੋਏ ਤੇ ਇਹਨਾਂ ਨੇ ਫਿਰ ਉਹ ਇਲੈਕਸ਼ਨ ਦੇ ਵਿੱਚ ਬਹੁਤ ਮਿਹਨਤ ਕੀਤੀ ਉਹ ਇਲੈਕਸ਼ਨ ਦੇ ਰਿਜ਼ਲਟ ਨੇ ਫਿਰ ਇਹਦੀਆਂ ਅੱਖਾਂ ਕਾਫੀ ਖੋਲੀਆਂ ਜਿਵੇਂ ਇਹ ਕੀ ਹੋ ਗਿਆ ਇੰਨੀ ਘੱਟ ਵੋਟ ਇੰਨਾ ਜ਼ੁਲਮ ਹੋਇਆ ਹੋਵੇ ਜਸਟਿਸ ਜੀਸੂ ਬੈਂਸਰਗਾ ਕੈਂਡੀਡੇਟ ਹੋਵੇ ਤੇ ਜਮਾਨਤ ਜਬਤ ਹੋ ਜੇ ਇਹ ਪਾਣਾ ਕੀ ਵਾਪਰ ਗਿਆ ਫਿਰ ਉਹਨੇ ਨਹੀਂ ਐਨ ਲਾਈਕ ਮਤਲਬ ਥਿੰਕਰ ਵੀ ਸੀ ਨਾ ਇਹਨੇ ਫਰੈਂਡ ਲਾਈਜ ਕੀਤਾ ਇਹ ਚ ਲੇਖ ਆ ਮੈਂ ਸਾਰਾ ਜਿਮਨੀ ਚੋਂ ਤੋਂ ਇਲੈਕਸ਼ਨ ਤੋਂ ਬਾਅਦ ਵੀ ਗੜਬੜ ਕੀ ਹੈ 93 ਦੇ ਅੰਦਰ ਹਾਂ ਸੋ ਜਿੰਨੇ ਵੀ ਤੁਸੀਂ ਦੇਖਿਆ ਵੀ ਜਿਹੜਾ ਬੀਲਾ ਕਾਂਡ ਜਿਹੜਾ ਮੈਂ ਪੁੱਛ ਰਿਹਾ ਸੀ ਹਿਊਮਨ ਰਾਈਟ ਜਿਹੜਾ ਵਿੰਗ ਬਣਾਇਆ ਹਿਊਮਨ ਰਾਈਟ ਵਿੰਗ ਫੈਰਿਆ ਨੇ ਜਦੋਂ 93 ਦੀ ਇਲੈਕਸ਼ਨ ਤੋਂ ਬਾਅਦ ਥੈਟ ਵੇ ਹੈ ਮਾਨ ਤੋਂ ਵੀ ਸਿਮਰਜੀਤ ਸਿੰਘ ਮਾਨ ਤੋਂ ਵੀ ਡਿਸਿਲਿਊਜ਼ਨ ਹੋ ਗਿਆ ਹੋ ਜਾਂਦੇ ਇਹ ਜਿਹੇ ਬੰਦੇ ਬਹੁਤ ਛੇਤੀ ਜੋ ਧਾਰਕ ਆਏ ਹੁੰਦੇ ਨੇ ਜੋ ਦੇਖਦੇ ਨੇ ਉਹਦੇ 'ਚ ਕੋਈ ਗੈਪ ਲੱਗਦਾ ਐ ਨੈਕਚਰਲੀ ਉਹਨਾਂ ਦੀ ਕੋਈ ਇੱਕ ਟਿਕਾਣਾ ਤਾਂ ਹੁੰਦਾ ਨਹੀਂ ਵੀ ਹੁਣ ਤੁਹਾਨੂੰ ਤਾਂ ਆਪਾਂ ਇਹਨਾਂ ਨੂੰ ਅੱਗੇ ਤੇ ਅੱਗੇ ਬਸ ਹੈਨਾ ਕੰਮ ਕਰਨਾ ਹੈ ਅੰਦਰ ਪਈ ਐ ਉਹ ਇੰਪਲਸ ਫਿਰ ਇਹਨੇ ਉਹ ਛੱਡਤਾ ਫਿਰ ਇਹਨੇ ਅਕਾਲੀ ਦਲ ਨਾਲ ਰਲ ਕੇ ਬਾਦਲ ਦਲ ਹਿਊਮਨ ਰਾਈਟਸ ਬੈਂਕ ਸਥਾਪਿਤ ਕੀਤਾ ਇਹ ਗੱਲ ਲੋਕਾਂ ਨੂੰ ਬੜੀ ਉਪਰੀ ਲੰਦੀ ਵੀ ਉਸ ਮੌਕੇ ਬਾਦਲ ਤੇ ਟੋੜੇ ਨਾਲ ਜਾਣਾ ਤੇ ਮਾਣ ਨੂੰ ਛੱਡ ਕੇ ਆਮ ਆਮ ਇਮਪ੍ਰੈਸ਼ਨ ਤੇ ਹੀ ਸੀ ਨਾ ਮਾਣ ਖਾੜਕੂ ਪੱਖੀ ਤੇ ਉਹ ਬੰਦੇ ਦੂਜੇ ਤੇ ਪਰ ਇਹਦਾ ਇੱਕ ਚਤੰਨ ਫੈਸਲਾ ਸੀ ਇਹਨੇ ਜੋ ਧਾਰ ਲਿਆ ਸੀ ਮੈਂ ਹਿਊਮਨ ਰਾਈਟਸ ਦਾ ਮਸਲਾ ਚੁੱਕਣਾ ਹੈ ਉਹਦੇ ਵਾਸਤੇ ਕੋਈ ਪ੍ਰੋਪਰ ਫਾਰਮ ਚਾਹੀਦਾ ਹੈ ਇਹੋ ਜਿਹਾ ਫਾਰਮ ਜਿਹਦੀ ਕ੍ਰੈਡੀਬਿਲਟੀ ਹੋਵੇ ਜਿਹਦੇ ਕੋਲੇ ਤਾਕਤ ਵੀ ਹੋਵੇ ਤਾਂ ਕਿ ਛੇਤੀ ਹੱਥ ਨਾ ਪਾਇਆ ਜਾ ਸਕੇ ਉਹ ਫਿਰ ਇਹਨੇ ਉਹ ਕੀਤਾ ਜਾ ਕੇ ਮਲੇ ਇਹਦਾ ਕੌਨਸ਼ੀਅਸ ਡਿਸੀਜਨ ਸੀ ਫੇਰ ਤੂੰ ਦੇਖ ਇਨੇ ਜਸਪਾਲ ਸਿੰਘ ਢਿੱਲੋਂ ਨੂੰ ਕੰਟੈਕਟ ਕੀਤਾ ਹਾਲਾਂਕਿ ਉਹ ਦੋ ਪਹਿਲਾਂ ਦੀ ਜਸਪਾਲ ਸਿੰਘ ਢਿੱਲੋਂ ਨਾਲ ਕੋਈ ਬਹੁਤੀ ਨਹੀਂ ਸੀ ਜਸਪਾਲ ਸਿੰਘ ਢਿੱਲੋਂ ਨੂੰ ਕਿਹਾ ਵਪਾਰੜ ਕਿਹਾ ਕੰਮ ਕਰੀ ਗਏ ਉਹ ਉਹਨੂੰ ਇਸ ਗੱਲ ਦੇ ਉੱਤੇ ਮਨਾਇਆ ਉਹ ਵੀ ਨਾਲ ਤੁਰ ਪਿਆ ਉਹ ਹੁਣ ਮੈਨੂੰ ਬਾਅਦ ਚ ਸਮਝ ਆਈ ਉਦੋਂ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਇਹ ਐਂ ਜੇ ਕਰ ਰਹੇ ਨੇ ਮੈਨੂੰ ਵੀ ਨਹੀਂ ਸੀ ਕੋਈ ਬਹੁਤਾ ਠੀਕ ਜਾ ਲੱਗਿਆ ਮੈਨੂੰ ਹੁਣ ਫਿਰ ਬਾਅਦ ਚ ਸਮਝ ਆਈ ਕਾਲੀ ਦਲ ਨਾਲ ਆ ਕੇ ਹਾਂ ਉਹ ਬਾਅਦ ਚ ਸਮਝ ਆਈ ਇਹਨੂੰ ਇਹ ਸੀ ਵੀ ਹੁਣ ਜਦੋਂ ਇਸਿਊ ਨੂੰ ਵੱਡੀ ਪੱਧਰ ਤੇ ਦੁਨੀਆ ਚ ਲੈ ਜਾਣਾ ਹੈ ਕਾਲੀ ਦਲ ਆਰਗੇਨਾਈਜੇਸ਼ਨ ਤਾਂ ਵੱਡੀ ਸੀ ਇੱਕ ਆਰਗੇਨਾਈਜੇਸ਼ਨ ਵੱਡੀ ਇੱਕ ਜਸਪਾਲ ਸਿੰਘ ਢਿੱਲੋਂ ਚ ਇਹ ਕਾਬਲੀਅਤ ਸੀ ਅੰਗਰੇਜ਼ੀ ਦੀ ਡਰਾਫਟਿੰਗ ਬੰਦਿਆਂ ਨੂੰ ਮਿਲ ਕੇ ਕਨਵਿੰਸ ਕਰਨਾ ਮਤਲਬ ਉਹ ਅਮਰੀਕਨ ਗਵਰਨਮੈਂਟ ਦੇ ਹੋਮ ਡਿਪਾਰਟਮੈਂਟ ਨੂੰ ਜਾ ਕੇ ਉੱਥੇ ਉਹ ਆਪ ਲੈ ਗਏ ਇਹਨੂੰ ਡਾਕੂਮੈਂਟ ਤਿਆਰ ਕਰਕੇ ਪਾਸਪੋਰਟ ਵੀ ਨਹੀਂ ਉੱਥੇ ਜਾ ਕੇ ਸਾਰੇ ਉਹਨਾਂ ਦੇ ਉੱਪਰਲੇ ਪੱਦਰਦਿਆਂ ਨੂੰ ਮਿਲਿਆ ਤੇ ਜਾ ਕੇ ਉੱਥੇ ਪੱਖ ਪੇਸ਼ ਕੀਤਾ ਸੋ ਜਸਵੰਤ ਨੂੰ ਇਹ ਸੀ ਵੀ ਕੋਈ ਇਹੋ ਜਿਹਾ ਬੰਦਾ ਚਾਹੀਦਾ ਹੈ ਬਾਕੀ ਗੱਲਾਂ ਛੱਡੋ ਜਿਹਦਾ ਮਤਲਬ ਤੁਹਾਨੂੰ ਆਪਣੇ ਕਾਜ ਤੇ ਆ ਬਸ ਕਿ ਜੋ ਮੈਂ ਕਾਰਜ ਕਰ ਰਹੇ ਹਾਂ ਕਿਸੇ ਤਰ੍ਹਾਂ ਉਹ ਪ੍ਰਮੋਟ ਹੋਵੇ ਬਾਕੀ ਬੰਦਾ ਕੌਣ ਹੈ ਫਲਾਨਾ ਕੀ ਹੈ ਜਿਹੜੀਆਂ ਆ ਆਉਂਦੀਆਂ ਹਨ ਨਾ ਉਹਦੋਂ ਬੰਦਾ ਉਹ ਭੁੱਲੋ ਉਹ ਤਾਂ ਬਾਈਨਰੀਜ਼ ਬਹੁਤ ਹੁੰਦੀਆਂ ਨੇ ਨਾ ਉਦੋਂ ਤਾਂ ਬਹੁਤ ਹੁੰਦੀਆਂ ਜਦੋਂ ਬੰਦਾ ਫਲਾਨੀ ਧਾਰਾ ਦਾ ਹੈ ਫਲਾਨਾ ਬੰਦਾ ਹੈ ਧੌਂਕਾ ਉਹ ਫਿਰ ਜਦੋਂ ਸ਼ਹਾਦਤ ਦੇ ਸਫ਼ਰ ਤੇ ਤੁਰਦਾ ਤਾਂ ਨੂੰ ਵੱਡੇ ਇਹ ਹੋ ਜਾਂਦੀਆਂ ਨੇ ਜਦੋਂ ਸ਼ਹਾਦਤ ਦੇ ਸਫ਼ਰ ਤੇ ਤੁਰਦਾ ਨਾ ਉਹਦੇ ਗੱਲਾਂ ਬੇਮਾਨਾ ਹੋ ਜਾਂਦੀਆਂ ਬਸ ਉਹ ਤਾਂ ਸ਼ਿਸ਼ ਤੋਤੀ ਹੁੰਦੀ ਆ ਉਦੋਂ ਸੋ ਉਦੋਂ ਫਿਰ ਇਹਨੇ ਉਹ ਵਿੰਗ ਬਣਾਇਆ ਪਹਿਲਾਂ ਬੰਦਿਆਂ ਨੂੰ ਮਿਲਿਆ ਪਹਿਲਾਂ ਮਾਨਦਲ ਚ ਅਸੀਂ ਉਹਨਾਂ ਨੂੰ ਮਿਲੇ ਹਾਂ ਸੱਚ ਪਹਿਲਾਂ ਮਾਨਦਲ ਚ ਵਿੰਗ ਸੀ ਇਹਦਾ ਅੱਛਾ ਹਾਂ ਹਿਊਮਰ ਰਾਈਟਸ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਉਹਦਾ ਇਹ ਮੁਖੀ ਸੀ ਫਿਰ ਇਹਨੂੰ ਲੱਗਿਆ ਵੀ ਇੱਥੇ ਤਾਂ ਲਿਮਿਟੇਸ਼ਨ ਹੈ ਇੱਥੇ ਜੇ ਕਰਾਂਗੇ ਵੀ ਤਾ ਇਹਦੀ ਇੱਕ ਤਾਂ ਉਨੀ ਕ੍ਰੈਡੀਬਿਲਟੀ ਨਹੀਂ ਹੋਣੀ ਕਿਉਂਕਿ ਉਹ ਮੇਨ ਸਟ੍ਰੀਮ 'ਚ ਸੀ ਕਿ ਬਦਲੂਰੀ ਮੋਡਰੇਟਸ ਦਾ ਨਕਸ਼ਾ ਸੀਗਾ ਤੇ ਦੂਜੀ ਗੱਲ ਵੀ ਉਹਨਾਂ ਦੀ ਇੱਕ ਤਾਕਤ ਵੀ ਹੈ ਜੇਸੇ ਕਰਕੇ ਜਦੋਂ ਇਹਨੂੰ ਕਿਡਨਾਪ ਵੀ ਕੀਤਾ ਮੱਲਾ ਗਵਾਹ ਕਰ ਲਿਆ ਘਰੋਂ ਤਾਂ ਸਭ ਤੋਂ ਵੱਧ ਜਿਹੜਾ ਭਜਨ ਅਟਕ ਕੀਤੀ ਉਹ ਤੋੜੇ ਨਹੀਂ ਕੀਤੀ ਸੀ ਬਦਲ ਨਾਲ ਨਹੀਂ ਸੀ ਇਹਨਾਂ ਦਾ ਕੁਝ ਵੀ ਇਹਨਾਂ ਤਾਂ ਟੋੜੇ ਨਾਲ ਸੀ ਟੌੜੇ ਨੇ ਇਮੀਡੀਏਟਲੀ ਇੱਥੇ ਆਪਦੇ ਚੰਡੀਗੜ੍ਹ ਚ ਇਹਨਾਂ ਨੂੰ ਆਪਦੇ ਉਹਨਾਂ ਜਿਹੜੇ ਕੁਆਟਰ ਨੇ ਐਮਐਲ ਦੇ ਉੱਥੇ ਦਫ਼ਤਰ ਮਾਉਣ ਵਾਸਤੇ ਇੱਕ ਕੁਆਰਟਰੀ ਦਿੱਤਾ ਅਪਾਰਟਮੈਂਟ ਦਿੱਤਾ ਕਿਉਂਕਿ ਦਫ਼ਤਰ ਤੋਂ ਬਿਨਾ ਕੰਮ ਨਹੀਂ ਚੱਲਦਾ ਜੇ ਤੁਸੀ ਆਰਗੇਨਾਈਜ਼ਡ ਵੱਡੀ ਪੱਧਰ ਤੇ ਕੰਮ ਸ਼ੁਰੂ ਕਰਨਾ ਹੈ ਇਹ ਸਾਰੀਆਂ ਕਨਸਿਡਰੇਸ਼ਨ ਚੋਂ ਕਿ ਕਨੇ ਬੰਦਿਆਂ ਨੂੰ ਸਵਾਲ ਖੜਾ ਹੁੰਦਾ ਯਾਰ ਬਾਦਲ ਨਾਲ ਕਿਉਂ ਐਕਚੁਅਲੀ ਬਾਦਲ ਨਾਲ ਨਹੀਂ ਟੌੜੇ ਨਾਲ ਗਿਆ ਸੀ ਪਰ ਚਲੋ ਬਾਦਲ ਟੌੜਾ ਕਿਸੇ ਚਲੋ ਪਾਰਟੀ ਤੇ ਕੋਈ ਸੀ ਹਾਂ ਪਾਰਟੀ ਕੋਈ ਸੀਗੀ ਤੇ ਇਹ ਫਿਰ ਜਦੋਂ ਚੱਕ ਲਿਆ ਚੁੱਕ ਲਿਆ ਉਹਨਾਂ ਨੂੰ ਹਾਂ ਉਹਨੂੰ ਕਿਡਨੈਪ ਕਰ ਲਿਆ ਜਦੋਂ ਕਿਡਨੈਪ ਕਰ ਲਿਆ ਉਦੋਂ ਸਭ ਤੋਂ ਵੱਧ ਜਿਹੜੀ ਭਜਨ ਅਠ ਕੀਤੀ ਉਹ ਟੋੜੇ ਨਹੀਂ ਕੀਤੀ ਹੁਣ ਉਹ ਸ਼ਰੋਅ ਨਹੀਂ ਕਮੇਟੀ ਦਾ ਪ੍ਰਧਾਨ ਸੀ ਵੈਸੇ ਵੀ ਵੱਡਾ ਲੀਡਰ ਸੀ ਤੇ ਉਹਦੀ ਗੱਲ 'ਚ ਵਜਨ ਵੀ ਸੀ ਪਰ ਉਹ ਕੰਮ ਨਹੀਂ ਆਇਆ ਉਹ ਆ ਨਹੀਂ ਸਕਦਾ ਸੀ ਐ ਐਡੀ ਹਸਤੀ ਕੋਈ ਵੀ ਨਹੀਂ ਸੀ ਉਦੋਂ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ ਉਹ ਤਾਂ ਇਹ ਵੀ ਚਲੋ ਸੁਪਰੀਮ ਕੋਰਟ ਨੂੰ ਟੈਲੀਗ੍ਰਾਮ ਜਦੋਂ ਐਸਜੀਪੀਸੀ ਦੇ ਹੈੱਡ ਦੀ ਗਈ ਤਾਂ ਉਹਦਾ ਨੋਟਿਸ ਲੈਣਾ ਹੀ ਪੈਣਾ ਸੀ ਉਹ ਜਿੰਨੀਆਂ ਵੀ ਉਹਨਾਂ ਨੇ ਫਿਰ ਟੈਲੀਗ੍ਰਾਮਾ ਜਦੋਂ ਤੁਸੀਂ ਬਾਹਰ ਟੈਲੀਗ੍ਰਾਮ ਦਿੰਨੇ ਹੋ ਨਾ ਹੁਣ ਮੈਂ ਕਹਿੰਦੀ ਆਂ ਵੀ ਅਜਮੇਰ ਸਿੰਘ ਨੇ ਟੈਲੀਗ੍ਰਾਮ ਦਿੱਤੀ ਹੂ ਜਜਮੇਰ ਸਿੰਘ ਉਹਦਾ ਕੋਈ ਡੈਜਿਗਨੇਸ਼ਨ ਉਹ ਚਾਹੀਦਾ ਕੋਈ ਠੱਪਾ ਚਾਹੀਦਾ ਉਹ ਠੱਪਾ ਸੀਗਾ ਉਹਨਾਂ ਨੂੰ ਜਿਹਦੇ ਕਰਕੇ ਨਾ ਭਾਵੇਂ ਉਹ ਉਹਦੀ ਜਾਨ ਨਹੀਂ ਬਚਾਈ ਜਾ ਸਕੀ ਪਰ ਮਸਲਾ ਤਾਂ ਇੰਟਰਨੈਸ਼ਨਲਾਈਜ਼ ਕਰਤਾ ਨਾ ਨਹੀਂ ਤਾਂ ਹੋ ਸਕਦਾ ਮਸਲਾ ਹੀ ਨਾ ਬਣਦਾ ਐਡਾ ਚੁੱਪ ਕਰਕੇ ਖਤਮ ਕਰ ਦਿੰਦੇ ਇਹ ਸੀ ਜਸਵੰਤ ਦਾ ਔਰ ਇਹ ਜਾਨ ਬਚਾਉਣਾ ਨਹੀਂ ਸੀ ਸ਼ਹਾਦਤ ਕਾਦੇ ਵਾਸਤੇ ਵੀ ਤਾਂ ਕਿ ਦੁਨੀਆ 'ਚ ਮਸਲਾ ਖੜਾ ਹੋ ਜੇ ਇਹ سلسلہ ਕੋ ਲੈਣਾ ਬੰਦ ਹੋਵੇ ਇੱਥੇ ਪੰਜਾਬ ਦੀ ਧਰਤੀ ਤੇ ਤੋਂ ਬੰਦ ਵੀ ਹੋਇਆ ਫਿਰ ਉਦੋਂ ਬਾਅਦ ਉਦੋਂ ਬਾਅਦ ਤਾਂ ਬੰਦ ਹੋਇਆ ਇੱਕ ਵਾਰ ਇਹ ਸੀ ਗੱਲ ਦਾ ਜੀ ਜੇ ਆਪਾਂ ਇਹ ਜਿਹੜੇ ਵਿੰਗ ਦੇ ਉੱਤੇ ਹਮਲੇ ਹੋਣੇ ਜਾਂ ਫਿਰ ਯੂਨਨ ਦੇ ਵਫਦ ਨੂੰ ਮਿਲਣਾ ਹਾਂਜੀ ਵਿੰਗ ਦੇ ਕਿੱਥੇ ਕਿੱਥੇ ਮਤਲਬ ਕਿੰਨਾ ਪਹਿਲਾਂ ਉਦੋਂ ਪੈਰਲਲ ਹੁੰਦੇ ਰਹੇ ਜਦੋਂ ਇਹਨਾਂ ਨੂੰ ਬਿਲਕੁਲ ਜਦੋਂ ਇਹ ਕੰਮ ਕਰਦਾ ਸੀ ਦੇਖੋ ਇਹਨੇ ਫਿਰ ਪਟੀਸ਼ਨਸ ਪਵਾਉਣੀਆਂ ਸ਼ੁਰੂ ਕਰਤੀਆਂ ਬੜੇ ਸਿਸਟੇਮੈਟਿਕ ਕੰਮ ਕਰਦਾ ਸੀ ਐਵੇਂ ਨਹੀਂ ਮਤਲਬ ਪ੍ਰਪਾਗੈਂਡ ਦੇ ਵਾਸਤੇ ਨਹੀਂ ਜਸਟ ਫਾਰ ਪ੍ਰਪਾਗੈਂਡਾ ਬੀ ਉਹਦਾ ਉਹਦੀ ਕੋਈ ਨਾ ਲੀਗਲ ਵੈਲਿਊ ਬਣੇ ਅਫੈਕਟਿਵ ਹੋਵੇ ਮਤਲਬ ਆਥੈਂਟਿਕ ਹੋਵੇ ਤੇ ਡਾਕੂਮੈਂਟੇਸ਼ਨ ਹੋ ਜਾਵੇ ਡਾਕੂਮੈਂਟੇਸ਼ਨ ਹੋ ਜਾਏ ਇਹਨੇ ਪਟੀਸ਼ਨਸ ਲੈਣੀਆਂ ਸ਼ੁਰੂ ਕਰਤੀਆਂ ਵਿਕਟਮ ਫੈਮਿਲੀਜ਼ ਵੱਲੋਂ ਦੀ ਸਾਡੇ ਨਾਲ ਆ ਹੋਇਆ ਸਾਡੇ ਨਾਲ ਆ ਹੋਇਆ ਤੇ ਉੱਥੇ ਨੇ ਫੇਰ ਇੱਕ ਕਮੇਟੀ ਸਰਕਾਰ ਨੂੰ ਬਣਾਉਣੀ ਪੈਗੀ ਸੀ ਡੀਐਸ ਬੈਂਸ ਦੀ ਅਗਵਾਈ ਹੇਠ ਉਹਨੇ ਮੀਟਿੰਗ ਰੱਖੀ ਸੀ ਤਰਨਤਾਰਨ ਡੀਐਸ ਬੈਂਸ ਜਿਹੜੇ ਬਾਅਦ ਚ ਹੋਮ ਸੈਕਟਰੀ ਹਾਂ ਉਹਨੇ ਮੀਟਿੰਗ ਰੱਖੀ ਉੱਥੇ 80 ਪਰਿਵਾਰਾਂ ਨੇ ਆ ਕੇ ਆਪਦੇ ਹਲਫੀਆ ਬਿਆਨ ਦਿੱਤੇ ਤੇ ਜਿਨ੍ਹਾਂ ਵਿੱਚ ਮੇਜਰ ਸਿੰਘ ਉੱਬੋ ਕੇ ਵੀ ਸੀ ਜਾ ਤੂੰ ਵਾਰ ਸ਼ਹਿਰ ਐਮਪੀ ਰਹਿ ਚੁੱਕਿਆ ਸੀ ਜਾਂ ਇੱਕ ਵਾਰ ਐਮਪੀ ਦੋ ਵਾਰ ਐਮਐਲਏ ਵਜੀਰ ਵੀ ਰਹਿ ਚੁੱਕਿਆ ਸੀ ਉਹਦੇ ਭਤੀਜੇ ਨੂੰ ਮਾਰਿਆ ਦੋ ਭਤੀਜਿਆਂ ਦਾ ਨੂੰ ਮਾਰਿਆ ਚੁੱਕ ਕੇ ਤੇ ਉਹ ਕਹਿੰਦਾ ਮੈਂ ਥੱਕ ਗਿਆ ਜਾ ਜਾ ਕੇ ਕੋਈ ਗੱਲ ਹੀ ਨਹੀਂ ਸੁਣਿਆ ਕਿ ਤੇ ਸੋ ਉਹ ਜਦੋਂ 80 ਪਰਿਵਾਰਾਂ ਤੋਂ ਪਟੀਸ਼ਨ ਪਵਾਤੀ ਬਸ ਫਿਰ ਇਹਨੂੰ ਧਮਕੀਆਂ ਆ ਗਈਆਂ ਫਿਰ ਪਰਿਵਾਰਾਂ ਤੇ ਵੀ ਬਹੁਤ ਪ੍ਰੈਸ਼ਰ ਪਾਇਆ ਇਹ ਉਹ ਮੌਕਾ ਸੀ ਜਦੋਂ ਇੰਨੀ ਹਾਹਾਕਾਰ ਮੱਚ ਗਈ ਸੀ ਅਜੀਤ ਸਿੰਘ ਜਿਹੜਾ ਸੀਗਾ ਡੀ ਐਸ ਐਸ ਪੀ ਉਹ ਬਦਲਤਾ ਸੀ ਉੱਥੋਂ ਅੰਮ੍ਰਿਤਸਰ ਤੋਂ ਉਹਨੂੰ ਰੋਪੜ ਭੇਜਦਾ ਤਰਨਤਾਰਨ ਸੀ ਤਰਨਤਾਰਨ ਤਰਨਤਾਰਨ ਸੀ ਉਹਨੂੰ ਰੋਪੜ ਭੇਜਦਾ ਸੀ ਤੇ ਉਹ ਜਿੱਥੇ ਵੀ ਜਾਂਦਾ ਸੀ ਉਦੋਂ ਉਦੋਂ ਸਾਰੇ ਪੁਲਿਸ ਵਾਲਿਆਂ ਦਾ ਇਹੀ ਹੁੰਦਾ ਸੀ ਜਿਹੜੇ ਬੁਚੜ ਹੁੰਦੇ ਸੀ ਨਾ ਉਹਨਾਂ ਦੀ ਟੀਮ ਹੁੰਦੀ ਸੀ ਇੱਕ ਬੁਚੜਾਂ ਦੀ ਥੱਲੇ ਤੱਕ ਐਸ ਪੀਓ ਤੱਕ ਡੀ ਐਸ ਪੀਆ ਤੋਂ ਲੈ ਕੇ ਐਸ ਪੀਆ ਤੋਂ ਲੈ ਕੇ ਉਹ ਸਾਰੀ ਨਾਲ ਜਾਂਦੀ ਸੀ ਕੱਟੀਆਂ ਥੋਕ ਰੂਪ ਚ ਬਦਲੀਆਂ ਹੁੰਦੀਆਂ ਸੀ ਉਹ ਰੋਪੜ ਚ ਲਿਆ ਗਿਆ ਸੀ ਫਿਰ ਉਹ ਕੇਪੀਐਸ ਗਿਲ ਨੇ ਦੇਖਿਆ ਵੀ ਇਹ ਤਾਂ ਹੁਣ ਪਟੀਸ਼ਨਾਂ ਪੈਣੀਆਂ ਸ਼ੁਰੂ ਹੋ ਗਈਆਂ ਇਹ ਚ ਤਾਂ ਫਸਾਂਗੇ ਉਹਨੇ ਫਿਰ ਉਹਨੂੰ ਵਾਪਸ ਲਿਆਂਦਾ ਉਹਦੀ ਬਦਲੀ ਫੇਰ ਇੱਥੇ ਕਰਵਾਈ ਤੇ ਉਦੋਂ ਅਰਜੰਤਰ ਕੌਰ ਪੱਠੜ ਕੀ ਮਿਨਿਸਟਰ ਸੀ ਅੱਛਾ ਅਜੀਤ ਸਿੰਘ ਸੰਧੂ ਦੇ ਬਾਰੇ ਬਹੁਤ ਸਾਰੀਆਂ ਫਾਹਾਂ ਚਰਚਾਾਂ ਮਾ ਨੇ ਇਕਤਾਈ ਕਿ ਅਜੀਤ ਸਿੰਘ ਸੰਧੂ ਨੇ ਖੁਦਕੁਸ਼ੀ ਕਰ ਲਈ ਉਹ ਤਾਂ ਇੱਕ ਨੌਨ ਰਿਕਾਰਡ ਗੱਲ ਆ ਇੱਕ ਗੱਲ ਇਹ ਕਿ ਖੁਦਕੁਸ਼ੀ ਦਿਖਾਈ ਗਈ ਹੈ লাশ ਕਿਸੇ ਦੀ ਹੋਰ ਸੀ ਫਿਰ ਇਹਦੇ ਤੇ ਹਮਤੋਜਮਾਨ ਨੇ ਇੱਕ ਫਿਲਮ ਬਣਾਈ ਹੈ ਗਦਾਰ ਹਰਭਜਨ ਮਾਨ ਹਮਤੋਜਮਾਨ ਨੇ ਫਿਲਮ ਦਾ ਨਾਮ ਗਦਾਰ ਆਗਾ ਜਿਹਦੇ ਚ ਥੋੜਾ ਜਿਹਾ ਸੰਕੇਤਕ ਤੌਰ ਦੇ ਉਤੇ ਦਿਖਾਇਆ ਵੀ ਗਿਆਗਾ ਇਹ ਇਹ ਇਨਾ ਇਸ਼ੂਸ ਤੁਹਾਨੂੰ ਕੀ ਤੁਹਾਡੀ ਇਨਫੋਰਮੇਸ਼ਨ ਕੀ ਹੈ ਜੀ ਸਿੰਘ ਜੀ ਮੇਰੀ ਇਨਫੋਰਮੇਸ਼ਨ ਹੈ ਵੀ ਉਹਨੇ ਆਤਮ ਹੱਤਿਆ ਕੀਤੀ ਹੈ ਤੇ ਉਦੋਂ ਬੜੇ ਵੈਲਟਰੀਜਨ ਸੀਗੇ ਕਿਉਂ ਫਸ ਰਹੇ ਸੀ ਇਹ ਬੰਦੇ ਜਿੰਨੇ ਉਦੋਂ ਤੱਕ ਇਹਨਾਂ ਨੂੰ ਸਰੂਰ ਹੁੰਦਾ ਨਾ ਸਤਾ ਦਾ ਜ਼ੁਲਮ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਜਦੋਂ ਫਿਰ ਲੱਗਦਾ ਵੀ ਹੁਣ ਪੁੱਠਾ ਗੇੜ ਚੱਲ ਪਿਆ ਫੇਰ ਇਹਨਾਂ ਨੂੰ ਲੱਗਦਾ ਵੀ ਸਤਾ ਵੀ ਸਾਡੀ ਨਹੀਂ ਰਹੀ ਜਿਨ੍ਹਾਂ ਨੇ ਸਾਥੋਂ ਕਰਵਾਏ ਇੱਕ ਤਾਂ ਡਿਸਿਲੂਜਨਮੈਂਟ ਇੱਕ ਯਾਦਵਿੰਦਰ ਸਿੰਘ ਕਿਤੇ ਨਾ ਕਿਤੇ ਜਮੀਰ ਤੇ ਆਤਮਾ ਤੇ ਇਹਨੇ ਪਾਪਾਂ ਦਾ ਭਾਰ ਚੱਲਣਾ ਸੌਕਾ ਕੀਤਾ ਜਿੱਦਾਂ ਜਸਵੰਤ ਨੂੰ ਚੁੱਕਿਆ ਉਦਦੇ ਉਹਨੇ ਆਪਦੇ ਘਰੇ ਚੰਡੀਗੜ੍ਹ ਅਖੰਡ ਪਾਠ ਖੁਲਾਇਆ ਸੀ ਇਹ ਨੀ ਨੂੰ ਕੁੱਤਾਰ ਮਦਾਜਾ ਅਗੁੱਠਿਆ ਸੀ ਆਹਾ ਆ ਉਹਨੂੰ ਪਾਪ ਹੀ ਸਤਾ ਰਹੇ ਸੀ ਕਿਤੇ ਉਹਨਾਂ ਤੋਂ ਬਚਣ ਦੇ ਹੋ ਰਾਹ ਪਾਲ ਰਿਹਾ ਸੀ ਪਰ ਜਿਹੜਾ ਇਹ ਹੁੰਦਾ ਨਾ ਵੀ ਨਹੀਂ ਉਹਨੇ ਇਹ ਜਿਹਨੂੰ ਕਨਸਪੀਰੇਸੀ ਥਿਉਰੀਜ਼ਮ ਆ ਕਹਿਣਾ ਇਹ ਪੁੱਠਾ ਮਾਈਂਡ ਸਾਡਾ ਨਾ ਬਹੁਤ ਚੱਲਦਾ ਇਸ ਤਰ੍ਹਾਂ ਦਾ ਕਿਉਂਕਿ ਇਹ ਇਹ ਇਹਦੇ ਵਿੱਚ ਖਿੱਚ ਬਣੀ ਹੁੰਦੀ ਆ ਤੁਸੀਂ ਇਹ ਜੀ ਬਹੁਤ ਵੱਡਾ ਨੈਰੇਟਿਵ ਸਿੱਖਾਂ ਚ ਹਾਂ ਹਾਂ ਇਹ ਇੱਕ ਇੱਕ ਹੁੰਦਾ ਤਾਂ ਇਹ ਕਮਜ਼ੋਰ ਮਨ ਚ ਜਦੋਂ ਈਵਨ ਕੌਮਾ ਦੇ ਮਨ ਵੀ ਕਮਜ਼ੋਰ ਪਏ ਜਾਂਦੇ ਨੇ ਉਦੋਂ ਅਹੀਆਂ ਜੀਆਂ ਬੜੀਆਂ ਮੈਂ ਤਾਂ ਇਹ ਹੈਰਾਨ ਸੀ ਕੌਮ ਨੇ ਮਤਲਬ ਜਦੋਂ ਇਹ ਆ ਗਿਆ ਨਾ ਉੱਥੇ ਆਪਣਾ ਸੂਰਜਾ ਨੇ ਲਾਤੀ ਵੀ ਥਰਡ ਪਰਸਨ ਜਦੋਂ ਇੰਦਰ ਨੂੰ ਗੋਲੀ ਮਾਰੀ ਤੀਜਾ ਬੰਦਾ ਕੌਣ ਹੈ ਉਹ ਗਾਇਬ ਹੈ ਜਿਹਦਾ ਮਤਲਬ ਉਹਨਾਂ ਨੇ ਆਪ ਹੀ ਮਰਵਾਈ ਆ ਚਾਹੇ ਉਹਨਾਂ ਨੇ ਮਰਵਾਈਏ ਫਿਰ ਸਾਡੇ ਸ਼ਹੀਦ ਸਤਵੰਤ ਸਿੰਘ ਤੇ ਬਿਆਨਤ ਸਿੰਘ ਕੇਰ ਸਿੰਘ ਕੀ ਰਹੇਗੀ ਉਹਨਾਂ ਦੀ ਮਤ ਜਦੋਂ ਇਹ ਜੀ ਥਿਉਰੀ ਨੂੰ ਬੰਦੇ ਮੰਨਦੇ ਨਾ ਭੁੱਲੀ ਜਾਂਦੇ ਨੇ ਵੀ ਇਹਦਾ ਇਹਦੀ ਇਮਪਲੀਕੇਸ਼ਨ ਕੀ ਆ ਫਲਾ ਉਹ ਚਲਾਉਂਦੇ ਨੇ ਜਾਣ ਕੇ ਮੈਂ ਇਹ ਪੁੱਛ ਰਿਹਾ ਤੁਹਾਨੂੰ ਕਿ ਸਰਦਾਰ ਸਾਹਿਬ ਤੁਸੀਂ ਕਿਹਾ ਕਿ ਅਜੀਤ ਸਿੰਘ ਨੂੰ ਪਾਪਾਂ ਦਾ ਸੀ ਦੁਨੀਆਂ ਦੀਆਂ ਜੰਗਾਂ 'ਚ ਯੁੱਧਾਂ 'ਚ ਹਣਾ ਆਪਾਂ ਥੋੜਾ ਟੌਪਿਕ ਤੋਂ ਸਾਈਡ ਤੇ ਅਟ ਰਹੇ ਪਰ ਆਪਾਂ ਦੇਖਦੇ ਆਂ ਜ਼ੁਲਮਾਂ ਦੀ ਤਾਂ ਇੰਤਿਹਹਾ ਕਰਦੇ ਆ ਲੋਕ ਅੱਜ ਅਠੇ ਵਰਲਡ ਹਿਸਟਰੀ ਦੇ ਅੰਦਰ ਇੰਤਿਹਾਨ ਹੈ ਜ਼ੁਲਮਾਂ ਦੀ ਤਾਂ ਸਾਰੇ ਲੋਕਾਂ ਨੇ ਤਾਂ ਨਹੀਂ ਕੀਤਾ ਤੇ ਕੁਝ ਨਾ ਕੁਝ ਕੁਛੀਆਂ ਕੀਤੀਆਂ ਨੇ ਸਾਰੇ ਤਾਂ ਇੱਕਸਾਰ ਨਹੀਂ ਹੁੰਦੇ ਫੇਰ ਫੇਰ ਤਾਂ ਇਹ ਜਨਰਲਾਈਜ਼ ਹੋ ਜੇ ਇੰਡੀਵਿਜੂਅਲ ਟੂ ਇੰਡੀਵਿਜੂਅਲ ਬੇਰੀਕਾਰ ਕਿ ਸੰਦੂਹੀ ਕਿਉਂ ਇਹਦਾ ਹੁਣ ਆਪਾਂ ਨੂੰ ਬਹੁਤਾ ਜਾਣਦੇ ਨਹੀਂ ਹੈ ਜੇ ਪਰਸਨ ਇੱਕ ਤਾਂ ਜਿੰਨੇ ਉਹਨੇ ਜ਼ੁਲਮ ਕੀਤੇ ਮੈਨੂੰ ਲੱਗਦਾ ਇੱਕ ਜਿਹੜੀ ਹੈਂਕੜ ਹੁੰਦੀ ਆ ਜਿਹੜੇ ਜਿਹੋ ਨੇ ਬਿਆਨ ਦਿੱਤੇ ਸੀ ਜਿਵੇਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੂੰ ਵੀ ਸੰਧੂਆ ਮੈਂ ਵੀ ਸੰਧੂਆ ਤੂੰ ਵੀ ਜੱਟ ਆ ਮੈਂ ਵੀ ਤੂੰ ਵੀ ਮਝੈਲਾ ਮੈਂ ਵੀ ਮਝੈਲਾ ਇਹ ਜਿਹੜੀ ਹੁੰਦੀ ਹੈ ਜਦੋਂ ਉਹ ਟੁੱਟਦੀ ਹੈ ਨਾ ਬੰਦੇ ਦੀ ਉਹ ਚੱਲਣੀ ਹਿਊਮਿਲੇਸ਼ਨ ਚੱਲਣੀ ਇਹਨਾਂ ਲੋਕਾਂ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਭਾਵੇਂ ਨੂੰ ਇੱਕ ਦਿਨ ਦੀ ਸਜ਼ਾ ਨਾ ਹੁੰਦੀ ਜਲਾਲਤ ਜਲੀਲ ਹੋਣਾ ਪਵੇ ਬਹੁਤ ਬੰਦਿਆਂ ਦੀਆਂ ਮੌਤਾਂ ਹੋਈਆਂ ਜਿਹੜਾ ਉਹਦਾ ਖਾਸ ਹਿੱਟਮੈਨ ਸੀ ਅਸ਼ੋਕ ਕੁਮਾਰ ਡੀਐਸਪੀ ਉਹ ਹਾਰਟ ਅਟੈਕ ਨਾ ਮਰ ਐ ਕੋਈ ਗੱਲ ਆ ਮਤਲਬ ਜਦੋਂ ਫਸ ਗਿਆ ਸੱਤ ਅੱਠ ਕੇਸਾਂ ਚ ਫਸ ਗਿਆ ਉਹ ਨਹੀਂ ਚੱਲ ਸਕਿਆ ਇੰਨੇ ਤਾਂ ਐਡੇ ਸੂਰਮੇ ਤਾਂ ਹੁੰਦੇ ਨਹੀਂ ਇਹ ਸਤਾ ਤੇ ਖੜੇ ਹੁੰਦੇ ਨੇ ਬਸ ਜਦੋਂ ਸਤਾ ਦੀ ਥੰਮ ਡਿੱਗ ਪਿਆ ਨਾ ਫਿਰ ਇਹ ਕੇਸ ਰੂਪ ਚ ਮਰਦੇ ਨੇ ਉਹ ਬਹੁਤਾ ਮੈਨੇ ਨਹੀਂ ਰਹਾ ਮਾਪਿਆਂ ਨਾਲ ਆਖਰੀ ਮਿਲਣੀ ਤੁਸੀਂ ਲਿਖਿਆ ਇਹਦੇ ਚ ਹਾਂ ਉਹ ਇਹ ਸੀਗਾ ਵੀ ਇਹ ਇਹ ਤੇ ਇੱਕ ਸਤਨਾਮ ਸਿੰਘ ਦਾ ਦੋਸਤ ਸੀਗਾ ਉੱਥੇ ਖਾਲੜੇ ਦੇ ਨਾਲ ਹੀ ਪਿੰਡ ਹੈ ਤੇ ਇਹ ਇੱਥੋਂ ਅੰਮ੍ਰਿਤਸਰੋਂ ਗਏ ਤੇ ਕਣਕ ਲੈ ਕੇ ਆਉਣੀ ਸੀ ਤੇ ਉਹ ਸਤਨਾਮ ਨੂੰ ਕਹਿੰਦਾ ਚਲੋ ਮੈਂ ਵੀ ਲੈ ਕੇ ਆਉਣੀ ਆ ਘਰ ਦੇ ਖਾਣ ਵਾਸਤੇ ਉਦੋਂ ਇਹ ਫਿਰ ਦੋਵੇਂ ਗਏ ਖਾਲੜੇ ਗਏ ਘਰੇ ਗਏ ਤੇ ਘਰ ਦੇ ਵਿੱਚ ਉਸ ਦਿਨ ਕੋਈ ਪਰ ਉਸ ਨੇੜੇ ਦੇ ਪਰਿਵਾਰ ਚੋਂ ਕਿਸੇ ਨੇ ਪਾਠ ਰੱਖਿਆ ਹੋਇਆ ਸੀ ਸੁਖਮਨੀ ਸਾਹਿਬ ਦਾ ਉਹਦਾ ਭੋਗ ਪੈਣਾ ਸੀ ਤੇ ਇਹਦੇ ਫਾਦਰ ਨੇ ਉਹਨੂੰ ਕਿਹਾ ਵੀ ਮੈਂ ਮੇਰੀ ਸਿਹਤ ਠੀਕ ਨਹੀਂ ਜਸਵੰਤ ਤੂੰ ਉੱਥੇ ਹਾਜ਼ਰੀ ਲਵਾ ਐ ਸੋ ਉਹ ਦੋਵੇਂ ਜਾਣੇ ਉੱਥੇ ਉਹਦੇ ਚ ਬਹਿ ਕੇ ਜਾ ਕੇ ਗੁਰਦੁਆਰਾ ਸਾਹਿਬ ਚ ਉੱਥੇ ਪੁਲਿਸ ਵਾਲੇ ਆਏ ਇੱਕ ਕਟਾਣੇਦਾਰ ਤੇ ਕੁਝ ਸਿਪਾਹੀ ਉਹਨਾਂ ਨੇ ਜਿਨਾਂ ਚਿਰ ਬੈਠਾ ਰਿਹਾ ਉਹਨਾਂ ਚਿਰ ਤਾਂ ਕੁਛ ਨਹੀਂ ਕਿਹਾ ਨਿਗਾਹ ਰੱਖੀ ਸਾਹਮਣੇ ਖੜੇ ਰਹੇ ਵਰਦੀਆਂ ਚੀ ਸੀ ਕੋਈ ਉਹਲਾ ਨਹੀਂ ਸੀ ਜਦੋਂ ਭੋਗ ਪੈ ਗਿਆ ਅਰਦਾਸ ਹੋ ਗਈ ਤੇ ਖਤਮ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਕਿਹਾ ਵੀ ਤੁਹਾਨੂੰ ਨਾ ਥਾਣੇਦਾਰ ਸਾਹਿਬ ਬੁਲਾਉਂਦੇ ਆ ਥਾਣੇ 'ਚ ਇਹ ਕਹਿੰਦਾ ਵੀ ਕੀ ਗੱਲ ਉਹ ਕਹਿੰਦਾ ਵੀ ਉਹ ਤਾਂ ਉਹ ਹੀ ਦੱਸਣਗੇ ਇਹਨੂੰ ਕੋਈ ਨਹੀਂ ਸੀ ਕਿਾ ਚੱਲ ਚੱਲਦੇ ਜਾਣੇ ਕਿ ਉਹਨੇ ਦੱਸਿਆ ਨਾਲ ਦਾ ਸਤਨਾਮ ਸਿੰਘ ਨੇ ਉਹ ਕਹਿੰਦਾ ਵੀ ਉਦੋਂ ਫਿਰ ਮੈਂ ਦੇਖਿਆ ਵੀ ਉਹ ਜਿਹੜਾ ਥਾਣੇਦਾਰ ਸੀ ਬੈਠਾ ਸੀ ਤੇ ਅੱਖਾਂ ਲਾਲ ਹੋਣ ਜਿਵੇਂ ਦੇਖਿਆ ਨਾ ਇਹਦੇ ਵੱਲ ਨੂੰ ਜਿਵੇਂ ਦਗਦੀਆਂ ਹੁੰਦੀਆਂ ਲਾਲ ਅੱਖਾਂ ਤੇ ਕੁਛਿਰ ਦੇਖਣ ਤੋਂ ਬਾਅਦ ਜਿਵੇਂ ਫੰਬਲ ਨਹੀਂ ਕਰਤਾ ਹੁੰਦਾ ਬੰਦਾ ਵੀ ਉਹ ਤੋਂ ਬੋਲਿਆ ਜਾਂ ਨਹੀਂ ਜਾ ਰਿਹਾ ਤੇ ਉਹਨੂੰ ਕਹਿੰਦਾ ਵੀ ਕੁਛ ਏਹੀ ਜੀ ਗੱਲ ਕਹੀ ਜਿਹੜੀ ਬਹੁਤੀ ਰੈਲੇਵੈਂਟ ਜੀ ਨਹੀਂ ਸੀ। ਵੀ ਪਿੰਡ ਚ ਕੋਈ ਇਹ ਜੀ ਗੜਬੜ ਨਾ ਕਰਿਓ ਜਾਂ ਕੋਈ ਇਸ ਤਰ੍ਹਾਂ ਦੀ ਗੱਲ। ਬਾਅਦ ਚ ਜਿਹੜੀ ਗੱਲ ਨਿਕਲੀ ਹੋਏ ਸੀ ਕਿ ਡੀਐਸਪੀ ਅਸ਼ੋਕ ਕੁਮਾਰ ਉਹਦੋਂ ਪਿੱਖੀ ਪਿੰਡ ਸੀ। ਉਹਨੇ ਕਿਹਾ ਹੋਇਆ ਸੀ ਵੀ ਜਦੋਂ ਵੀ ਉਹ ਪਿੰਡ ਆਊ ਮੈਨੂੰ ਦੱਸੀ। ਉਹਦੋਂ ਫੈਸਲਾ ਕਰ ਲਿਆ ਸੀ ਇਹਨਾਂ ਨੇ ਉਹਨੂੰ ਮਾਰਨ ਦਾ। ਤੇ ਉਹਨਾਂ ਦੀ ਫਸਟ ਪ੍ਰੈਫਰੈਂਸ ਇਹ ਸੀ ਵੀ ਘਰੋਂ ਬਾਹਰ ਹੀ ਕਿਤੇ ਚੁੱਕ ਲਿਆ ਅੜਕਿਆ ਦੇਣਾ। ਰੌਲਾ ਹੀ ਨਾ ਪਵੇ ਰਾਤ ਨੂੰ ਚੁੱਕਣਾ ਬੜਾ ਸੌਖਾ। ਉੱਥੇ ਐਵੀਡੈਂਸ ਵੀ ਕੋਈ ਨਹੀਂ ਹੁੰਦਾ ਘਰੋਂ ਚੁੱਕਣਾ ਫੇਰ ਵੀ ਕਿਸੇ ਵੀ ਬੰਦੇ ਨੂੰ ਥੋੜਾ ਜਿਹਾ ਔਖਾ ਹੁੰਦਾ ਐ ਐਕਚੁਅਲੀ ਉਹ ਸੀ ਫਿਰ ਬਾਅਦ ਚ ਜਿਹੜੀ ਉਹ ਥਾਣੇਦਾਰ ਤੋਂ ਪਤਾ ਲੱਗ ਗਿਆ ਕਿਉਂਕਿ ਉਹਨੂੰ ਫਿਰ ਸਜ਼ਾ ਦਿੱਤੀ ਸਸਪੈਂਡ ਕੀਤਾ ਇਮੀਡੀਏਟਲੀ ਬਦਲੀ ਕੀਤੀ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਪਰ ਉਹ ਦੱਸ ਨਹੀਂ ਸਕਿਆ ਇਹ 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 ਬੜਾ ਇਹ ਜੇ ਸਾਰੀ ਕਹਾਣੀ ਚ ਦੇਖੋ ਨਾ ਇੱਕ ਹਿਊਮਨ ਫੈਕਟਰ ਹਾਲਾਂਕਿ ਉਹ ਹੀ ਪੁਰਜਾ ਹੈ ਉਸੇ ਮਸ਼ੀਨਰੀ ਦਾ ਪਰ ਸ਼ਾਇਦ ਜੇ ਉਹਨਾਂ ਉਹਦਾ ਮਾਈਂਡ ਭ੍ਰਿਸ਼ਟ ਨਹੀਂ ਹੋਇਆ ਹੋਣਾ ਕਿਤੇ ਕੁਛ ਨਾ ਕੁਸ਼ਾਂਸ਼ ਬਚਿਆ ਪਿਆ ਹੋਣਾ ਉਹ ਸਾਹਮਣੇ ਦੇਖ ਕੇ ਕਰ ਨਾ ਸਕਿਆ ਆ ਕਹਾਣੀ ਸੀ ਸੋ ਉਹ ਉਹਨਾਂ ਦੀ ਆਖਰੀ ਮੁਲਾਕਾਤ ਸੀ ਮਾਪਿਓ ਨਾਲ ਤੇ ਘਰੇ ਆ ਗਏ ਅਗਲੀ ਸਵੇਰ ਉਹਨਾਂ ਨੇ ਉਹਨੂੰ ਘਰੋਂ ਚੁੱਕ ਲਿਆ ਜੇ ਤੁਸੀਂ ਕਹੇ 6 ਸਤੰਬਰ ਦਾ ਮਨਹੂਸ ਦਿਨ 6 ਸਤੰਬਰ ਦਾ ਕੀ ਹੋਇਆ ਉਸ ਦਿਨ ਉਹ ਇਸ ਤਰ੍ਹਾਂ ਸੀਗਾ ਵੀ ਆਪਣੀ ਇਹ ਬੱਚੇ ਸਕੂਲ ਚਲੇ ਗਏ ਸੀ ਬੀਬੀ ਪਰਮਜੀਤ ਕੌਰ ਉਹ ਆਪਦਾ ਯੂਨੀਵਰਸਿਟੀ ਚਲੀ ਗਈ ਸੀ ਲਾਇਬ੍ਰੇਰੀਅਨ ਸੇ ਉੱਥੇ ਲੱਗੀ ਹੋਈ ਸੀ ਤੇ ਉਹ ਸਾਰਾ ਕੁਝ ਨਿਵੇੜ ਕੇ ਉਸ ਤੋਂ ਬਾਅਦ ਉਹਨੇ ਆਪਦੀ ਬਾਹਰ ਕਾਰ ਖੜੀ ਸੀ ਉਹ ਧੋਣੀ ਸ਼ੁਰੂ ਕਰਦੀ ਪਾਈਪ ਲੱਗ ਗਈ ਤੇ ਉਹ ਕਾਰ ਧੋ ਰਿਆ ਸੀ ਤੇ ਜਦੋਂ ਗੱਡੀ ਆਈ ਪੁਲਿਸ ਦੀ ਸਿਵਲ ਕੱਪੜਿਆਂ ਦੇ ਵਿੱਚ ਤੇ ਉਹਨਾਂ ਨੇ ਇੱਕਦਮ ਚਪਟ ਮਾਰੀ ਤੇ ਉਹਨੂੰ ਚੁੱਕ ਕੇ ਲੈ ਗਏ ਤੇ ਬੜੀ ਉਹਨਾਂ ਨੇ ਆਪ ਦੇ ਹਿਸਾਬ ਨਾਲ ਤਾਂ ਇਹ ਐਕਸ਼ਨ ਪ੍ਰਵੀਨਤਾ ਨਾਲ ਕੀਤਾ ਪਰ ਜਿਵੇਂ ਫੇਰ ਵੀ ਕੋਈ ਨਾ ਕੋਈ ਗੱਲ ਬਣ ਨਹੀਂ ਹੁੰਦੀ ਐ ਇੱਕ ਗਵਾਂਡੀ ਨੇ ਕੰਦ ਉੱਤੋਂ ਦੀ ਦੇਖ ਲਿਆ ਚੁੱਕ ਕੇ ਉਹਨੂੰ ਗੱਡੀ 'ਚ ਸੁੱਟ ਦੇਣ ਲੈ ਜਾਂਦੇ ਬਸ ਫਿਰ ਉਹਨੇ ਖਬਰ ਬ੍ਰੇਕ ਕਰਤੀ ਜਿੱਥੇ ਨੂੰ ਪਤਾ ਸੀ ਕਿੱਥੇ ਦੱਸਣਾ ਐ ਸੋ ਇਹ ਹੋ ਗਿਆ ਵੀ ਇਮੀਡੀਏਟਲੀ ਵਿਦਨ ਮਿੰਟਸ ਚ ਉਹ ਪਤਾ ਲੱਗ ਗਿਆ ਫਿਰ ਉਹ ਇਹਦੇ ਜਿੰਨੇ ਸੀਗੇ ਬੰਦੇ ਨਾਲ ਦੇ ਸਹਿਯੋਗੀ ਇੱਕ ਖਾਲੇ ਦੀ ਗੱਲ ਬਹੁਤ ਕਮਾਲ ਦੀ ਦੇਖੀ ਮੈਂ ਸਾਰੇ ਐਂਡ ਤੱਕ ਜਿਹੜੇ ਦੇ ਨਾਲ ਕੰਮ ਕਰਦੇ ਸੀ ਜਿਹੜੀ ਇਹਦੀ ਟੀਮ ਸੀ ਉਹਨਾਂ ਨੇ ਜਿੰਨੀ ਕਮਿਟਮੈਂਟ ਦਿਖਾਈ ਖਾਲ ਨੇ ਪ੍ਰਤੀ ਮਤਲਬ ਜੋ ਕੁਝ ਉਹਨਾਂ ਨੇ ਚੱਲਿਆ ਉਹ ਤਾਂ ਇੱਕ ਪੂਰੀ ਕਿਤਾਬ ਤਾਂ ਉਹਤੀ ਬਣਦੀ ਹੈ ਕਿੰਨੇ ਪ੍ਰੈਸ਼ਰ ਪਏ ਮਤਲਬ ਮੌਤ ਦਾ ਸਾਹਮਣਾ ਕਰਨ ਵਾਲੀ ਗੱਲ ਹੀ ਸੀ ਉਹ ਕੇਸ ਨੂੰ ਐ ਲੌਜੀਕਲ ਐਂਡ ਤੱਕ ਲੈ ਕੇ ਗਏ ਇਹਦੇ ਚ ਬੀਬੀ ਪਰਮਜੀਤ ਕੌਰ ਦਾ ਵੀ ਬਾਕੀ ਸਾਰੇ ਇਹਦੇ ਭਰਾਵਾਂ ਨੇ ਵੀ ਰੋਲ ਨਿਭਾਇਆ ਟੀਮ ਦਾ ਟੀ ਪ੍ਰੋਜੈਕਟ ਟੀਮ ਹੈ ਨਾ ਉਹ ਤਾਂ ਐ ਚਟਾਨ ਵਾਂਗੂ ਖੜੀ ਇਹ ਬਹੁਤ ਘੱਟ ਵਾਪਰਦਾ ਹੁੰਦਾ ਵੀ ਜਦੋਂ ਹੁਣ ਯਾਰ ਬੰਦਾ ਗਿਆ ਆਪਾਂ ਥੋੜਾ ਠੀਕ ਹੈ ਕੁਝ ਕੁ ਬੰਦੇ ਥੜਕਦੀ ਹੁੰਦੇ ਨੇ ਉਹ ਤਾਂ ਚਲੋ ਕੋਈ ਗੱਲ ਨਹੀਂ ਪਰ ਜਿਹੜੇ ਗਵਾਹੀਆਂ ਦੇਣੀਆਂ ਉਹ ਗਵਾਹੀਆਂ ਖਾਸ ਕਰਕੇ ਜਿਹੜੀ ਮੌਕੇ ਦੀ ਗਵਾਹੀ ਸੀ ਰਜੀਵ ਰੰਧਾਵਾ ਦੀ ਉਹ ਬਹੁਤ ਕ੍ਰੂਸ਼ੀਅਲ ਸੀ ਜੇ ਉਹ ਗਵਾਹੀ ਨਾ ਹੁੰਦੀ ਕੋਈ ਸਜ਼ਾ ਨਹੀਂ ਸੀ ਹੋਣੀ ਸਰਕਮਸਟੈਂਸ਼ੀਅਲ ਐਵੀਡੈਂਸ ਸੀ ਉਹ ਉਹਨੂੰ ਕਿਡਨਾਪ ਕੀਤਾ ਉਹਨੂੰ ਟੌਰਚਰ ਕੀਤਾ ਉਹਨੂੰ ਡਰਾਇਆ ਉਹਨੂੰ ਥ੍ਰੈਟ ਕੀਤਾ ਸਭ ਕੁਝ ਕੀਤਾ ਬਾਅਦ ਚ ਪਤਾ ਲੱਗਿਆ ਕਿੱਥੇ ਮਾਰਿਆ ਕਿਵੇਂ ਮਾਰਿਆ ਇਹ ਤਾਂ ਗੁਮਾਨ ਲਾਸ਼ ਕਹਿੰਦੇ ਹਾਂ ਇਨਾਂ ਕੁ ਜ਼ਰੂਰ ਪਤਾ ਵੀ ਲਾਸ਼ ਉਹਦੀ ਹਰੀ ਕੇ ਪੱਤ ਹਰੀ ਕੇ ਪੱਤਨ ਸੇ ਹਰੀ ਕੇ ਪੱਤਨ ਜਾ ਕੇ ਸੁੱਟੀ ਐ ਇਹ ਪਰ ਕਿਸ ਤਰੀਕ ਦੀ ਐ ਮੈਂ ਤਾਂ ਇਹ ਪਹਿਲਾਂ ਵੀ ਕਈ ਥਾਵਾਂ ਤੇ ਗੱਲ ਲੈਂਦੀ ਆ ਵੀ ਜਦੋਂ ਤਾਂ ਉਹਨਾਂ ਚੋਂ ਹੀ ਕੋਈ ਦੱਸੇ ਨਾ ਕਿ ਨਾ ਨੇ ਇਹ পাপ ਕੀਤਾ ਕਿਸੇ ਸਟੇਜ ਤੇ ਜਾ ਕੇ ਕੋਈ ਆਤਮਾ ਤੇ ਭਾਰ ਬੋਝ ਪਵੇ ਉਹਨਾਂ ਦੇ ਕਿਉਂਕਿ ਜਾਂ ਤਾਂ ਇਹ ਹੁੰਦਾ ਵੀ ਸਾਡਾ ਰਾਜ ਆ ਜਾਂਦਾ ਫੇਰ ਤਾਂ ਸਭ ਕੁਝ ਹੋ ਜਾਂਦਾ ਫੜ ਕੇ ਇੰਟਰੋਗੇਟ ਕਰੋ ਸਭ ਕੁਝ ਨਿਕਲ ਆਉ ਹੁਣ ਉਹ ਤਾਂ ਹੈ ਹੀ ਨਹੀਂ ਹਾਲਤ ਦੇ ਕਾਂਟ ਵੀ ਇੰਟਰੋਗੇਟਡ ਨਾਕ ਨੂੰ ਨੇ ਕੁਝ ਕਰਨਾ ਉਸ ਵਜ੍ਹਾ ਦੇਤੀ ਉਹਨਾਂ ਨੂੰ ਕੀ ਅਪੂਖਤ ਕਿਹਾ ਜਾਣਗੇ ਬਾਹਰ ਤਾਂ ਇੱਕੋ ਹੀ ਆਸ ਹੈ ਕਿਸੇ ਨਾ ਕਿਸੇ ਤਰ੍ਹਾਂ ਕੋਈ ਦੱਸੇ ਸਹੀ ਕਿ ਅੰਤ ਕਿਵੇਂ ਜ ਹੋਇਆ ਬਲਾ ਪਰ ਜਨੀਆਂ ਕੀ ਰਿਪੋਰਟ ਆਉਦੇ ਚ ਐ ਵੀ ਉਹਨੇ ਆਖਰੀ ਸਾਤ ਤੱਕ ਕਿਤੇ ਵੀ ਕਮਜ਼ੋਰੀ ਨਹੀਂ ਦਿਖਾਈ ਜੋ ਕੁਝ ਹੋਇਆ ਬਸ ਜੋ ਜੋ ਕੁਝ ਹੋ ਰਿਹਾ ਹੈ ਬੈਗਰੂ ਦੇ ਪਾਣੇ ਚ ਹੋ ਰਿਹਾ ਉਹ ਆਤਮਿਕ ਅਵਸਥਾ ਉਹਦੀ ਨਾ ਜਿੱਥੇ ਪਹੁੰਚ ਚੁੱਕਿਆ ਜਿਹਦੇ ਚ ਫਿਰ ਸਾਡੇ ਸਾਰੀਆਂ ਜੋ ਅਰਦਾਸ ਤੇ ਵਿਚਨਕ ਸ਼ਹਾਤਾ ਦਾ ਚਤਨਨ ਕੀਤਾ ਗਿਆ ਬਸ ਉਹੀ ਹੈ ਉਹ ਖਾਰਕੂਲਰ ਚ ਹੋਰ ਬਹੁਤ ਕੇਸ ਹੋਏ ਅੱਛਾ ਕਿਵੇਂ ਦੇਖ ਦਿਉ ਤੁਸੀਂ ਜਦੋਂ ਇਸ ਤਰ੍ਹਾਂ ਦੀ ਫਿਲਮ ਬਣਦੀ ਹੈ ਹਾਲਾਂਕਿ ਚਲੋ ਫਿਲਮ ਦਾ ਕੰਟੈਂਟ ਦੇਖ ਕੇ ਤੁਸੀਂ ਜ਼ਿਆਦਾ ਟਿੱਪਣੀ ਕਰ ਸਕੋਗੇ ਹਾਂਜੀ ਕੁਸੀਂ ਕਿਵੇਂ ਦੇਖਦੇ ਹੋ ਬਣਨੀਆ ਚਾਹੀਦੀਆਂ ਨੇ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਆ ਕਿਉਂਕਿ ਇੱਕ ਤਾਂ ਗੱਲ ਕਿਸੇ ਸਿੱਖਾਂ ਦੀ ਗੱਲ ਪਤਾ ਆ ਗਈ ਨਾ ਇੱਕ ਦੁਨੀਆ ਨੂੰ ਗੱਲ ਪਤਾ ਲੱਗਦੀ ਆ ਪਰ ਇਹਦੇ ਬਹੁਤ سارے ਲੋਕ ਆਪਣੇ ਆਪਣੇ ਤਰੀਕੇ ਨਾਲ ਇਤਰਾਜ ਵੀ ਠਾਉਂਦੇ ਨੇ ਜਦੋਂ ਕਿ ਦੇਖੋ ਆਰਗੂਮੈਂਟ ਦੇ ਤੌਰ ਤੇ ਯਾਦਵੰਦਰ ਠੀਕ ਹੈ ਵੀ ਜਿੰਨੇ ਵੀ ਇਸ ਤਰ੍ਹਾਂ ਦੇ ਵੱਡੇ ਸਾਕੇ ਕਹਿ ਲੋ ਨਾ ਹੁੰਦੇ ਹਨ 홀ੋਕਾਸਟ ਵੀ ਹੋਇਆ ਉਥੇ ਕਿੰਨੀਆਂ ਫਿਲਮਾਂ ਬਣ ਚੁੱਕੀਆਂ ਹਨ ਸਾਡੇ ਵੀ ਕੱਲੂ ਘਾਰੇ ਹੋਏ ਹਨ ਤੇ ਵੀ ਉਹ ਗੱਲ ਲੋਕਾਂ ਤੱਕ ਲੈ ਕੇ ਜਾਣ ਵਾਸਤੇ ਉਹ ਜਿੰਨੇ ਵੀ ਮੀਡੀਅਮ ਹੈਗੇ ਉਹ ਵਰਤਨੇ ਅਸੂ ਸਿਧਾਂਤਕ ਤੌਰ ਤੇ ਤਾਂ ਠੀਕ ਹੈ ਵਰਤਨੇ ਚਾਹੀਦੇ ਪਰ ਇੱਕ ਇੱਥੇ ਗੱਲ ਹੈ ਵੀ ਜਿਹੜੇ ਬੰਦੇ ਇਹ ਕੰਮ ਕਰਦੇ ਉਹਨਾਂ 'ਚ ਉਹ ਕਪੈਸਿਟੀ ਹੈ ਸਮਰੱਥਾ ਪਹਿਲੀ ਗੱਲ ਤਾਂ ਸਮਰੱਥਾ ਵਾਸਤੇ ਆਉਂਦੀ ਹੈ ਗੱਲ ਉਹ ਕਮਿਟਮੈਂਟ ਜਿੱਦ ਤੱਕ ਕਮਰਸ਼ੀਅਲ ਐਂਗਲ ਤੋਂ ਕਰਦਾ ਕੋਈ ਪੈਸੇ ਕਮਾਉਣ ਵਾਸਤੇ ਫੇਰ ਉਹ ਵਫਾਨ ਉਹਨਾਂ ਇਨਸਾਫ ਨਹੀਂ ਕਰ ਸਕੂ ਇਹ ਪਹਿਲਾਂ ਹੀ ਮੰਨ ਕੇ ਤੁਰੋ ਪਰ ਜੇ ਕੰਟੈਂਟ ਅਗਲਾ ਪਰਿਵਾਰ ਦੀ ਸ਼ਰਤ ਦੇ ਉੱਤੇ ਕੰਟੈਂਟ ਲਿਖ ਰਿਹਾ ਹੋਵੇ ਤਾਂ ਕਮਰਸ਼ੀਅਲ ਵਾਇਬਿਲਿਟੀ ਤਾਂ ਹਰ ਚੀਜ਼ ਦੀ ਹੈ ਨਾ ਅੱਜ ਦੇ ਟਾਈਮ ਕੋਈ ਬੰਦਾ ਐ ਤਾਂ ਬਣਾਊਗਾ ਨੀਗਾ ਕਿ ਜਿਆਦਾ ਫਰੂ ਕੋਈ ਬਣਾਉਂਦੇ ਵੀ ਫੰਡ ਇਕੱਠਾ ਕਰਕੇ ਕਰਾਉਣਾ ਨਹੀਂ ਇਹ ਤਾਂ ਹੁਣ ਮੈਂ ਆਪਾਂ ਕੁਝ ਨਹੀਂ ਕਹਿ ਸਕਦੇ ਜਿੰਨਾ ਚਿਰ ਦੇਖਦੇ ਨਹੀਂ ਫਿਲਮ ਹਨਾ ਐਥਿਕਲੀ ਠੀਕ ਨਹੀਂ ਹੋਣਾ ਇਹ ਹੂੰ ਹੂੰ ਜੇ ਤਾਂ ਉਹ ਕਰ ਸਕੇਨ ਫਿਰ ਤਾਂ ਸ਼ਾਬਾਸ਼ ਦੇ ਹੱਕਦਾਰ ਹੈ। ਉਹ ਸਭ ਕੁਝ ਉਸ ਪਰਸ਼ਲੀ ਵੀ ਚੰਗੀਆਂ ਫਿਲਮਾਂ ਜਿਵੇਂ ਮਿਲਗੇ ਨਹੀਂ ਮੈਂ ਨਹੀਂ ਕਹਿੰਦਾ ਫਿਲਮ ਪੈਸੇ ਕਿ ਹੁਕਮ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਵਧੀਆ ਵੀ ਨੇ ਤੇ ਜਿਹੜੀਆਂ ਕਮਰਸ਼ੀਅਲੀ ਵੀ ਹਿਟ ਰਹੀਆਂ ਜਦੋਂ ਮੈਂ ਕਹਿੰਦਾ ਨਾ ਵਪਾਰਕ ਨਜ਼ਰੀਏ ਤੋਂ ਉਹਦਾ ਮਤਲਬ ਜਦੋਂ ਤੁਸੀਂ ਕੰਟੈਂਟ ਨਾਲ ਕੰਪਰੋਮਾਈਜ਼ ਕਰਕੇ ਵੇਚਣ ਵਾਸਤੇ ਨਹੀਂ ਤਾਂ ਸਗੋਂ ਇਹ ਹੀਆਂ ਫਿਲਮਾਂ ਤੁਸੀਂ ਕੋਈ ਕੰਪਰੋਮਾਈਜ਼ ਵੀ ਨਾ ਕਰੋ ਉਹ ਪੈਸਾ ਬਹੁਤ ਕਮਾ ਸਕਦੀਆਂ ਪਰ ਗੱਲ ਹੈ ਮਿਆਰ ਉਹ ਇਹ ਮੰਨਣਾ ਪਊ ਜਿੰਨਿਆ ਕੋਈ ਟੱਕ ਅਟੈਂਪਟ ਸੁਈਆਂ ਮੈਂ ਪਰਸਨਲ ਰਿਸਰਚਸ ਫਾਇਡ ਨਹੀਂ ਉਹ ਮਿਆਰ ਸਾਡੇ ਨਹੀਂ ਜਿਹੋ ਜਿਹਾਂ ਟਰਕੀ ਦੀਆਂ ਫਿਲਮਾਂ ਆਪ ਚਲੋ ਈਰਾਨ ਦੀਆਂ ਦੇਖੋ ਜਾਂ ਹੋਰ ਮੁਲਕਾਂ ਦੀਆਂ ਦੇਖੋ ਉਹਨਾਂ ਨੇ ਆਪਣੇ ਟਰੋਮਾਸ ਨੂੰ ਜਿੰਮੇ ਪੇਂਟ ਕੀਤਾ ਹੈ ਜਾਂ ਆਪਣੇ ਹੀਰੋਜ਼ ਨੂੰ ਵੀ ਆਪਣੇ ਹਿਸਟਰੀ ਦੇ ਇਹ ਜੇ ਇਨਸੀਡੈਂਟਸ ਨੂੰ ਵੀ ਉਹ ਬਹੁਤ ਹੋਰ ਤਰਾ ਉਹ ਸਾਡੇ ਨਾਲ ਤਾਂ ਇੰਨਾ ਬਜਟ ਹੁੰਦਾ ਇੱਕ ਚੀਪ ਪਬਲਿਸਿਟੀ ਦਾ ਬਹੁਤ ਹੈਗਾ ਕਾਲੀ ਕਰਕੇ ਇੱਕ ਦੂਜੇ ਤੋਂ ਵੀ ਮਾਇ ਫੈਲਾ ਬਣਾ ਜਾ ਸੋ ਇਹ ਤਾਂ ਹੁਣ ਆਪਾਂ ਦੇਖਾਂਗੇ ਬਿਸ਼ਤੈ ਹੀ ਕਰੀਏ ਕਿ ਕਿਤੇ ਕੋਈ ਵੱਡੀ ਗੜਬੜ ਨਾ ਹੋਵੇ ਕੰਪਰੋਮਾਈਜ਼ ਨਾ ਕੀਤਾ ਹੋਵੇ ਸੈਂਸਰ ਬੋਰਡ 'ਚ ਵੀ ਤਾਂ ਕੱਟ ਲੱਗ ਰਹੇ ਨੇ ਨਾ ਜੇ ਤਾਂ ਸੈਂਸਰ ਬੋਰਡ 'ਚ ਹੀ ਕੱਟ ਲੱਗਦੇ ਨੇ ਫਿਰ ਤਾਂ ਕੋਈ ਗੱਲ ਨਹੀਂ ਜੇ ਜਿਹੜੀ ਕਹਾਣੀ ਲਿਖੀ ਗਈ ਹੈ ਸਕ੍ਰਿਪਟ ਜੇ ਉਹਦੇ ਚੀ ਕੁਛ ਕੋਈ ਪਰਿਵਾਰ ਦੀ ਮਨਜ਼ੂਰੀ ਨਾ ਬਣ ਰਹੀ ਹੈ ਦਾ ਮਤਲਬ ਪਰਿਵਾਰ ਨੇ ਦੇਖਿਆ ਹੋ ਕੰਟੈਂਟ ਹਾਂ ਹੁਣ ਇਹ ਤਾਂ ਪਰਿਵਾਰ ਹੀ ਦੱਸ ਸਕਦਾ ਇਹ ਪਰਿਵਾਰ ਦੱਸ ਸਕਦਾ ਤੇ ਪਰਿਵਾਰ ਜ਼ਿੰਮੇਵਾਰ ਵੀ ਹੋ ਜੇ ਉਹਨਾਂ ਨੇ ਅਪਰੂਵ ਕੀਤਾ ਮੈਨੂੰ ਨਹੀਂ ਪਤਾ ਪਰ ਕੋਰਟ ਤੱਕ ਗਿਆ ਮਾਮਲਾ ਤੁਹਾਨੂੰ ਪਤਾ ਹੋਸ਼ ਹੈ ਸੁਪਰੀਮ ਕੋਰਟ ਕੋਰਟ ਹਾਂ ਹਾਂ ਉਹ ਤਾਂ ਜਾਣਾ ਹੀ ਹੈ ਜਾਣਾ ਹੀ ਉਹਨਾਂ ਨੇ ਜੇ ਜੇ ਖਾਲੜੇ ਦੀਆ ਕਹਾਣੀ ਜਿਹੜੀ ਕਿਤਾਬ ਚ ਆ ਜਾ ਜੋ ਮੈਂ ਦੱਸ ਰਿਹਾ ਇਹ ਵੀ ਤਾਂ ਪੂਰਾ ਥੋੜਾ ਪਤਾ ਲੱਗਦਾ ਹੈ ਨਾ ਸ਼ਬਦਾਂ ਦੀ ਵੀ ਸੀਮਤਾ ਹੀ ਹੈ ਨਾ ਕੀ ਕਿ ਤੁਸੀਂ ਦੱਸ ਸਕਦੇ ਹੋ ਵਿਜ਼ੂਅਲ ਤਾਂ ਬਹੁਤ ਪਾਵਰਫੁੱਲ ਹੁੰਦਾ ਨਹੀਂ ਵਿਜ਼ੂਅਲ ਪਾਵਰਫੁੱਲ ਹੁੰਦਾ ਹੈ ਡਾਇਰੈਕਟਰ ਵੇ ਤਾਂ ਮੈਨੂੰ ਪਤਾ ਹੈ ਉਹ ਬੰਦੇ ਕਲਾਤਮਕ ਪੱਖੋਂ ਕਾਫੀ ਕੰਪੀਟੈਂਟ ਹੈਗੇ ਆ ਪਰ ਗੱਲ ਕਲਾ ਦੀ ਨਹੀਂ ਇੱਥੇ ਰਾਜਨੀਤੀ ਦੀ ਇੱਥੇ ਮਤਲਬ ਤੁਹਾਨੂੰ ਕੀ ਤਾਦਾ ਕਰਨ ਲਈ ਤਿਆਰ ਹੋਂਕ ਨਹੀਂ ਉਜਰਤ ਦੀ ਵੀ ਆ ਜਿੱਥੇ ਤੁਹਾਨੂੰ ਖਾਲ ਦੇ ਤੇ ਫਿਲਮ ਬਣਾਉਣੀ ਆ ਨਾ ਉਹ ਖਾਲ ਦੇ ਵਾਲੀ ਸਪੈਸ਼ਟ ਨਾਲ ਹੀ ਫਿਰ ਤਸ ਇੱਕ ਬੰਦਾ ਸਿਰ ਦੇ ਰਿਹਾ ਤੇ ਜੇ ਤਾਂ ਉਹ ਤਿਆਰ ਹੋ ਵੀ ਕੋਈ ਨਹੀਂ ਕੁਝ ਵੀ ਹੋ ਜੇ ਕੋ ਸੈਂਸਰ ਨੇ ਨਹੀਂ ਪਾਸ ਕਰਨੀ ਉਹ ਇਸ ਕਰਕੇ ਮੈਂ ਤਾਂ ਇਹ ਵੀ ਇੱਥੇ ਉਹ ਨਹੀਂ ਬਣ ਸਕਦੀ ਸਾਡੀ ਹਾਲ ਅੱਜ ਨਹੀਂ ਅਜੇ ਆਜ਼ਾਦ ਹੀ ਨਹੀਂ ਜਦੋਂ ਤੇ ਦੂਜੀ ਗੱਲ ਅਜੇ ਸਾਡੇ ਟੈਲੈਂਟ ਦੀ ਵੀ ਪ੍ਰੋਬਲਮ ਹੈਗੀ ਆ ਮੰਨਣਾ ਪਊ ਸਾਡੇ ਚ ਉਹ ਲੜ ਰਹੀਆਂ ਕੌਮਾਂ ਚ ਕਈ ਵਾਰ ਨਹੀਂ ਡਿਵੈਲਪ ਹੁੰਦੇ ਪਰ ਇਹ ਵਿਸ਼ਾ ਦੇ ਵਿੱਚ ਇੱਕ ਧਾਰਨਾ ਹੀ ਹੈ ਬੜੀਆਂ ਲੜ ਰਹੀਆਂ ਕੌਮਾਂ ਨੇ ਵੀ ਬੜਾ ਟੈਲੈਂਟ ਦਿਖਾਇਆ ਇਹ ਇੱਕ ਚਲੋ ਵੱਡਾ ਹੀ ਸ਼ਾਪਾ ਵਿਸ਼ਾ ਨੂੰ ਕਾ ਨਾ ਜਾਈਏ ਮੈਂ ਤੇ ਇੱਕ ਫੈਕਟ ਜਾ ਦੱਸ ਰਿਹਾ ਹੈ ਨਾ ਧੰਨਵਾਦ ਸਰਦਾਰ ਸਾਹਿਬ ਬਹੁਤ ਧੰਨਵਾਦ ਤੁਹਾਨੂੰ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ